ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਜੀ ਜਿਹੜੇ ਜਿਹੜੇ ਪਹੁੰਚ ਗਏ ਸੋ ਸਾਰਿਆਂ ਦਾ ਧੰਨਵਾਦ ਤੁੱਕ ਕਰੀਏ ਆਪਾਂ ਗੱਲ ਸ਼ੁਰੂ ਅੱਗੇ ਤੁਰੀਏ ਕਿ ਜਿਵੇਂ ਆਪਣਾ ਵਿਰਸਾ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਜੋ ਤੈਅ ਕੀਤਾ ਗਿਆ ਜਾਂ ਕਹਿ ਲਓ ਤਤੀ ਤਵੀ ਤੋਂ ਤਖਤਾਂ ਦੇ ਮਾਲਕ ਕਿਵੇਂ ਬਣੇ ਸਿੱਖ ਰਾਜ ਕਿਵੇਂ ਬਣਿਆ ਕਿਵੇਂ ਸਾਡੀ ਕੌਮ ਨੇ ਇਤਿਹਾਸ ਸਿਰਜਿਆ ਜੀਵਿਆ ਕਿਉਂਕਿ ਗੁਰੂ ਪਾਤਸ਼ਾਹ ਇਹ ਸਿਧਾਂਤ ਦੇ ਕੇ ਗਏ ਸੀ ਕਿ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਇਸ ਖਾਏ ਕਿਸ ਢੰਗ ਦੇ ਨਾਲ ਇਸ ਚੀਜ਼ ਨੂੰ ਅਮਲੀ ਜਾਮਾ ਪਹਿਲਾਉਣ ਦੇ ਲਈ ਮਹਾਪੁਰਖ ਰਵਿਦਾਸ ਭਗਤ ਜੀ ਵੱਲੋਂ ਜੋ ਰਚਨਾ ਕੀਤੀ ਗਈ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਧੂਕ ਅੰਧੋ ਨਹੀਂ ਤਟਹਾਉ ਨਾ ਤਸਵੀਜ਼ ਖਰਾਉ ਨਾ ਮਾਲ ਖੌਫ ਨਾ ਖਤਰ ਨਾ ਤਰਸ ਜਵਾਲ ਕਿੱਦਾਂ ਦਾ ਇੱਕ ਰਾਜ ਹੋਵੇ ਇੱਕ ਰਾਜ ਦਾ ਸੰਕਲਪ ਹੋਵੇ ਜਿਹੜੇ ਅੱਜ ਇਹ ਕਹਿੰਦਾ ਨੇ ਨਾ ਗੁਰੂ ਗ੍ਰੰਥ ਸਾਹਿਬ 'ਚ ਜੀਵਨ ਜਾਂਚ ਦੇ ਕਿਹੜੇ ਢੰਗ ਨੇ ਜੀ ਕੀ ਲਿਖਿਆ ਹੋਇਆ ਕੀ ਨਹੀਂ ਲਿਖਿਆ ਹੋਇਆ ਕੁਐਸਚਨ ਤਾਂ ਇਹ ਬਣਦਾ ਸੀ ਇਹ ਨਹੀਂ ਬਣਦਾ ਸੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ ਕੁਐਸਚਨ ਇਹ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਨਹੀਂ ਗਿਆ ਰਾਜਨੀਤਿਕ ਧਾਰਮਿਕ ਸਮਾਜਿਕ ਆਰਥਿਕ ਕਿਹੜੀ ਚੀਜ਼ ਨਹੀਂ ਕੀ ਨਹੀਂ ਲਿਖਿਆ ਹੋਇਆ ਪੈਰ ਪੈਰ ਤੇ ਸਾਨੂੰ ਸੁਨੇਹਾ ਸੋ ਆਪਾਂ ਗੱਲ ਕਰਦੇ ਆ ਕਿ ਕਿਉਂਕਿ ਗੁਰੂ ਗਰਮ ਸਾਹਿਬ ਜੀ ਦੀ ਗੱਲ ਜਦੋਂ ਕਰਾਂਗੇ ਦਸ਼ਮੇਸ਼ ਪਾਤਸ਼ਾਹ ਜੀ ਤੋਂ ਕੋਸ਼ਿਸ਼ ਕਰਾਂਗੇ ਬਾਅਦ ਵਿੱਚ ਆਪਾਂ ਉਹ ਗੱਲ ਕਰੀਏ ਜਦੋਂ ਭਾਵੇਂ ਉਹ 1699 ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਚੁੱਕੇ ਨੇ ਪਰ ਦੇਹ ਧਾਰੀ ਪ੍ਰਥਾ ਨੂੰ ਖਤਮ ਕਰਕੇ ਸੰਪੂਰਨ ਤੌਰ ਤੇ ਜਦੋਂ ਆਪਾਂ ਉਹਨਾਂ ਦੇ ਲੜ ਲਾਂਗੇ ਨਾਲ ਨਾਲ ਆਪਾਂ ਉਹਨਾਂ ਦੀਆਂ ਸਿੱਖਿਆਵਾਂ 'ਤੇ ਗੱਲ ਕਰਾਂਗੇ ਔਰ ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਸਿੱਖਾਂ ਨੇ ਕੀ ਕੁਛ ਕੀਤਾ ਫਿਰ ਗੱਲ ਉਹਦੀ ਵੀ ਆਊਗੀ। ਔਰ ਮੈਂ ਇਹ ਵੀ ਹੁਣ ਇੱਥੇ ਜ਼ਿਕਰ ਕਰ ਦੇਵਾਂ ਕਿਉਂਕਿ ਗੱਲਾਂ ਨੇ ਚੱਲੀਆਂ ਤਾਂ ਗੱਲ ਕਰਨੀ ਪੈਗੀ ਐ। ਇਤਿਹਾਸ ਦੇ ਵਿੱਚ ਉਹ ਨਾਮ ਦਰਜ ਨੇ ਜਿਨ੍ਹਾਂ ਨੇ ਇਹ ਕਿਹਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈਣਾ ਬੰਦ ਕਰਾ ਦੂੰਗਾ। ਤੁਹਾਨੂੰ ਅੱਜ ਵੀ ਪਿੰਡਾਂ 'ਚ ਪੁਰਾਣੇ ਬੰਦਿਆਂ ਨੂੰ ਪਤਾ ਹੋਣਾ ਜਾਂ ਜਿਹੜੇ ਨੌਜਵਾਨ ਵੀਰ ਭੈਣਾਂ ਸੁਣ ਰਹੇ ਨੇ ਉਹ ਆਪਣੇ ਬਜ਼ੁਰਗਾਂ ਨੂੰ ਪੁੱਛ ਸਕਦੇ ਨੇ। ਪਿੰਡਾਂ ਵਿੱਚ ਅੱਜ ਵੀ ਗੁੜ ਨੂੰ ਰੂੜੀ ਕਿਹਾ ਜਾਂਦਾ ਹੈ ਕਈ ਥਾਂ ਤੇ ਰੂੜੀ ਜਾਂ ਭੇਲੀ ਕਿਉਂਕਿ ਦੀਵਾਨ ਲਖਪਤ ਰਾਏ ਹੋਇਆ ਜਕਰੀਆ ਖਾਨ ਦਾ ਉਸ ਲਖਪਤ ਰਾਏ ਨੇ ਐਲਾਨ ਕੀਤਾ ਸੀ ਕਹਿੰਦਾ ਇੱਕ ਖੱਤਰੀ ਨੇ ਪੰਤ ਸ਼ੁਰੂ ਕੀਤਾ ਤੇ ਦੂਜਾ ਖੱਤਰੀ ਖਤਮ ਕਰੂਗਾ ਉਹਨੇ ਐਲਾਨ ਕੀਤਾ ਸੀ ਕੋਈ ਗ੍ਰੰਥ ਨੂੰ ਗ੍ਰੰਥ ਨਹੀਂ ਕਹਿਣਾ ਪੋਥੀ ਕਹੋ ਕਿਉਂਕਿ ਗ੍ਰੰਥ ਕਹਿਣ ਨਾਲ ਗੁਰੂ ਗ੍ਰੰਥ ਯਾਦ ਆਉਂਦਾ ਮੈਂ ਗਰ ਗੁਰੂ ਗੁਰੂ ਔਰ ਗ੍ਰੰਥ ਇਹ ਦੋਨੋਂ ਕੱਟ ਦੇਣ ਨੇ ਦਿਮਾਗ ਚੋਂ ਤੁਹਾਡੇ ਗੁੜ ਨੂੰ ਗੁੜ ਨਹੀਂ ਕਹਿਣਾ ਕਿਉਂਕਿ ਗੁੜ ਕਹਿਣ ਦੇ ਨਾਲ ਰੋੜੀ ਅ ਗੁਰੂ ਯਾਦ ਆਉਂਦਾ ਇਹਨੂੰ ਰੋੜੀ ਜਾਂ ਭੇਲੀ ਕਹੋ ਮੈਂ ਗੁਰੂ ਤਾਂ ਤੁਹਾਡੇ ਦਿਮਾਗਾਂ ਚੋਂ ਕੱਢ ਦੂੰ ਇਹ ਐਲਾਨ ਕਰੇ ਤੇ ਹਕੂਮਤਾਂ ਨੇ ਤੇ ਆਪਾਂ ਗੱਲ ਕਰਾਂਗੇ ਉਹਨਾਂ ਦੀ ਵੀ ਤੇ ਅੱਜ ਵੀ ਇਸ ਚੀਜ਼ ਤੇ ਜ਼ੋਰ ਲੱਗਿਆ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਇਹ ਸਰਬੋਤਮ ਨਹੀਂ ਢੰਗ ਬਦਲ ਲੇ ਦੁਸ਼ਮਣ ਉਹੀ ਐ ਸੋ ਗੱਲ ਕਰਾਂਗੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਦੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਤੋਂ ਆਪਾਂ ਪਹਿਲਾਂ ਅੱਗੇ ਤੁਰੀਏ ਜਦੋਂ ਦਸ਼ਮੇਸ਼ ਪਿਤਾ ਤਰਪੇ ਨੇ ਆਪਾਂ ਗੱਲ ਕਰਦੇ ਜਾ ਰਹੇ ਹਾਂ ਆਨੰਦਪੁਰ ਦਾ ਛੱਡਣਾ ਚਮਕੌਰ ਦਾ ਸਾਕਾ ਸਰਹੰਦ ਦਾ ਉਹ ਖੂਨੀ ਸਮਾ ਮਾਛੀਆੜੇ ਦੇ ਕੌਤਕ ਗਲਾਬੇ ਪੰਜਾਬੇ ਦੇ ਘਰ ਰੁਕਣਾ ਭਾਈ ਗਨੀਖਾਂ ਜੀ ਭਾਈ ਨਵੀਖਾਂ ਜੀ ਦਾ ਉੱਚ ਦੇ ਪੀਰ ਬਣਾ ਕੇ ਹਜ਼ੂਰ ਨੂੰ ਲੈ ਕੇ ਜਾਣਾ ਅੱਗੇ ਰਾਏ ਕੱਲੇ ਕੋਟ ਜਾ ਕੇ ਸਹਿਬਜ਼ਾਦਿਆਂ ਦਾ ਵਾਰਤਾ ਜਦੋਂ ਉਹ ਲੈ ਕੇ ਆਇਆ ਉਹ ਮੈਂ ਤੁਹਾਨੂੰ ਦੱਸਤੀ ਵੀ ਉਹਨੇ ਕਿਵੇਂ ਆ ਕੇ ਦੱਸਿਆ ਕਿਉਂਕਿ ਕਹਿੰਦੇ ਜਦੋਂ ਗੁਰੂ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਉੜਦੀਆਂ ਉੜਦੀਆਂ ਜਾਂ ਕੁਝ ਗੱਲਾਂ ਰਾਹ ਚ ਸੁਣੀਆਂ ਨੇ ਪਤਾ ਕਰਿਓ ਸਰਹੰਦ ਕੀ ਹੋਇਆ ਇੱਕ ਬਾਪ ਦਾ ਜਿਗਰ ਹੀ ਜਾਣਦਾ ਹੈ ਉਦੋਂ ਕਿ ਕੀ ਬੀਤੀ ਹੋਊਗੀ ਪਰ ਉਹ ਬਾਪ ਕੌਮ ਦਾ ਬਾਪ ਬਣ ਚੁੱਕਿਆ ਸੀ ਉਹ ਬਾਪ ਨੇ ਇਨ ਪੁੱਤਰਨ ਕੇ ਸੀਸ ਪਰ ਕਿਹਾ ਸੀ ਵਾਰ ਦੀਏ ਸੁੱਤ ਚਾਰ ਚਾਰ ਮੋਜ ਤੋਂ ਕਿਹਾ ਹੋਇਆ ਕਹਿਣਾ ਬਹੁਤ ਸੌਖਾ ਹੈ ਇਹ ਚੀਜ਼ਾਂ ਨੂੰ ਕਹਿਣਾ ਬਹੁਤ ਸੌਖਾ ਹੈ ਪਰ ਇਹਨੂੰ ਪ੍ਰੈਕਟੀਕਲ ਲਾਗੂ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹਰ ਪੈਰ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਪੈਰ ਪੈਰ ਤੇ ਮੁਸੀਬਤਾਂ ਜਿਨ੍ਹਾਂ ਲਈ ਲੜ ਰਹੇ ਨੇ ਜਿਨ੍ਹਾਂ ਲਈ ਮਰ ਰਹੇ ਨੇ ਉਹੀ ਪੱਠਾ ਦਿਖਾ ਰਹੇ ਨੇ ਉਹੀ ਕਹਿ ਰਹੇ ਸੀ ਵੀ ਬਸ ਚ ਨਹੀਂ ਕ੍ਰਿਪਾਲਦਾਸ ਮਹੰਤ ਵਰਗੇ ਜਿਹੜੇ ਪਹਿਲਾਂ ਛੋਟੀ ਲੜਾਈ ਲੜ ਰਹੇ ਨੇ ਪਰ ਜਦੋਂ ਵੱਡੀ ਲੜਾਈ ਦੀ ਗੱਲ ਆ ਗਈ ਹੱਥ ਖੜੇ ਕਰ ਗਏ ਕਿ ਨਹੀਂ ਜੀ ਇੱਥੇ ਨਹੀਂ ਹੋਣਾ ਕੋਈ ਘੋੜੀ ਦੇ ਰੋ ਨਾ ਕਰ ਰਿਹਾ ਕੋਈ ਠਹਾਰ ਦੇਣ ਤੋਂ ਨਾ ਕਰ ਰਿਹਾ ਤੇ ਮੇਰੇ ਹਜ਼ੂਰ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸੀਸ ਤਲੀ ਤੇ ਰੱਖ ਕੇ ਚੱਲਦੇ ਰਹੇ ਕਿ ਕੋਈ ਗੱਲ ਨਹੀਂ ਭਾਈ ਜਿਵੇਂ ਤੁਹਾਨੂੰ ਠੀਕ ਲੱਗਦਾ ਜ਼ਬਰਦਸਤੀ ਥੋੜਾ ਕਿਸੇ ਨਾਲ ਕਿਸੇ ਨੇ ਕਿਹਾ ਥੋੜਾ ਜੀ ਉਹਨਾਂ ਨੂੰ ਉਹਨਾਂ ਦਾ ਤਮੰਨਾ ਸੀ ਕਿ ਮੈਂ ਲੋਕਾਂ ਨੂੰ ਤਹਾਂ ਚੱਕਣਾ ਤੇ ਉਹ ਲੋਕ ਜਿਨ੍ਹਾਂ ਚੋਂ ਬਹੁ ਗਿਣਤੀ ਕਹਿੰਦੀ ਸੀ ਅਸੀਂ ਤਹਾਂ ਆਉਣਾ ਨਹੀਂ ਜਿਨ੍ਹਾਂ ਨੇ ਆਉਣਾ ਸੀ ਉਹ ਸੀਸ ਤਲੀਆਂ ਤੇ ਰੱਖ ਕੇ ਹਜ਼ੂਰ ਦੇ ਭਉਰੇ ਬਣੇ ਹੋਏ ਤੇ ਅੱਗੇ ਗਏ ਨੇ ਕੋਟ ਫੱਤੇ ਵਾਲਾ ਮਿਲਿਆ ਕਪੂਰਾ ਗੁਰੂ ਘਰ ਦਾ ਬਹੁਤ ਅਨਨ ਸ਼ਰਧਾਲੂ 84 ਪਿੰਡਾਂ ਦਾ ਮਾਲਕ ਬਹੁਤ ਵੱਡਾ ਤੇ ਸੋਹਣਾ ਕਿਲਾ ਬਣਾਇਆ ਹੋਇਆ ਤੇ ਹਜ਼ੂਰ ਨੇ ਉਹਨੂੰ ਜਦੋਂ ਮਿਲੇ ਨੇ ਤਾਂ ਕਿਹਾ ਕਿ ਤੇਰਾ ਕਿਲਾ ਦੇ ਦੇ ਵਜ਼ੀਰ ਖਾਨ ਦਾ ਟਾਕਰਾ ਇੱਥੇ ਕਰ ਲਾਂਗੇ ਪਤਾ ਲੱਗ ਰਿਹਾ ਹੈ ਤਿਆਰੀ ਕਰ ਰਿਹਾ ਹੈ ਹੱਥ ਬੰਨ੍ਹ ਕੇ ਖੜ ਗਿਆ ਮਹਾਰਾਜ ਐਨੀ ਔਕਾਤ ਨਹੀਂ ਹੈਗੀ ਵੀ ਉਹਨਾਂ ਨਾਲ ਟੱਕਰ ਲੈ ਸਕਾਂ ਗਵਰਨਮੈਂਟ ਨਾਲ ਦੁਸ਼ਮਣੀ ਲੈ ਸਕਾਂ ਕਹਿੰਦੇ ਕੋਈ ਗੱਲ ਨਹੀਂ ਭਾਈ ਫਿਰ ਕੀ ਹੈ ਮਹਾਰਾਜ ਭੱਲੇ ਕਰੇ ਕਹਿ ਕੇ ਅੱਗੇ ਲੰਘ ਗਏ ਅੱਗੇ ਲਖਮੀਰ ਤੇ ਸ਼ਮੀਰ ਮਿਲੇ ਨੇ ਰਾਏ ਜੋਧ ਦੇ ਪੋਤਰੇ ਇਹ ਰਾਏ ਜੋਧ ਕੌਣ ਸੀ 6ਵੇਂ ਗੁਰੂ ਪਾਤਸ਼ਾਹ ਜੀ ਦੀ ਫੌਜ ਵਿੱਚ ਜੁੜਿਆ ਸੀ ਬਹੁਤ ਘੈਂਟ ਜੋਧਾ ਸੀ ਗੁਰੂ ਪਾਤਸ਼ਾਹ ਜੀ ਦਾ ਰਾਏ ਜੋਧ ਉਹਦੇ ਪੋਤੇ ਨੇ ਤੇ ਹਜ਼ੂਰ ਉਹਨਾਂ ਕੋਲੇ ਗਏ ਉਹ ਵੀ ਜ਼ਗੀਰਦਾਰ ਨੇ ਉਹ ਹਕੂਮਤ ਦੇ ਨਾਲ ਦੇ ਨੇ ਕਿਉਂਕਿ ਉਹ ਮੁਸਲਮਾਨ ਨੇ ਤੇ ਹਜ਼ੂਰ ਨੇ ਪੁੱਛਿਆ ਕਿ ਤੁਹਾਡੇ ਕੋਲੇ ਕਹਿੰਦੇ ਜੀ ਸਾਡੇ ਹੀ ਘਰੇ ਟਿਕੋਗੇ ਹੋਰ ਥੋੜੀ ਤੁਹਾਨੂੰ ਬਾਹਰ ਰਹਿਣ ਦਿੰਦੇ ਆਜੋ ਆਪਣੇ ਜੋ ਜ ਉਹਨਾਂ ਦਾ ਰਹਿائش ਸੀ ਉਥੇ ਉਹਨਾਂ ਕੀਤਾ ਵਜ਼ੀਰ ਖਾਨ ਨੇ ਚਿੱਠੀ ਲਿਖ ਕੇ ਪਾਈ ਉਹਨਾਂ ਨੂੰ ਕਿ ਮੈਨੂੰ ਪਤਾ ਲੱਗਿਆ ਬਾਗੀ ਤੁਹਾਡੇ ਕੋਲੇ ਆ ਤੁਸੀਂ ਤਾਂ ਮੇਰੇ ਜ਼ਗੀਰਦਾਰ ਹੋ ਗੁਰੂ ਨੂੰ ਗ੍ਰਿਫਤਾਰ ਕਰਕੇ ਮੇਰੇ ਹਵਾਲੇ ਕਰੋ ਤਾਂ ਯੋਧਿਆ ਨੇ ਉਸੇ ਦਾਦੇ ਵਾਂਗੂ ਜਵਾਬ ਦਿੱਤਾ ਸੀ ਵਜ਼ੀਰ ਖਾਨ ਨੂੰ ਕਹਿੰਦੇ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਹੈ ਜੀ ਸਾਡੇ ਹੁੰਦਿਆਂ ਗੁਰੂ ਪਾਤਸ਼ਾਹ ਦੇ ਵੱਲ ਕੋਈ ਝਾਕ ਨਹੀਂ ਸਕਦਾ ਅਸੀਂ ਕੋਈ ਗੁਨਾਹ ਨਹੀਂ ਕਰ ਰਹੇ ਆਪਣੇ ਗੁਰੂ ਪੀਰ ਮੁਰਸ਼ਿਦ ਦੀ ਸੇਵਾ ਕਰ ਰਹੇ ਹਾਂ ਤੇ ਇਹ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਹਜ਼ੂਰ ਇੱਥੇ ਕਈ ਦਿਨ ਰਹੇ ਧਰਮ ਪ੍ਰਚਾਰ ਕੀਤਾ ਅਮਰ ਦੀ ਦਾਤ ਬਖਸ਼ੀ ਔਰ ਉਦੋਂ ਅੱਗੇ ਦੀਨੇ ਕਾਂਗੜ ਨੂੰ ਤੁਰ ਪਏ ਲਖਮੀਰ ਤੇ ਸ਼ਮੀਰ ਨੇ ਕਿਰਪਾਨ ਪੇਟਾ ਕੀਤੀ ਘੋੜਾ ਪੇਟਾ ਕੀਤਾ ਹਜ਼ੂਰ ਅਸ਼ੀਰਵਾਦ ਦੇ ਕੇ ਅੱਗੇ ਗਏ ਉੱਥੇ ਸਿੱਖਾਂ ਨੇ ਹੋਰ ਨੇ ਪਟਾ ਮਹਤਰੀਆਂ ਲਿਆ ਕੇ ਤਾਂ ਇੱਕ ਕਿਰਪਾਨ ਤੇ ਸਰੋਪਾ ਲਖਮੀਰ ਤੇ ਸ਼ਮੀਰ ਨੂੰ ਦਿੱਤਾ ਸੀ ਅੱਗੇ ਚਲੇ ਗਏ ਦੀਨੇ ਕਾਂਗੜ ਇਹ ਵੀ ਇੱਕ ਇੱਥੇ ਜ਼ਫਰਨਾਮੇ ਦੀ ਜੋ ਰਚਨਾ ਕੀਤੀ ਗਈ ਕਿਉਂਕਿ ਦੀਨੇ ਕਾਂਗੜ ਕਈ ਦਿਨ ਟਿਕੇ ਨੇ ਗੁਰਦੇ ਪਾਤਸ਼ਾਹ ਮਹਾਰਾਜ ਇਸ ਥਾਂ ਦੇ ਉੱਤੇ ਹੀ ਜ਼ਫਰਨਾਮਾ ਔਰੰਗਜ਼ੇਬ ਨੂੰ ਚਿੱਠੀ ਹੁਣ ਮੈਂ ਇੱਥੇ ਜ਼ਫਰਨਾਮੇ ਤੇ ਥੋੜਾ ਜ਼ੋਰ ਤਾਂ ਦੇ ਰਿਹਾ ਕਈ ਇਤਿਹਾਸਕਾਰ ਕਹਿ ਲੋ ਜਾਂ ਮੇਰੇ ਵਰਗੇ ਅਣਜਾਣ ਕਹਿ ਲੋ ਕਹਿੰਦੇ ਨੇ ਜ਼ਫਰਨਾਮਾ ਗੁਰੂ ਦਾ ਲਿਖਿਆ ਹੋਇਆ ਨਹੀਂ ਇੱਕ ਕੋਈ ਇਸ ਮੁਸਲਮਾਨ ਕਵੀ ਹੈ ਉਹਦਾ ਕਹਿੰਦੇ ਨੇ ਕਿ ਉਹਦੀ ਇਹ ਸਾਰੇ ਸ਼ੇਅਰ ਕਹਿੰਦੇ ਉਹਦੇ ਨੇ ਵੀ ਇਹ ਗੁਰੂ ਦਾ ਲਿਖਿਆ ਹੋਇਆ ਚਿੱਠੀ ਨਹੀਂ ਹੈ ਜੀ ਗੁਰੂ ਦੀ ਹੁਣ ਇਹਦੇ ਵਿੱਚ ਆਉਂਦਾ ਗੁਰਸਨ ਹੈ ਕਿ ਕਾਰੇ ਕੁੰਨਦ ਚਹਲ ਨਰ ਕੇ 10 ਲੱਖ ਬਰਾਇਤ ਬਰੋ ਬੇਖਬਰ ਉਹ ਕਵੀ ਨੇ ਕਿਉਂ ਲਿਖਿਆ ਉਹਨੂੰ ਜ਼ਰੂਰਤ ਕੀ ਸੀ ਉਸ ਜੇ ਉਹਦੀ ਰਚਨਾ ਹੈ ਹਾਂ ਜੇ ਉਹ ਇਹ ਕਹਿੰਦੇ ਵੀ ਅੱਲਾ ਯਾਰ ਖਾਂ ਯੋਗੀ ਵਾਂਗੂੰ ਉਹਨਾਂ ਇਹ ਗੁਰੂ ਦੀ ਚਿੱਠੀ ਦਾ ਵਿਸਥਾਰ ਕੀਤਾ ਹੁਣ ਦੇਖੋ ਇਹਨੇ ਆਪਣਾ ਸਰਤਾਜ ਨੇ ਵੀ ਗਾਇਆ ਉਹਨੇ ਵੱਖਰੇ ਢੰਗ ਨਾਲ ਗਾਇਆ ਹੁਣ ਜੇ ਕੱਲ ਨੂੰ ਕੋਈ ਕਹੇ ਜੀ ਤੇ ਸਰਤਾਜ ਦਾ ਗਾਇਆ ਹੋ ਪਰ ਉਹ ਚ ਡਿਫਰੈਂਸ ਹੈ ਨਾ ਇਸੇ ਤਰ੍ਹਾਂ ਜਫਰ ਨਾਮੇ ਦੇ ਸ਼ੇਅਰ ਨੇ ਜਿਹੜੇ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਬਾਦ ਘਾਟ ਪਾ ਦਿੱਤੀ ਗਈ ਹੋਵੇ ਜਾਂ ਪੈ ਗਈ ਹੋਵੇ ਪਰ ਇਹ ਨਹੀਂ ਆਪਾਂ ਮੰਨ ਫੀ ਕਰ ਸਕਦੇ ਕਿ ਚਿੱਠੀ ਲਿਖੀ ਹੋ ਨਹੀਂ ਗਈ। ਉੱਥੇ ਇਹ ਵੀ ਜ਼ਿਕਰ ਮਾਰਿਆ ਕਿ ਤੇਰੇ ਜਿਹੜੇ ਯੋਧੇ ਅੱਗੇ ਆਉਂਦੇ ਸੀ ਤੁਰ ਕੇ ਉਹ ਕਿਵੇਂ ਮ ਪ੍ਰਲੋਕ ਤੋਰੇ ਨੇ। ਸੋ ਜਦੋਂ ਇਹਨੂੰ ਜਫਰ ਨਾਮੇ ਨੂੰ ਪੜਦੇ ਆਂ ਆਪਾਂ ਤਾਂ ਪਤਾ ਲੱਗਦਾ ਇਹਨੂੰ ਇਹ ਜਫਰ ਨਾਮੇ ਦਾ ਮਤਲਬ ਹੈ ਜਿੱਤ ਦੀ ਚਿੱਠੀ ਕਈਆਂ ਨੇ ਈਰਖਾ ਵਸ ਜੋ ਮੁਸਲਮਾਨ ਲਖਾਰੀਆਂ ਨੇ ਇਹ ਵੀ ਲਿਖਿਆ ਕਿ ਗੁਰੂ ਜੀ ਨੇ ਜੀ ਬੇਨਤੀ ਪੱਤਰ ਲਿਖਿਆ ਔਰਗਜੇਬ ਨੂੰ। ਨਾ ਉਹਨੂੰ ਪੜ੍ਹ ਕੇ ਤੁਸੀਂ ਕਿਤੇ ਵੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਬੇਨਤੀ ਪੱਤਰ ਹੈ ਤਾੜਨਾ ਪੱਤਰ ਕਹਿ ਸਕਦੇ ਹੋ ਇਹਨੂੰ ਤਾੜਨਾ ਪੱਤਰ ਉਹ ਤੇ ਇੱਥੋਂ ਤੱਕ ਵੀ ਲਿਖਿਆ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਗੱਲਾਂ ਦੀਆਂ ਤੇ ਸਮਝੌਤੇ ਦੀਆਂ ਗੱਲਾਂ ਕਰਦਾ ਨਾ ਤੂੰ ਕੁਰਾਨ ਸ਼ਰੀਫ ਦੀ ਸੌਂ ਖਾ ਕੇ ਵਾਦੇ ਤੋੜੇ ਨੇ ਨਾ ਤੇਰੇ ਵਜ਼ੀਰ ਆ ਮੇਰੇ ਕੋਲ ਚਿੱਠੀ ਹੈ ਤੇਰੀ ਜਿਹੜੀ ਤੇ ਮੈਨੂੰ ਭੇਜੀ ਸੀ ਉਹਨਾਂ ਨੇ ਕਿ ਔਰੰਗਜ਼ੇਬ ਨੇ ਸੌਂ ਖਾਦੀ ਹੈ ਮੈਂ ਤੇਰੇ ਤੇ ਭਰੋਸਾ ਕੀਤਾ ਤੇਰੀ ਕੁਰਾਨ ਦੀ ਕਸਮ ਤੇ ਭਰੋਸਾ ਕੀਤਾ ਤੇ ਤੂੰ ਹੁਣ ਤੂੰ ਫੇਰ ਕਹਿਣਾ ਮੁਲਾਕਾਤ ਕਰਨ ਉਹ ਜੇ ਮੁਲਾਕਾਤ ਕਰਨਾ ਤਾਂ ਪੰਜਾਬ ਚ ਆ ਜਾ ਕਹਿੰਦੇ ਕਿੱਧਰ ਦੀ ਤਰੀ ਸਿਆਣਪ ਹੈ ਤੂੰ ਸੋਚਦਾ ਚਾਰ ਸਪੋਲੀਏ ਮਾਰ ਕੇ ਤੂੰ ਜੇਤੂ ਬਣ ਗਿਆ ਹਲੇ ਤਾਂ ਅਜਗਰ ਕਿਉਂਦਾ ਬੈਠਾ ਹੈ ਅਜਗਰ ਇਸ਼ਾਰਾ ਦੋ ਪਾਸੇ ਇੱਕ ਤਾਂ ਖੋਦ ਵਾਲੇ ਪਾਸੇ ਤੇ ਦੂਜਾ ਖਾਲਸਾ ਪੰਥ ਵਾਲੇ ਪਾਸੇ ਕਿ ਹਲੇ ਤਹਿਕ ਦਾ ਨਾਗ ਬੈਠਾ ਹੈ ਤੂੰ ਕਹਿੰਦੇ ਚੰਗਾੜੀਆਂ ਤੇ ਚੱਟੇ ਮਾਰ ਕੇ ਚਾਰ ਚੰਗਾੜੀਆਂ ਬੁਝਾਤੀਆਂ ਅੱਗ ਦੀਆਂ ਪਰ ਤਹਿਕ ਦਾ ਭੰਪੜ ਹੈ ਜਿਹੜਾ ਉਹ ਬਾੜ ਲਿਆ ਇਸ ਭੰਪੜ ਨੂੰ ਕੌਣ ਬੁਝਾਊਗਾ ਇਹ ਜ਼ਫਰਨਾਮੇ ਦੇ ਬੋਲ ਨੇ ਮੈਂ ਆਪਣੇ ਲਬੋਂ ਨੇ ਉਹਦੀ ਇਹ ਸਮਝ ਲਓ ਕਿ ਉਰਦੂ ਫਾਰਸੀ ਚ ਹੈ ਤਾਂ ਉਹਨੂੰ ਜੋ ਉਹਦੇ ਅਰਥ ਨੇ ਉਹ ਮੈਂ ਆਪਣੀ ਨਾਲ ਸਾਂਝੇ ਕੀਤੇ ਨੇ ਤੂੰ ਜੇ ਆਉਣਾ ਕਹਿੰਦੇ ਆ ਜੀ ਆਪਣੀਆਂ ਫੌਜਾਂ ਲਾਏ ਜੇ ਤੈਨੂੰ ਡਰ ਲੱਗਦਾ ਹੈ ਬਰਾਣਾ ਦੀ ਕੌਮ ਮੇਰੇ ਵਸਟ ਹੈ ਉਹ ਮੇਤੋਂ ਬਾਹਰ ਨਹੀਂ ਤੂੰ ਕਬਰਾਈ ਨਾ ਤੂੰ ਆ ਜਾ ਦੋਨੇ ਜਣੇ ਫੌਜਾਂ ਐਡੀ ਕੁ ਦੂਰ ਖੜਾਵਾ ਦਾਂਗੇ ਆਪਾਂ ਕਿ ਇੱਕ ਦੂਜੇ ਨੂੰ ਦੇਖ ਸਕੀਏ ਤੇ ਫਿਰ ਤੂੰ ਆਪਣੇ ਚੁਣਵੇਂ ਜੇ ਯੋਧੇ ਲੈ ਕੇ ਆਈ ਮੈਂ ਕੱਲਾ ਆਉਂਗਾ ਤੇਰੇ ਨਾਲ ਗੱਲ ਕਰਨ ਗੱਲਾਂ ਮੈਦਾਨੇ ਜੰਗ 'ਚ ਖੜਕੇ ਕਰਾਂਗੇ ਗੱਲਾਂ ਮੈਦਾਨ 'ਚ ਕਰਾਂਗੇ ਜਿਹੜੀਆਂ ਲਿਖਤਾਂ ਪੜਤਾਂ ਨੇ ਉੱਥੇ ਹੀ ਕਰ ਲਾਂਗੇ ਫਿਰ ਜਿਹੜੀਆਂ ਕਰਨੀਆਂ ਨੇ ਹੁਣ ਇਹਨੂੰ ਤੁਸੀਂ ਬੇਨਤੀ ਪੱਤਰ ਕਹੋਗੇ ਕਹਿੰਦੇ ਮੈਂ ਦੇਖ ਲਿਆ ਤੇਰਾ ਝੂਠ ਤੇਰਾ ਫਰੇਵ ਤੂੰ ਮਹਾਮੱਕਾਰੀ ਹੈ ਇੰਨਾ ਕੁ ਕੁਛ ਲਿਖਿਆ ਹਜ਼ੂਰ ਨੇ ਤੇ ਤੇਰੇ ਅਮੀਰਾਂ ਵਜ਼ੀਰਾਂ ਨੇ ਕੀ ਕੀਤਾ ਪੂਰੀ ਵਿਆਖਿਆ ਕੀਤੀ ਹੋਈ ਹੈ ਤੇ ਇਹੇ ਲੈਟਰ ਇਹ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਕਿਉਂਕਿ ਸਭ ਤੋਂ ਨੇੜੇ ਭਰੋਸੇਯੋਗ ਦਲੇਰ ਯੋਧੇ ਕਿਉਂਕਿ ਸਿਰ ਅਰਪਣ ਕਰ ਚੁੱਕੇ ਨੇ ਹਰ ਲੜਾਈ ਦੇ ਵਿੱਚ ਮੂਰੇ ਨੇ ਗੁਰੂ ਦਾ ਹਰ ਆਸ਼ਾ ਉਹਨਾਂ ਨੂੰ ਪਤਾ ਹੈ ਠੜਕਣ ਦਾ ਜਾਂ ਕਬਰਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਦੇ ਨੇੜੇ ਉਹਨਾਂ ਨੂੰ ਹੁਕਮ ਕੀਤਾ ਕਿ ਚਿੱਠੀ ਹੈ ਨਾ ਜਿਹੜੀ ਇਹ ਔਰੰਗਜ਼ੇਬ ਦੇ ਹੱਥ ਜਾਣੀ ਹੈ ਸੋ ਉਹ ਵੀ ਇਸਲਾਮੀ ਪੇਸ਼ ਧਾਰਨ ਕਰਕੇ ਤੁਰੇ ਸੀ ਜਦੋਂ ਅੱਗੇ ਪਹੁੰਚੇ ਪਤਾ ਲੱਗਿਆ ਔਰੰਗਜ਼ੇਬ ਨਹੀਂ ਹੌਲੀ 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 ਜਿਸ ਪਾਸੇ ਔਰੰਗਜ਼ੇਬ ਸੀ ਦੱਖਣ ਵਾਲੇ ਪਾਸੇ ਮੁਹੰਮਦ ਚ ਗਿਆ ਸੀ ਉੱਥੇ ਪਹੁੰਚੇ ਬਹੁਤ ਦਿਨ ਲੱਗੇ ਕਿਉਂਕਿ ਔਰੰਗਜ਼ੇਬ ਨੂੰ ਮਿਲਣਾ ਕਿਹੜਾ ਸੌਖਾ ਸੀ ਦਰਬਾਰੀ ਮਿਲ ਨਹੀਂ ਦਿੰਦੇ ਤੇ ਅੱਜ ਵੀ ਕਿਸੇ ਮੰਤਰੀ ਨੂੰ ਮਿਲਣਾ ਹੋਵੇ ਆਪਾਂ ਨੂੰ ਕੀ ਕੀ ਪਾਪੜ ਵੇਲਾਣੇ ਪੈਂਦੇ ਨੇ ਮੁੱਖ ਮੰਤਰੀ ਕੋਲੇ ਪਹੁੰਚਣਾ ਹੋਵੇ ਹੋਰ ਪਾਪੜ ਵੱਡੇ ਵੱਡੇ ਪੇਲਣੇ ਪੈਂਦੇ ਨੇ ਜੇ ਚੂਣਾ ਨੇੜੇ ਹੁਣ ਫੇਰ ਵੱਖਰੀ ਗੱਲ ਹੈ ਅਦਰਵਾਈਜ਼ ਨਹੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਵਾਲੇ ਤਾਂ ਗੱਲੇ ਦੂਰ ਹੈ ਸੋ ਉਸ ਵੇਲੇ ਔਰੰਗਜ਼ੇਬ ਨੂੰ ਮਿਲਣਾ ਕਿਹੜਾ ਸੌਖਾ ਸੀ ਵੀ ਐ ਥੋੜੇ ਕੋਈ ਜਾਣਾ ਖਾਣਾ ਮਿਲ ਲੋ ਕਿੰਨੇ ਦਿਨ ਉਹਨਾਂ ਨੇ ਗੱਠੇ ਉਹਦੇ ਬੰਦਿਆਂ ਨੂੰ ਕਿਸੇ ਤਰ੍ਹਾਂ ਆਪਣੇ ਬਸਟੇ ਲਿਆ ਜਾਂ ਖਰੀਦੇ ਆ ਜਾਂ ਦੋ ਰੁਪਏ ਦਿੱਤੇ ਔਰੰਗਜ਼ੇਬ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਦਰਬਾਰ ਦੇ ਵਿੱਚ ਜਦੋਂ ਔਰੰਗਜ਼ੇਬ ਬੈਠਾ ਐ ਉੱਥੇ ਦੋਨਾਂ ਨੇ ਜਾ ਕੇ ਬੁਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਸੁਣੀ ਔਰੰਗਜ਼ੇਬ ਨੇ ਤਾਂ ਉਹਦਾ ਪਤਾ ਕੀ ਜਵਾਬ ਸੀ ਕਹਿੰਦਾ ਖਾਲਸੇ ਨੇ ਕਾਲੀ ਨਹੀਂ ਕੀਤੀ ਫਤਿਹ ਦੀ ਇਹ ਟਾਉਂਟਿੰਗ ਵੇਚ ਸੀ ਭਾਈ ਦਇਆ ਸਿੰਘ ਨੇ ਕੀ ਜਵਾਬ ਦਿੱਤਾ ਸੀ ਕਿ ਬਾਦਸ਼ਾਹ ਦੀ ਕਾਲੀ ਕਰਕੇ ਸਾਨੂੰ ਕਾਲੀ ਕਰਨੀ ਪਈ ਹੈ ਇਹ ਵੀ ਜਵਾਬ ਦਾ ਜਵਾਬ ਸੀ ਤੁਹਾਡੀ ਕਾਲੀ ਕਰਕੇ ਸਾਨੂੰ ਕਾਲੀ ਕਰਨੀ ਪਈ ਨਹੀਂ ਅਸੀਂ ਕਾਲੀ ਕਿੱਥੇ ਕਰਨ ਵਾਲੇ ਤੇ ਅਸੀਂ ਤਾਂ ਆਮ ਨਾਲੇ ਚੱਲ ਰਹੇ ਤੇ ਬਹੁਤ ਵੱਡੀ ਗੱਲ ਹੈ ਉਹ ਕਹਿੰਦਾ ਕਿਵੇਂ ਆਉਣਾ ਹੋਇਆ ਆ ਹਜ਼ੂਰ ਦਾ ਰੁਕਾ ਲੈ ਕੇ ਆਏ ਆ ਜੀ ਆ ਖਤ ਲੈ ਕੇ ਆਏ ਆ ਜਦੋਂ ਕਹਿੰਦੇ ਪੜਿਆ ਇੰਨਾ ਕੁ ਅਸਰ ਹੋਇਆ ਸੀ ਇੰਨਾ ਕੁ ਅਸਰ ਹੋਇਆ ਸੀ ਔਰੰਗਜ਼ੇਬ ਦੇ ਪਹਿਲਾਂ ਤਾਂ ਉਹਨੇ ਉਸੇ ਵੇਲੇ ਆਪਣੇ ਵਜ਼ੀਰਾਂ ਵੱਲ ਇਹ ਹੁਕਮ ਭੇਜ ਦਿੱਤੇ ਕਿ ਗੁਰੂ ਨੂੰ ਕੋਈ ਤੰਗ ਨਾ ਕਰੇ ਕੋਈ ਪਰੇਸ਼ਾਨ ਨਾ ਕਰੇ ਤੇ ਹਜ਼ੂਰ ਮੇਰੇ ਕੋਲੇ ਆਉ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ ਨਾਲ ਭਾਈ ਦਇਆ ਸਿੰਘ ਹੋਰਾਂ ਵਖਤੇ ਰਾਹਦਾਰੀ ਦਿੱਤੀ ਕਿ ਕੋਈ ਵੀ ਅਹਲਕਾਰ ਇਹਨਾਂ ਦੋਨੇ ਸਿੰਘਾਂ ਨੂੰ ਰਸਤੇ 'ਚ ਪਰੇਸ਼ਾਨ ਨਾ ਕਰੇ ਇਹ ਜਿੱਥੇ ਮਰਜੀ ਜਾ ਸਕਦੇ ਨੇ ਇਹ ਵੱਖਰੀ ਗੱਲ ਹੈ ਕਿ ਇਹ ਚਿੱਠੀ ਕਿਉਂਕਿ ਉਹ ਨਾ ਉਦੋਂ ਕਿਹੜਾ ਕੋਈ ਐਡਾ ਕਾਲੀ ਹੁੰਦੀ ਸੀ ਵੀ ਆਪਾਂ ਛੇਤੀ ਕਰੋ ਜੀ ਆਹ ਕੰਮ ਐਮਰਜੈਂਸੀ ਹੈ ਜੀ ਜਾਂ ਗੁਰੂ ਜੀ ਉਹਦੇ ਕੋਈ ਖਾਸ ਤੇ ਰੂਟੀਨ ਦੇ ਵਿੱਚ ਇਹ ਉਹਨੇ ਪਾ ਦਿੱਤੀ। ਕਾਫੀ ਲੰਮਾ ਸਮਾਂ ਤਾਂ ਚਿੱਠੀ ਪਹੁੰਚਣ ਨੂੰ ਲੱਗ ਗਿਆ ਤੇ ਲੈ ਕੇ ਵੀ ਚਿੱਠੀ ਜੇਬ 'ਚ ਪਾਲਾਂਦੇ ਤੇ ਅਗਲੇ ਕਿਹੜਾ ਇਹ ਦੱਸਣਾ ਸੀ ਵੀ ਮੇਰੇ ਕੋਲੇ ਪਹੁੰਚ ਗਈ ਜੀ। ਦੇਰ ਕਰਦਾਂਦੇ ਤੇ ਉਦੋਂ ਪਹਿਲਾਂ-ਪਹਿਲਾਂ ਵਜ਼ੀਰ ਖਾਨ ਬੰਦੇ ਤੋਰ ਚੁੱਕਿਆ ਸੀ ਗੁਰੂ ਮਹਾਰਾਜ ਨੂੰ ਖਤਮ ਕਰਨ ਦੇ ਲਈ। ਉਹ ਆਪਾਂ ਅੱਗੇ ਸੱਚ ਕਰਦੇ ਆਂ। ਤਾਂ ਇਹ ਲੈਟਰ ਦਾ ਇੰਨਾ ਕੁ ਅਸਰ ਹੋਇਆ ਔਰੰਗਜ਼ੇਬ ਸ਼ਿਕਸ਼ਤਨਾਮਾ ਲਿਖਦਾ ਹਜ਼ੂਰ ਜ਼ਫਰਨਾਮਾ ਲਿਖ ਰਹੇ ਨੇ ਤੇ ਉਹ ਸ਼ਿਕਸ਼ਤਨਾਮਾ ਲਿਖਦਾ ਆਪਣੀ ਵਸੀਅਤ ਲਿਖਦਾ ਨਾ ਜਦੋਂ ਉਹਦੇ ਚੋ ਲਿਖਦਾ ਕਿ ਮੈਂ ਦੁਨੀਆ ਚੋਂ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾ ਰਿਹਾ ਮੈਂ ਬਹੁਤ ਗੁਨਾਹ ਕੀਤੇ ਨੇ ਇਹ ਹੱਥ ਲਿਬੜੇ ਹੋਏ ਨੇ ਮੇਰੇ ਬੇਗੁਨਾਹਾਂ ਦੇ ਲਹੂ ਨਾਲ ਮੈਂ ਕਿਵੇਂ ਅੱਲਾਹ ਪਾਕ ਦੇ ਅੱਗੇ ਕਿੱਦਾਂ ਅਰਜ਼ ਕਰੂੰਗਾ ਜਾ ਕੇ ਕਿਵੇਂ ਕਹੂੰਗਾ ਕਿ ਮੇਰੇ ਗੁਨਾਹ ਬਖਸ਼ ਦੋ ਜਦੋਂ ਮੈਂ ਹੱਥ ਅੱਗੇ ਕਰੂੰਗਾ ਤਾਂ ਬੇਗੁਨਾਹਾਂ ਦੇ ਖੂਨ ਨਾਲ ਰੰਗੇ ਹੋਏ ਹੋਣਗੇ ਉਦੋਂ ਇਹ ਜੋ ਲਿਖਿਆ ਨਾ ਉਨੇ ਲਿਖਿਆ ਕਿ ਮੇਰੀ ਜਿਹੜੀ ਕਬਰ ਹੈ ਉਹਦੀ ਵਸੀਅਤ ਦੀ ਮੈਂ ਗੱਲ ਕਰ ਰਿਹਾ ਔਰੰਗਜ਼ੇਬ ਦੀ ਜਿਹੜੀ ਕਿ ਦੱਖਣ ਵਿੱਚ ਬਣੀ ਹੋਈ ਹੈ ਉਹ ਲਿਖਦਾ ਕਿ ਮੇਰੀ ਜਿਹੜੀ ਕਬਰ ਹੈ ਇਹ ਬਾਕੀ ਕਬਰਾਂ ਤੋਂ ਦੂਰ ਬਣਾਇਓ ਮੇਰੇ ਵਰਗੇ ਮਨਹੂਸ ਬੰਦੇ ਦਾ ਕਿਸੇ ਚੰਗੇ ਮੁਸਲਮਾਨ ਦੇ ਨੇੜੇ ਹੋਣਾ ਵੀ ਗੁਨਾਹ ਹੈ ਉਹਨਾਂ ਦਾ ਮੈਨੂੰ ਨੇੜੇ ਨਾ ਬਣਾਇਓ ਸ਼ਰੀਕੀ ਨਾ ਬਣਾ ਦਿਓ ਦੂਰ ਰੱਖਿਓ ਮੈਨੂੰ ਇਕੱਲੇ ਨੂੰ ਇਹਨਾਂ ਤੋਂ ਮੇਰੇ ਪਾਪਾਂ ਦਾ ਕਿਤੇ ਸੇਕ ਉਹਨਾਂ ਤੱਕ ਨਾ ਪਹੁੰਚ ਜਾਏ ਫਿਰ ਉਹਨੇ ਲਿਖਿਆ ਮੇਰੀ ਕਬਰ ਦੇ ਉੱਤੇ ਕੋਈ ਦਰਖਤ ਨਾ ਲਾਇਓ ਮੈਨੂੰ ਧੁੱਪੇ ਸੜਨ ਦਿਓ ਮਰਨ ਤੋਂ ਬਾਅਦ ਵੀ ਮੈਨੂੰ ਛਾਂ ਦੀ ਨਹੀਂ ਧੁੱਪ ਦੀ ਲੋੜ ਹੈ ਕਿਉਂਕਿ ਮੈਂ ਐਨੇ ਗੁਨਾਹ ਕੀਤੇ ਨੇ ਇਹ ਹੀ ਔਰੰਗਜ਼ੇਬ ਤੇ ਅਸਰ ਹੋਇਆ ਉਹਦੇ ਖੱਤ ਦਾ ਤੀਰਾਂ ਤੇ ਤਲਵਾਰਾਂ ਤੋਂ ਵੱਧ ਇੱਕ ਖੱਤ ਨੇ ਕੰਮ ਕੀਤਾ ਕਿਉਂਕਿ ਕਦੇ ਨਾ ਕਦੇ ਕਦੇ ਨਾ ਕਦੇ ਬੰਦੇ ਤੇ ਕੋਈ ਨਾ ਕੋਈ ਗੱਲ ਅਸਰ ਕਰਦੀ ਹੈ ਉਹ ਟਿਕਾਣੇ ਤੇ ਲੱਗੀ ਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਬੋਲ ਦੇਖਦੇ ਆ ਸੱਜਣ ਵਰਗੇ ਕੌੜਿਆਂ ਵਰਗੇ ਤੇ ਸ਼ਬਦਾਂ ਨੇ ਅਸਰ ਕੀਤਾ ਇਹ ਤਾਂ ਜਿਹੜੇ ਪੱਥਰ ਦਿਲ ਹੁੰਦੇ ਨੇ ਉਹ ਨਹੀਂ ਪਿਗਲਦੇ ਤੇ ਕਈ ਵਾਰੀ ਸਮਾਂ ਲੱਗ ਜਾਂਦਾ ਪਿਗਲਣ ਨੂੰ ਜਾਂ ਟਿਕਾਣਾ ਸਮਾਂ ਹਾਲਾਤ ਬਹੁਤ ਕੁਛ ਹੈ ਬੰਦੇ ਦੇ ਮਨ ਦਾ ਪਤਾ ਲੱਗਦਾ ਅੱਜ ਕੀ ਹੈ ਤੇ ਕੱਲ ਨੂੰ ਕੀ ਹੈ ਕਦੇ-ਕਦੇ ਤਾਂ ਬੰਦਾ ਇਹ ਕਹਿੰਦਾ ਕਿ ਮੇਰੇ ਤੋਂ ਡਿੰਗ ਨਹੀਂ ਪੱਟੀ ਜਾਂਦੀ ਤੇ ਕਈ ਵਾਰੀ ਪਰਬਤਾਂ ਨੂੰ ਚੜ ਜਾਂਦਾ ਹੈ ਤੇ ਕਈ ਵਾਰੀ ਪਰਬਤਾਂ ਉਤੇ ਚੜ ਜਾਂਦਾ ਉੱਠ ਕੇ ਪਾਣੀ ਦਾ ਗਲਾਸ ਨਹੀਂ ਪੀ ਸਕਦਾ ਇਹ ਬੰਦੇ ਦੇ ਮਨ ਦਾ ਹੈ ਪਤਾ ਨਹੀਂ ਕਦੋਂ ਕਿੱਦਾਂ ਦਾ ਬਣ ਜੇ ਸੋ ਗੁਰੂ ਪਾਤਸ਼ਾਹ ਜੀ ਤੋਂ ਆਹਾਂ ਕੁਝ ਜਦੋਂ ਪੜਿਆ ਤੇ ਉਹਨੇ ਸ਼ਿਕਸ਼ਤ ਨਾਮਾ ਲਿਖਿਆ ਜਿਹੜੀ ਕਬਰ ਹੈ ਉਹਦੀ ਮਜ਼ਾਰ ਦੇ ਉੱਤੇ ਇੱਕ ਆਮ ਜਿਹਾ ਫਕੀਰ ਬੈਠਾ ਹੈ ਤੇ ਉਹਨੂੰ ਇੱਕ ਮੈਂ ਜੋ ਉਹ ਪੜਿਆ ਸੀ ਉਹਦੇ ਉਹਦੇ ਬਾਰੇ ਲਿਖ ਰਿਹਾ ਕਿ ਕਿਉਂਕਿ ਜਦੋਂ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਨ ਜਾਂਦੇ ਆ ਹਜ਼ੂਰ ਸਾਹਿਬ ਤਾਂ ਸੱਚ ਜਾਣਿਓ ਉੱਥੇ ਮੇਲੇ ਲੱਗੇ ਹੋਏ ਨੇ ਇੱਕ ਬਾਦਸ਼ਾਹ ਜਿਹੜਾ ਸੁਲਤਾਨ ਸੀ ਜਿਹੜਾ ਕਹਿੰਦਾ ਸੀ ਰੱਬ ਨੂੰ ਟੱਪ ਸਮਝਦਾ ਸੀ ਜਿਹੜਾ ਕਹਿੰਦਾ ਸੀ ਇੱਕੋ ਬਣਾ ਦੂੰਗਾ ਸਾਰਿਆਂ ਨੂੰ ਉਹਦੀ ਮਜ਼ਾਰ ਦੇ ਉੱਤੇ ਟਾਮਾ ਟਾਮਾ ਵੀ ਗੁਰਸਿੱਖੇ ਜਾਂਦੇ ਨੇ ਦੇਖਣ ਦੇ ਲਈ ਉਹ ਪਾਪੀ ਦੀ ਕਬਰ ਉਹਨੂੰ ਪੁੱਛਿਆ ਉਸ ਬੰਦ ਗੁਰਸਿੱਖ ਨੇ ਜਿਹੜਾ ਗਿਆ ਸੀ ਦਰਸ਼ਨ ਕਰਨ ਉਹਦੇ ਵੇਖਾਂ ਕੀ ਹੈ ਉੱਥੇ ਤੇ ਉਹਨੇ ਕਿਹਾ ਸੀ ਉਹਨੂੰ ਪੁੱਛਿਆ ਵੀ ਤੇਰਾ ਗੁਜ਼ਾਰਾ ਕਿਵੇਂ ਹੁੰਦਾ ਕਹਿੰਦਾ ਜੀ ਗੁਰਸਿੱਖੇ ਜਿਹੜੇ ਹੁੰਦੇ ਨੇ ਕੋਈ ਠਿਆਣੀ 42 ਰੁਪਈਆ 2 ਰੁਪਈਏ ਦੇ ਜਾਂਦੇ ਨੇ ਬਸ ਉਹਨਾਂ ਨਾਲੇ ਗੁਜ਼ਾਰਾ ਚੱਲਦਾ ਹੈ ਅੰਦਾਜ਼ਾ ਲਾ ਲਿਓ ਨੇਕੀਆਂ ਦਾ ਔਰ ਬਦੀਆਂ ਦਾ ਆ ਫਲ ਹੁੰਦਾ ਹੈ ਬੰਦਾ ਕਰਤਾ ਜਾਂਦਾ ਕਿਉਂਕਿ ਜਿੰ ਉਹਨੂੰ ਐ ਲੱਗਦਾ ਵੀ ਆਹੀ ਐ ਇਹ ਜਗ ਮਿੱਠਾ ਅਗਲਾ ਕਿਨ ਮਿੱਠਾ ਪਰ ਇੱਥੇ ਵੀ ਬਹੁਤ ਕੁਝ ਦੇਖਣ ਨੂੰ ਮਿਲ ਜਾਂਦਾ ਹੈ ਉਹਦੀਆਂ ਪੁਸ਼ਤਾਂ ਉਹਦੀ ਪੜੋਤੀ ਸੀ ਜਾਂ ਕੌਣ ਸੀ ਔਰੰਗਜ਼ੇਬ ਦੇ ਖਾਨਦਾਨ ਦੇ ਵਿੱਚੋਂ ਬਹੁਤ ਗਰੀਬ ਰੂਪ ਦੇ ਵਿੱਚ ਆ ਪਿੱਛੇ ਜੇ ਕੁਝ ਕੁ ਸਾਲ ਹੋਏ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਗੁਨਾਹਾਂ ਦੀ ਮਾਫੀ ਮੰਗੇ ਗਈ ਸੀ ਔਰੰਗਜ਼ੇਬ ਦੀ ਵੰਸ਼ ਦੇ ਵਿੱਚੋਂ ਇਹ ਅਸਰ ਗੁਰੂ ਪਾਖਸ਼ਾ ਕਿਸੇ ਮਕਸਦ ਲਈ ਜਾ ਰਹੇ ਇਸ ਦੇ ਤੇ ਅੱਗੇ ਤੁਰੇ ਜਾ ਰਹੇ ਨੇ ਕਹਿੰਦਾ ਜਦੋਂ ਰਸਤੇ 'ਚ ਜਾ ਰਹੇ ਨੇ ਤਾਂ ਰਸਤੇ 'ਚ ਇਹ ਖਬਰ ਮਿਲ ਗਈ ਕਿ ਔਰੰਗਜ਼ੇਬ ਮਰ ਗਿਆ ਖਤਮ ਹੋ ਗਿਆ ਪੁੱਤਰਾਂ ਦੇ ਵਿੱਚ ਜੰਗ ਲਈ ਲੜਾਈ ਹੈ ਇੱਥੋਂ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਜਦੋਂ ਹਲੇ ਤੁਰੇ ਨੇ ਦੀਨੇ ਕਾਂਗੜ ਤੋਂ ਸੁਨੇਹਾ ਮਿਲ ਕਿਉਂਕਿ ਇੱਥੋਂ ਹੀ ਮੇਰੇ ਪਾਤਸ਼ਾਹ ਨੇ ਸਰਹੰਦ ਬੰਦੇ ਭੇਜਤੇ ਕਿ ਨਿਗਰਾਨ ਰੱਖੋ ਵਜ਼ੀਰ ਖਾਨ ਕੀ ਕਰ ਰਿਹਾ ਹੈ ਤਿਆਰੀ ਤਾਂ ਕਰ ਰਿਹਾ ਹੈ ਜੰਗ ਦੀ ਕਦੋਂ ਕਰ ਰਿਹਾ ਹੈ ਕਦੋਂ ਆਊ ਕਿਵੇਂ ਉਹ ਬੰਦੇ ਉੱਥੇ ਛੱਡਤੇ ਜਿਹੜੇ ਕਿ ਨਿਗਰਾਨੀ ਕਰ ਰਹੇ ਨੇ ਉਹਨਾਂ ਚੋਂ ਸਮੇਂ-ਸਮੇਂ ਦੀ ਖ਼ਬਰ ਇੱਕ ਬੰਦਾ ਆ ਜਾਂਦਾ ਸੀ ਉਹ ਆ ਕੇ ਦੱਸ ਦਿੰਦਾ ਤੇ ਵੀ ਹੁਣ ਇੰਨਾ ਕੁ ਹਾਲਾਤ ਦਾ ਮੈਨੂੰ ਪਤਾ ਹੈ ਵਾਪਸ ਵਗ ਜਾਂਦਾ ਦੂਜਾ ਆ ਜਾਂਦਾ ਇਹ ਵੱਡੀ ਟੀਮ ਸੀ ਇੱਕ ਨਹੀਂ ਇਹੋ ਜੀ ਟੀਮ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਵੀ ਇੱਕ ਬਹੁਤ ਬਹੁਤ ਹੀ ਵੱਡਾ ਇੱਕ ਸਾਡੇ ਇਤਿਹਾਸ 'ਚ ਪਾਤਰ ਆਊਗਾ ਜਿਹੜਾ ਤੁਸੀਂ ਸ਼ਾਇਦ ਇਸ ਰੂਪ ਚ ਪਹਿਲੀ ਵਾਰ ਸੁਣੋਗੇ ਵੀ ਐਂ ਵੀ ਹੋ ਸਕਦਾ ਹੈ ਉਹ ਸੁਨੇਹੇ ਆਇੰਗੇ ਹਜ਼ੂਰ ਨੂੰ ਪਤਾ ਲੱਗਦਾ ਰਿਹਾ ਕਿ ਉਹਨਾਂ ਨੇ ਦੱਸਿਆ ਕਿ ਬਜ਼ੀਰ ਖਾਨ ਤਿਆਰੀ ਤਾਂ ਕਰ ਰਿਹਾ ਜੀ ਪਰ ਹਲੇ ਏਡੀ ਕਾਲੀ ਨਹੀਂ ਲੱਗੂਗਾ ਟਾਈਮ ਔਰ ਲੱਗਿਆ ਵੀ ਕੁਝ ਕ ਮਹੀਨੇ ਉਹਨੂੰ ਲੱਗੇ ਕਿਉਂਕਿ ਫੌਜਾਂ ਟੁੱਟ ਚੁੱਕੀਆਂ ਸੀ ਸੱਤ ਅੱਠ ਮਹੀਨੇ ਤੋਂ ਸੜਕਾਂ ਗਲੀਆਂ ਚ ਸੜਕਾਂ ਤੇ ਥੜਕਾਂ ਤਾਂ ਉਦੋਂ ਨਹੀਂ ਸੀ ਐ ਕਿ ਲੋਕ ਪਹਿਆਂ ਚ ਜੰਗਲਾਂ ਚ ਗੁਰੂ ਪਾਤਸ਼ਾਹ ਦੇ ਪਿੱਛੇ ਫਿਰਦੇ ਟੁੱਟੇ ਪਏ ਸੀ ਉਹ ਸੋ ਥਕਾਵਟ ਲਾਉਣ ਦੇ ਲਈ ਉਹਨਾਂ ਨੂੰ ਸਮਾਂ ਲੱਗ ਗਿਆ ਤੇ ਜਦੋਂ ਹਜ਼ੂਰ ਨੂੰ ਪਤਾ ਲੱਗਿਆ ਕਿ ਹੁਣ ਵਜ਼ੀਰ ਖਾਨ ਤਿਆਰੀ ਕਰਕੇ ਆ ਰਿਹਾ ਹੈ ਤਾਂ ਉਸੇ ਕਪੂਰੇ ਨੇ ਮਹਾਰਾਜ ਨੂੰ ਦੱਸ ਦਿੱਤਾ ਮਹਾਰਾਜ ਵਜ਼ੀਰ ਖਾਨ ਆ ਰਿਹਾ ਹੈ ਤਾਂ ਹਜ਼ੂਰ ਨੇ ਉਦੋਂ ਹੀ ਕਿਹਾ ਸੀ ਨਾ ਵੀ ਕਿਲਾ ਦੇ ਦੇ ਉਹਨੇ ਜਵਾਬ ਦਿੱਤਾ ਤੇ ਨਾਲ ਇਹ ਵੀ ਕਹਿਤਾ ਮਹਾਰਾਜ ਜੰਗਲ ਦੇ ਵਿੱਚ ਲੰਘ ਜਿਓ ਤੇ ਉੱਥੇ ਇੱਕ ਢਾਬ ਹੈ ਛੋਟਾ ਜਿਹਾ ਪਾਣੀ ਦਾ ਜਰੀਆ ਹੋਰ ਕੋਈ ਪਾਣੀ ਨਹੀਂ ਤੁਸੀਂ ਉੱਥੇ ਜੇ ਜਾ ਕੇ ਮੋਰਚੇ ਬਣਾ ਲਓ ਕੁਸ਼ਕ ਸਿੰਘ ਸੀ ਮੁੱਠੀ ਪਰ ਮਾਲਵੇ ਦੇ ਉਦੋਂ ਹਜ਼ੂਰ ਦੇ ਨਾਲ ਇਸੇ ਥਾਂ ਦੇ ਉੱਤੇ ਫਿਰ ਭਾਈ ਮਹਾ ਸਿੰਘ ਜੀ ਬੀਬੀ ਭਾਗਕੌਰ ਜੀ ਇਹ ਯੋਧੇ ਸਾਥੀ ਅਤੇ ਸਾਥਣਾਂ ਦੇ ਨਾਲ ਆਏ ਨੇ ਹੁਣ ਇਥੋਂ ਇਕੱਲਾ ਸੀ ਮੈਂ ਪਹਿਲਾਂ ਦੱਸ ਚੁੱਕਿਆ ਕਿ ਵੱਡੀ ਘਟਨਾ ਸਾਡੇ ਯਾਦ ਰਹਿ ਜਾਂਦੀ ਹੈ ਛੋਟੀ ਘਟਨਾ ਜਿਹੜੀ ਉਹ ਵਿਸਰ ਜਾਂਦੀ ਹੈ ਮਾਈ ਭਾਗਕੌਰ ਕਿਉਂਕਿ ਨਾਮ ਸੀ ਉਹ ਆਗੇ ਪਰ ਉਹਨਾਂ ਨਾਲ ਬੀਬੀਆਂ ਕਿੰਨੀਆਂ ਕੁ ਹੋਣਗੀਆਂ ਇਹ ਇਤਿਹਾਸ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਘਟਨਾਵਾਂ ਐਨੀਆਂ ਘਟ ਗਈਆਂ ਤੇ ਜਾਂ ਐਨੀਆਂ ਘਟ ਰਹੀਆਂ ਨੇ ਕਿ ਕਿਹੜੀ ਕਿਹੜੀ ਦਾ ਖੁਲਾਸਾ ਕੀਤਾ ਜਾਵੇ ਜਿਵੇਂ ਅੱਜ ਤੱਕ ਤਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਆਰਮ ਪਤਨੀ ਕਮਰ ਸੁਸ਼ੀਲ ਕੌਰ ਪਹਿਲਾਂ ਉਹਨਾਂ ਦਾ ਸੁਸ਼ੀਲ ਕਮਰ ਨਾਮ ਸੀ ਕਿਉਂਕਿ ਕਮਰ ਦਾ ਮਤਲਬ ਹੀ ਕੌਰ ਹੀ ਹੁੰਦਾ ਤੇ ਕੌਰ ਦਾ ਮਤਲਬ ਹੀ ਕਮਰ ਭਾਵ ਰਾਜਕੁਮਾਰੀ ਉਹ ਹੈ ਵੀ ਰਾਜਕੁਮਾਰੀ ਸੀ ਇਸ ਲਈ ਸੁਸ਼ੀਲ ਕਮਰ ਉਹਨਾਂ ਦਾ ਪਹਿਲਾ ਨਾਮ ਸੀ ਜਿਹੜਾ ਕਿ ਬਦਲ ਕੇ ਕਮਰ ਸੁਸ਼ੀਲ ਕੌਰ ਬਣਿਆ ਸਾਨੂੰ ਤਾਂ ਅਜੇ ਤੱਕ ਉਹਨਾਂ ਬਾਰੇ ਨਹੀਂ ਪਤਾ ਲੱਗਿਆ ਨਾ ਦੱਸਿਆ ਕਿਸੇ ਨੇ ਸੋ ਬੀਬੀ ਭਾਗ ਕੌਰ ਜੀ ਉਹ ਵੀ ਹੁਣ ਬੀਬੀ ਸ਼ਰਨ ਕੌਰ ਦੀ ਆਪਾਂ ਗੱਲ ਕਰਦੇ ਆ ਜਿਨ੍ਹਾਂ ਨੇ ਚਮਕੌਰ ਬੱਚਿਆਂ ਦਾ ਔਰ ਸਿੰਘਾਂ ਦਾ ਸੰਸਕਾਰ ਕੀਤਾ ਉਹ ਵੀ ਇਕੱਲੇ ਨੇ ਥੋੜਾ ਕੀਤਾ ਹੋ ਇੱਕ ਇੱਕ ਦੇ ਵਸ ਦੀ ਗੱਲ ਤਾਂ ਹੈ ਨਹੀਂ ਨਾ 40 ਸਿੰਘਾਂ ਦਾ ਸੰਸਕਾਰ ਕਰਨਾ ਉਹ ਵੀ ਉਹਦੇ ਨਾਲ ਟੀਮ ਹੋਊਗੀ ਪਰ ਕਿਉਂ ਕਿਉਂਕਿ ਆਮ ਤੌਰ ਤੇ ਵੱਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਬਹੁਤ ਹਾਈ ਲੈਵਲ ਤੇ ਪਹੁੰਚ ਗਈਆਂ ਉਹ ਵੀ ਦੁਸ਼ਮਣਾਂ ਦੇ ਹੱਥੋਂ ਹੀ ਆਉਂਦੀਆਂ ਨੇ ਸਾਡੇ ਆਲੇ ਕੋਲ ਤਾਂ ਉਦੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਤੇ ਬਹੁਤ ਸਾਰਾ ਜਿਹੜਾ ਇਤਿਹਾਸ ਆ ਸਾਡਾ ਹਲੇ ਵੀ ਉਹ ਵਾਕਿਆ ਨਹੀਂ ਗਿਆ ਸੋ ਆਪਾਂ ਅੱਗੇ ਸਾਂਝ ਕਰਦੇ ਹਾਂ ਸੋ ਬੀਬੀ ਭਾਗ ਕੋਰ ਨਾਲ ਵੀ ਬੀਬੀਆਂ ਦਾ ਜਥਾ ਕਿਉਂਕਿ ਇਕੱਲਾ ਇਕੱਲੇ ਦਾ ਮਤਲਬ ਨਹੀਂ ਬਣਦਾ ਉਸ ਵੇਲੇ ਤਾਂ ਜਿਹੜਾ ਵੀ ਸਿੱਖ ਸੀ ਉਹ ਹਥਿਆਰਬੰਦ ਸੀ ਔਰ ਜਿਹੜਾ ਵੀ ਗੁਰੂ ਨੂੰ ਪਿਆਰ ਕਰਦਾ ਸੀ ਜਿੰਨਾ ਕੋਦੇ ਕੋਲੇ ਵਾਸੀਓ ਆਏ ਨੇ ਸੋ ਸਰਦਾਰ ਮਹਾ ਸਿੰਘ ਆਮ ਤੌਰ ਤੇ ਇਥੇ ਕਿਹਾ ਜਾਂਦਾ ਇਹ ਬਿਦਾਵੀਏ ਸਿੰਘ ਤੇ ਨਹੀਂ ਮੈਂ ਪਹਿਲਾਂ ਦੱਸ ਚੁੱਕਿਆ ਐਦਾਂ ਦਾ ਬਿਦਾਵੇ ਵਾਲੀ ਕੋਈ ਗੱਲ ਨਹੀਂ ਇਹ ਉਹ ਸਿੰਘ ਤੇ ਜਿਹੜੇ ਸਰਸਾ ਦੀ ਜੰਗ 'ਚ ਜਾ ਤਾਂ ਵਿਛੜੇ ਨੇ ਗੁਰੂ ਪਾਤਸ਼ਾਹ ਨੂੰ ਮਿਲ ਨਹੀਂ ਸਕੇ ਜਾਂ ਜਿਹੜੇ ਪਹਿਲੇ ਹੀ ਅਨੰਦਪੁਰ ਸਾਹਿਬ ਪਹੁੰਚ ਨਹੀਂ ਸਕੇ ਘੇਰਾ ਪਹਿਲਾਂ ਪੈ ਗਿਆ ਜਾਂ ਉਹ ਨੇ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣ ਕੇ ਮਰਨ ਦਾ ਉਹਨਾਂ ਦੇ ਅੰਦਰ ਜਜ਼ਬਾ ਪੈਦਾ ਹੋ ਗਿਆ ਇਹ ਤਿੰਨ ਕੈਟਾਗਰੀਆਂ ਨੇ ਉਹਨਾਂ 'ਚ ਕੋਈ ਸਪੈਸ਼ਲ ਇੱਕ ਕੈਟਾਗਰੀ ਨਹੀਂ ਕਿ ਆਹਾ ਬੰਦੇ ਆ ਗਏ ਐ ਨਹੀਂ ਆਏ ਇਹ ਸਮਝ ਲਓ ਮਰਨ ਮਾਰਨ ਆਲੇ ਆਏ ਨੇ ਤੇ ਜਦੋਂ ਪਹੁੰਚ ਗਏ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰਤੀ ਹੁਣ ਮਾਝੇ ਅਤੇ ਮਾਲਵੇ ਦੋਨੋਂ ਪਾਸਿਆਂ ਦੇ ਸਿੰਘ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਨੇ ਤੇ ਉਹਨਾਂ ਨੇ ਮਾਝੇ ਵਾਲੇ ਸਿੰਘਾਂ ਨੇ ਸੌਂਖ ਖਾਲੀ ਮਹਾਰਾਜ ਤੱਕ ਫੌਜ ਨੂੰ ਪਹੁੰਚਣ ਨਹੀਂ ਦੇਣਾ ਹਜ਼ੂਰ ਨੂੰ ਬੇਨਤੀ ਹਜ਼ੂਰ ਨੇ ਉੱਚੀ ਟਿੱਪੀ ਤੇ ਮੋਰਚੇ ਲਾ ਲਏ ਤੇ ਇਹਨਾਂ ਸਿੰਘਾਂ ਨੇ ਅੱਗੇ ਮੋਰਚੇ ਲਾਏ ਨੇ ਉੱਤ ਸੁੱਕੀ ਹੋਈ ਢਾਬ ਦੇ ਕੰਢੇ 'ਤੇ ਤੇ ਵਜ਼ੀਰ ਖਾਨ ਤਕਰੀਬਨ 8-10 ਹਜ਼ਾਰ ਦੀ ਫੌਜ ਲੈ ਕੇ ਆਇਆ ਇੱਥੇ ਸਿੰਘ ਕਿੰਨੇ ਨੇ ਤਕਰੀਬਨ 5-700 ਕਿਉਂਕਿ ਬਹੁਤੀਆਂ ਫੌਜਾਂ ਸ਼ਹੀਦ ਹੋ ਚੁੱਕੀਆਂ ਨੇ ਕਈਆਂ ਤੱਕ ਸੁਨੇਹੇ ਨਹੀਂ ਪਹੁੰਚੇ ਕਈਆਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਕਿਹੜੀ ਥਾਂ ਦੇ ਉੱਤੇ ਗੁਰੂ ਪਾਤਸ਼ਾਹ ਨੇ ਕਿਉਂਕਿ ਉਸ ਵੇਲੇ ਕਿਹੜਾ ਕੋਈ ਸੰਚਾਰ ਦੇ ਸਾਧਨ ਤੇ ਤੇ ਉੱਥੇ ਆ ਕੇ ਇਹਨਾਂ ਨੇ ਮੋਰਚੇ ਲਾਏ ਨੇ ਤੇ ਵਜ਼ੀਰ ਖਾਨ ਦੇ ਨਾਲ ਕੌਣ ਆ ਰਿਹਾ ਕਪੂਰਾ ਉਹਦੀਆਂ ਕਿਉਂਕਿ ਉਹ ਜ਼ਗੀਰਦਾਰ ਹੈ ਗੁਰੂ ਪਾਤਸ਼ਾਹ ਦੇ ਨਾਲ ਵੀ ਉਹਨੇ ਰੱਖਿਆ ਹੋਇਆ ਸਬੰਧ ਹੈ ਤੇ ਵਜ਼ੀਰ ਖਾਨ ਨਾਲ ਵੀ ਔਰ ਇੱਥੇ ਆਪਾਂ ਮਨਫੀ ਨਹੀਂ ਕਿਸੇ ਚੀਜ਼ ਨੂੰ ਕਰ ਸਕਦੇ ਹੁੰਦੇ ਗਦਾਰੀ ਨਹੀਂ ਕਹਿ ਸਕਦੇ ਆਪਾਂ ਜੀ ਗਦਾਰੀ ਕਹਿਣੀ ਫਿਰ ਇਹ ਵੀ ਕਹਿ ਸਕਦੇ ਆ ਕਿ ਉਹ ਗੁਰੂ ਨਾਲ ਵੀ ਤਾਂ ਹੈਗਾ ਫਿਰ ਉਹ ਵਜ਼ੀਰ ਖਾਨ ਦਾ ਵੀ ਗਦਾਰ ਹੈ ਹੁਣ ਗੱਲ ਕੀ ਹੈ ਜਿਹੜਾ ਜਿੰਨਾ ਕਰ ਸਕਦਾ ਹੈ ਉਹ ਓਨਾ ਕਰ ਰਿਹਾ ਹੈ ਜਿਹਦੇ ਜਿੰਨਾ ਵਸ ਚ ਹੈ ਜਿਹੜੇ ਸੀਸ ਤਲੀਆਂ ਤੇ ਰੱਖੇ ਹੋਏ ਨੇ ਉਹ ਤਾਂ ਕੈਟਾਗਰੀ ਹੈ ਹੀ ਪਰ ਆਪਾਂ ਜੇ ਕੋਈ ਹਮਦਰਦੀ ਵੀ ਰੱਖਦਾ ਹੈ ਉਹਨੂੰ ਵੀ ਆਪਾਂ ਮਨਫੀ ਨਹੀਂ ਕਰ ਸਕਦੇ ਹੁੰਦੇ ਇਤਿਹਾਸ 'ਚ ਜਿਵੇਂ ਅੱਜ ਦੇ ਸਾਊ ਜਮਾਨੇ 'ਚ ਵੀ ਆਪਾਂ ਦੇਖਦੇ ਹਾਂ ਕਈ ਬੰਦੇ ਹੁੰਦੇ ਨੇ ਖੁੱਲ੍ਹ ਕੇ ਤੁਹਾਡਾ ਸਾਥ ਨਹੀਂ ਦੇ ਸਕਦੇ ਹੁੰਦੇ ਉਹ ਕਹਿੰਦੇ ਨੇ ਪਿੱਛੇ ਰਹਿ ਕੇ ਤੁਹਾਡੀ ਮਦਦ ਕਰ ਦਾਂਗੇ ਜਾਂ ਵਿਰੋਧੀ ਦੇ ਨਾਲ ਦੇ ਹੁੰਦੇ ਨੇ ਪਰ ਉਹ ਕਹਿੰਦੇ ਨੇ ਮੈਂ ਇਹਦੇ ਨਾਲ ਨਹੀਂ ਜੀ ਲੱਗਦਾ ਪਰ ਮੇਰੀ ਮਜਬੂਰੀ ਹੈ ਮੈਂ ਤੁਹਾਡੇ ਨਾਲ ਵੀ ਨਹੀਂ ਲੱਗ ਸਕਦਾ ਇਹ ਵੀ ਇੱਕ ਤਰ੍ਹਾਂ ਦੀ ਮਦਦ ਹੁੰਦੀ ਹੈ ਕੋਈ ਕਹਿੰਦਾ ਜੀ ਮੈਂ ਮਾਇਕ ਮਦਦ ਪੈਸੇ ਨਾਲ ਤੁਹਾਡੀ ਮਦਦ ਕਰ ਸਕਦਾ ਹੋਰ ਮੈਂ ਕੁਝ ਨਹੀਂ ਕਰ ਸਕਦਾ ਕੋਈ ਫਿਜ਼ੀਕਲੀ ਮਦਦ ਕਰ ਸਕਦਾ ਕੋਈ ਮੈਂਟਲੀ ਤੌਰ ਤੇ ਤੁਹਾਨੂੰ ਸਲਾਹ ਦੇ ਸਕਦਾ ਹਰ ਤਰ੍ਹਾਂ ਦੇ ਬੰਦੇ ਦੀ ਆਪੋ ਆਪਣਾ ਢੰਗ ਹੁੰਦਾ ਹੈ ਮਦਦ ਕਰਨ ਦਾ ਹਰੇਕ ਬੰਦੇ ਤੋਂ ਇੱਕੋ ਜੀ ਮਦਦ ਆਪਾਂ ਨਹੀਂ ਆਸ ਕਰ ਸਕਦੇ ਹਰ ਬੰਦਾ ਫਿਜ਼ੀਕਲੀ ਤੌਰ ਤੇ ਤੁਹਾਡੇ ਨਾਲ ਨਹੀਂ ਜਾ ਸਕਦਾ ਉਹ ਕਹਿੰਦਾ ਜੀ ਮੈਂ ਮੇਰੀ ਭਰਤੀ ਘੱਟ ਦੋ ਜਾਂ ਮੈਂ ਇੰਨੀ ਕਿ ਸੇਵਾ ਕਰ ਸਕਦਾ ਹਰ ਤਰ੍ਹਾਂ ਦੀ ਕੋਈ ਬੋਲ ਕੇ ਕਰ ਸਕਦਾ ਹੈ ਕੋਈ ਤੁਰ ਕੇ ਕਰ ਸਕਦਾ ਜਿੱਦਾਂ ਦੀ ਵੀ ਕਰ ਸਕਦਾ ਉਹ ਹਰ ਹਰ ਬੰਦੇ ਦੀ ਆਪਣੀ ਕਪੈਸਿਟੀ ਹੁੰਦੀ ਹੈ ਸੋ ਕਪੂਰਾ ਉਹਦੇ ਨਾਲ ਆਇਆ ਪਰ ਅੰਦਰੋਂ ਗੁਰੂ ਦੀ ਹਮਦਰਦੀ ਹੈ ਲੜਾਈ ਉਥੇ ਬਹੁਤ ਭਿਆਨਕ ਹੋਈ ਉਹੀ ਸਮਾਂ ਫੇਰ ਦੁਹਰਾਇਆ ਗਿਆ ਚਮਕੌਰ ਵਾਲਾ ਇਥੇ ਇਥੇ ਵੀ 5-7 ਸਿੰਘ ਅੱਗੇ ਆਉਂਦੇ ਤੇ ਜਦੋਂ ਵਜ਼ੀਰ ਕਿਉਂਕਿ ਜੰਗਲ ਦਾ ਏਰੀਆ ਸੀ ਇਕੱਠੇ ਉਹ ਵੀ ਨਹੀਂ ਫੌਜ ਆ ਸਕਦੀ ਸੀ ਉਹਨਾਂ ਨੂੰ 5-7 ਲੜਦੇ ਸ਼ਹਾਦਤ ਇਜਾਮ ਹਾਸਲ ਹੁੰਦਾ ਉਹਨਾਂ 5-7ਾਂ ਦੇ ਡਿੱਗਣ ਤੋਂ ਪਹਿਲਾਂ-ਪਹਿਲਾਂ ਅਗਲੀ ਟੀਮ ਫੇਰ ਅੱਗੇ ਖੜੀ ਹੁੰਦੀ ਦੀ ਉਹ ਡਿੱਗਣ ਤੋਂ ਪਹਿਲਾਂ ਅਗਲੀ ਉਹ ਪਾਣੀ ਉਹਨਾਂ ਕੋਲੇ ਹੈ ਨਹੀਂ ਤੇ ਪਾਣੀ ਤੇ ਕਬਜ਼ਾ ਗੁਰੂ ਪਾਤਸ਼ਾਹ ਦਾ ਅਤੇ ਸਿੰਘਾਂ ਦਾ ਤੇ ਉਹ ਦੁਪਹਿਰ ਤੋਂ ਢਾਲ ਅੰਸਾਰ ਹੀ ਪਾਣੀ ਕਣਿਓ ਬੁਰਾ ਹਾਲ ਹੋ ਗਿਆ ਫੌਜ ਦਾ ਪਾਣੀ ਬਾਰੇ ਕਪੂਰੇ ਨੂੰ ਪੁੱਛਿਆ ਕਪੂਰਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜਾ ਬੰਦਾ ਜਿੱਦਾਂ ਦਾ ਕੰਮ ਕਰ ਸਕਦਾ ਕਪੂਰੇ ਨੇ ਇੱਕੋ ਗੱਲ ਕਹੀ ਮਹਾਰਾਜ ਵੀ ਪਾਣੀ ਤਾਂ ਇੱਥੇ ਹੈ ਨਹੀਂ ਜੇ ਤਾਂ ਅੱਗੇ ਪੀਣਾ ਗੁਰੂ ਨੂੰ ਹਰਾ ਕੇ ਆਪਾਂ ਚੱਲਦੇ ਆਂ ਬਹੁਤ ਦੂਰ ਹੈ ਜਾਂ ਜੇ ਆਪਾਂ ਬਲ ਪਾ ਕੇ ਪਾਣੀ ਪੀਣਾ ਤਾਂ ਕਈ ਮੀਲ ਦਾ ਸਫ਼ਰ ਹੈ ਪਰ ਜੇ ਪਿੱਛੇ ਮੁੜ ਜਾਈਏ ਤਾਂ ਪਾਣੀ ਨੇੜੇ ਹੋਇਆ ਉਹਦਾ ਉਹ ਚਾਹੁੰਦਾ ਸੀ ਵੀ ਕਿਸੇ ਤਰ੍ਹਾਂ ਵਜੀਰ ਖਾਨ ਪਿੱਛੇ ਮੁੜੇ ਅੰਦਰੋਂ ਹਮਦਰਦੀ ਸੀ ਸੋ ਉਧਰੋਂ ਇਹ ਸਿੰਘ ਡਿੱਗਦੇ ਗਏ ਤੇ ਗੁਰੂ ਪਾਤਸ਼ਾਹ ਨੇ ਉਧਰੋਂ ਮਾਲਵੇ ਦੇ ਸਿੰਘਾਂ ਨੂੰ ਫਿਰ ਹੁਕਮ ਕਰ ਦਿੱਤਾ ਕਿ ਹੁਣ ਸਿੱਧਾ ਅਟੈਕ ਕਰ ਦੋ ਜਾ ਕੇ ਤਬ ਮਾਲਵੇ ਦੇ ਸਿੰਘ ਗੁਰੂ ਪਾਤਸ਼ਾਹ ਆਪ ਤੀਰਾਂ ਦੀ ਛੜੀ ਲਾਉਂਦੇ ਹੋਏ ਔਰ ਨਾਲ ਮਾਲਵੇ ਦੇ ਸਿੰਘਾਂ ਨੇ ਮਾਝੇ ਵਾਲਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਧੇ ਮੈਦਾਨ 'ਚ ਆ ਗਏ ਤੇ ਉਹ ਵੀ ਮੋਰਚਿਆਂ ਤੋਂ ਫਿਰ ਨਿਕਲ ਕੇ ਉਹ ਜਿਹੜਾ 8-10 ਵਾਲਾ ਚੱਲ ਰਿਆ ਸੀ ਉਹ ਛੱਡ ਕੇ ਹੱਥੋ-ਹੱਥੀ ਲੜਾਈ ਤੇ ਹੋ ਗਏ ਤੇ ਇਹ ਸਭ ਤੋਂ ਖੂਨੀ ਔਰ ਭਿਆਨਕ ਲੜਾਈ ਤੇ ਜਿਦੇ ਵਿੱਚ ਵਜ਼ੀਰ ਖਾਨ ਬੁਰੀ ਤਰ੍ਹਾਂ ਹਾਰਿਆ ਪ੍ਰੋਪਰ ਹਾਰਿਆ ਜਿਹਨੂੰ ਕਹਿੰਦੇ ਆ ਉਹ ਹਾਰ ਕੇ ਤਿਹਾਇਆ ਮਰਦਾ ਉਹਦੀ ਬਖਲਾਹਟ ਦਾ ਪਤਾ ਇਸ ਗੱਲ ਤੋਂ ਲੱਗਦਾ ਕਿ ਆਪਣੇ ਜ਼ਖਮੀਆਂ ਔਰ ਮੁਰਦਿਆਂ ਨੂੰ ਵੀ ਮੈਦਾਨ 'ਚ ਛੱਡ ਗਿਆ ਔਰ ਭੱਜ ਗਏ ਮੈਦਾਨ ਛੱਡ ਕੇ ਹਜ਼ੂਰ ਨੇ ਕਹਿੰਦੇ ਉੱਚੀ ਟਿੱਬੀ ਤੋਂ ਪਿਤਾ ਦਸ਼ਮੇਸ਼ ਉਤਰੇ ਕਿਉਂਕਿ ਭਾਈ ਮਹਾ ਸਿੰਘ ਜੀ ਇੱਥੇ ਜੰਗ 'ਚ ਕੰਮ ਆਏ ਸਾਰੇ ਸਿੱਖ ਥਾਂ ਥਾਈ ਜੋ ਸ਼ਹੀਦ ਹੋਏ ਪਏ ਨੇ ਉੱਚੀ ਟਿੱਬੀ ਤੋਂ ਪਿਤਾ ਦਸ਼ਮੇਸ਼ ਉਤਰੇ ਜੂਝ ਗਿਆਾਂ ਦਾ ਕਰਨ ਸਤਕਾਰ ਲੱਗੇ ਉਹਨੂੰ ਲਹੂ ਦੇ ਵਿੱਚ ਗੁੜੰਚ ਹੋਇਆ ਕੋਈ ਅਜੀਤ ਲੱਗੇ ਕੋਈ ਜੁਝਾਰ ਲੱਗੇ ਹੂਕ ਸੋਤੇ ਸ਼ਹੀਦਾਂ ਦੇ ਸਿਰਾਂ ਉੱਤੇ ਜਦੋਂ ਮੋਥੀ ਦੇਣ ਪਿਆਰ ਲੱਗੇ ਮਹਾ ਸਿੰਘ ਚਿਰੋਕਣਾ ਸਿਸਕਦਾ ਸੀ ਵੇਖਣ ਉਸ ਨੂੰ ਜਦੋਂ ਦਤਾਰ ਲੱਗੇ ਗੁਰੂ ਪਾਤਸ਼ਾਹ ਆਏ ਨੇ ਇੱਥੇ ਉਹਨਾਂ ਨੇ ਖਿਤਾਬ ਬਖਸ਼ਿਸ਼ ਕੀਤੀ ਆ ਮੇਰਾ 500000 ਹੈ ਆ ਮੇਰਾ 100000 ਹੈ ਆ ਮੇਰਾ 200000 ਹੈ ਇਹ ਉਸ ਵੇਲੇ ਮੁਗਲ ਫੌਜਾਂ ਦੇ ਵਿੱਚ ਖਿਤਾਬ ਬਖਸ਼ਿਸ਼ ਕੀਤੇ ਜਾਂਦੇ ਹੁੰਦੇ ਸੀ ਤਕੜੇ ਯੋਧੇ ਜਰਨੈਲਾਂ ਨੂੰ ਤੇ ਗੁਰੂ ਪਾਤਸ਼ਾਹ ਉਹ ਖਿਤਾਬ ਦੇ ਰਹੇ ਨੇ ਆਪਣੇ ਵਰਸਰਾਪਨਾਮ ਦੀ ਕੋਈ ਚੀਜ਼ ਨਹੀਂ ਜਿਵੇਂ ਅੱਜ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਫੌਜਾਂ ਚ ਅੱਜ ਵੀ ਵੀਰ ਚੱਕਰ ਪਰਮਵੀਰ ਚੱਕਰ ਮੈਡਲ ਉਹ ਮਿਲਦੇ ਨੇ ਨਾ ਇਹ ਉਸ ਢੰਗ ਦੀ ਉਸ ਵੇਲੇ ਦੇ ਮੈਡਲ ਤੇ ਤੇ ਸਮੁੱਚੇ 300 400 ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਪਾਤਸ਼ਾਹ ਨੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਤਿੰਨ ਵਾਰੀ ਇਹ ਖਿਤਾਬ ਮਿਲੇ ਆ ਪਹਿਲੀ ਵਾਰ ਅਨੰਦਪੁਰ ਸਾਹਿਬ ਦੂਜੀ ਵਾਰ ਚਮਕੌਰ ਤੀਜੀ ਵਾਰ ਇੱਥੇ ਅਰਦਾਸ ਤੋਂ ਯਾਦ ਕੀਤੇ ਜਿਹੜੇ 40 ਮੁਕਤੇ ਯਾਦ ਕਰਦੇ ਆ ਉਹ ਚਮਕੌਰ ਵਾਲੇ ਨੇ ਇੱਥੇ 300 400 ਨੇ ਪਰ ਸਾਡਾ ਇਤਿਹਾਸ ਰਲ ਗਿਆ ਤੇ ਜਿਨ੍ਹਾਂ ਨੇ ਵੀ ਖੋਜਾਂ ਕੀਤੀਆਂ ਮਤਲਬ ਲਿਖਿਆ ਗੁਰੂ ਘਰਾਂ ਦੇ ਉੱਤੇ ਲਿਖਣ ਲੱਗ ਪਏ ਉਹਨਾਂ ਨੇ ਵੀ ਬਿਨਾਂ ਜਾਣਕਾਰੀ ਲਏ ਕਿਉਂਕਿ ਜੋ ਸੁਣਿਆ ਹੋਇਆ ਸੀ ਚੱਕ ਕੇ ਲਿਖਤਾ ਜਿਹਨੂੰ ਜਿੰਨੀ ਸੋਚੀ ਤੁਸੀਂ ਅੱਜ ਵੀ ਪਿੰਡਾਂ ਚ ਕਈਆਂ ਥਾਵਾਂ ਤੇ ਜਾ ਕੇ ਦੇਖੋ ਨਾ ਜਿਹੜੇ ਆ ਯੂਪੀ ਵਾਲੇ ਆਨੇ ਪਿੰਟਰ ਵਗੈਰਾ ਉਹਨਾਂ ਨੂੰ ਠੇਕਾ ਦਿੱਤਾ ਹੋਇਆ ਸੜਕਾਂ ਤੇ ਮੀਲ ਪੱਥਰਾਂ ਤੇ ਉਹ ਨਾਮ ਲਿਖਣਾ ਉਹ ਸਸਤੇ ਮਿਲਦੇ ਨੇ ਜਾਂ ਕੀ ਗਵਰਨਮੈਂਟ ਦੀ ਪਾਲਿਸੀ ਹੈ ਇਹ ਤਾਂ ਉਹ ਜਾਣਦੀ ਹੈ ਉਹ ਕੀ ਕਰਦੇ ਨੇ ਉਹਨਾਂ ਨੂੰ ਅੰਗਰੇਜ਼ੀ ਚ ਨਾਮ ਲਿਖ ਕੇ ਦਿੱਤੇ ਹੋਏ ਨੇ ਜਿਵੇਂ ਮੈਂ ਸਾਡੇ ਪਿੰਡ ਦੇ ਨੇੜੇ ਦੀਆਂ ਗੱਲਾਂ ਕਰਾਂ ਇੱਕ ਪਿੰਡ ਦਾ ਨਾਮ ਆ ਤਾਕ ਤਾਲਾ ਇੱਕ ਦਾ ਨਾਮ ਹੈ ਦਿਦੜਾ ਹੁਣ ਰਾੜਾ ਸ਼ਬਦ ਹੈ ਜਿਹੜਾ ਇੰਗਲਿਸ਼ ਚ ਹੈ ਹੀ ਨਹੀਂ ਉਹਨੂੰ ਇੰਗਲਿਸ਼ ਚ ਲਿਖ ਕੇ ਦੇਤਾ ਉਹਨਾਂ ਨੇ ਦਿਦ ਨਾ ਐਂ ਅਤਾੜਾ ਨੂੰ ਅਟਾਲਾ ਉਹ ਇੰਗਲਿਸ਼ ਤੋਂ ਠੀਕ ਹੈ ਉਹਦਾ ਬਣ ਗਿਆ ਪਰ ਜਦੋਂ ਉਹਦਾ ਉਲਟਾ ਉਹਨਾਂ ਨੇ ਲਿਖਿਆ ਪੰਜਾਬੀ ਚ ਤਾਂ ਇੱਥੇ ਵੀ ਦਿਦ ਨਾ ਲਿਖਤਾ ਤੇ ਉੱਥੇ ਅਟਾਲਾ ਅਤਾਲਾ ਤੋਂ ਅਟਾਲਾ ਉਨੇ ਉਦਾਂ ਹੀ ਲਿਖਦਾ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਕੀ ਲੈਣਾ ਇਸ ਗੱਲ ਤੋਂ ਵੀ ਪਿੰਡ ਦਾ ਨੌਕੀਆ ਉਹਨੂੰ ਤਾਂ ਜੋ ਲਿਖਿਆ ਉਹਦੇ ਤਰਜਮਾ ਕੀਤਾ ਤੇ ਲਿਖਦਾ ਇਸੇ ਤਰ੍ਹਾਂ ਜਿਹੜੇ ਸਾਧ ਬਾਬੇ ਤੇ ਜਿਨ੍ਹਾਂ ਨੇ ਗੁਰਦੁਆਰੇ ਬਣਾਏ ਜਿਨ੍ਹਾਂ ਨੇ ਦੇਖਿਆ ਸਾਡਾ ਤੋਰੀ ਫੁਲਕਾ ਚੱਲਣਾ ਉਹਨਾਂ ਨੂੰ ਕੀ ਲੈਣਾ ਸੀ ਇਤਿਹਾਸ ਤੋਂ ਜਾਂ ਉਹਨਾਂ ਨੂੰ ਸੋਝੀ ਕਿੰਨੀ ਸੀ ਇਤਿਹਾਸ ਦੀ ਉਹਨਾਂ ਨੂੰ ਤਾਂ ਜੋ ਸੁਣਿਆ ਚੱਕ ਕੇ ਲਿਖਤਾ ਉਹਨਾਂ ਨੇ ਤਾਂ ਦੇਖਿਆ ਵੀ ਸਾਨੂੰ ਕਿਸ ਢੰਗ ਦੇ ਨਾਲ ਫਾਇਦਾ ਹੋ ਸਕਦਾ ਇਹਨਾਂ ਨੇ ਤਾਂ ਚਮਕੌਰ ਦੀ ਗੜੀ ਨਹੀਂ ਛੱਡੀ ਉਹ ਢਾਤੀ ਸਰਹੰਦ ਦੀਆਂ ਨੀਹਾਂ ਜਿਹੜੀ ਕਿ ਕੌਮ ਦੀ ਸਭ ਤੋਂ ਵੱਡਾ ਸਾਡਾ ਸਰਮਾਇਆ ਸੀ ਇਤਿਹਾਸ ਦਾ ਦਰਸਾ ਸੀ ਖਤਮ ਕਰਤਾ ਇਹ ਉਦੋਂ ਇਹ ਲਿਮਨ ਲੱਗਦਾ ਹੈ 20-25 ਸਾਲ ਪੁਰਾਣੀ ਗੱਲ ਹੈ ਕੋਈ ਬਹੁਤੀ ਨਹੀਂ ਇਹ ਨਹੀਂ ਕਿ ਅਸੀਂ ਕਹੀਏ ਕਿ ਪੁਰਾਣੇ ਵੇਲੇ ਕਿਸੇ ਨੇ ਕਰਤਾ ਮੇਰੇ ਖਿਆਲ ਚ ਉਦੋਂ ਟੌੜਾ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਸੀ ਜਿਹਦੇ ਕਾਰਜਕਾਲ ਦੇ ਵਿੱਚ ਇਹ ਕੰਮ ਹੋਇਆ ਸੀ ਕਿ ਨੀਹਾਂ ਪੱਟ ਕੇ ਉੱਥੇ ਵੀ ਸੰਗ ਆ ਪੱਥਰ ਲਾ ਦੋ ਕੌਮਾਂ ਦਾ ਇਤਿਹਾਸ ਹੈ ਜਿਹੜਾ ਲੋਕ ਲੋਕਾਂ ਨੇ ਹਜ਼ਾਰਾਂ ਸਾਲ ਦੇ ਆਪਣੇ ਇੱਕ ਕੱਲੋ ਲਾਸ਼ਾਂ ਵੀ ਸਾਂਭੀਆਂ ਪਈਆਂ ਨੇ ਵੀ ਇਹ ਨਹੀਂ ਪਤਾ ਕੱਲ ਨੂੰ ਇਹਨਾਂ ਦੀ ਕੀ ਲੋਡ ਪੈ ਜੇ ਕਿੱਥੋਂ ਕੀ ਪਰਖਣਾ ਪੈ ਜੇ ਅਸੀਂ ਆਪਦਾ ਵਿਰਸਾ ਢਾ ਢਾ ਕੇ ਸੰਗ ਮਰ ਮਰ ਲਾਤਾ ਔਰ ਸਭ ਤੋਂ ਵੱਡੀ ਗੱਲ ਕੀ ਸਾਡੀ ਤਰਾਸਦੀ ਕੌਮ ਦੀ ਕੀ ਹੈ ਅਸੀਂ ਪੈਸੇ ਦੇ ਰਹੇ ਹਾਂ ਉਹਨਾਂ ਨੂੰ ਹਾਂਜੀ ਤਬਾਹ ਕਰੋ ਸਾਡਾ ਧੰਤਾਰ ਬਾਬਾ ਜੀ ਤਬਾਹ ਕਰੋ ਆਪਣੀ ਤਬਾਹੀ ਕਰਨ ਦੇ ਲਈ ਅਸੀਂ ਪੈਸੇ ਦੇ ਰਹੇ ਹਾਂ ਫਿਰ ਪਿੱਛੇ ਜਿ ਇੱਕ ਹੋਰ ਬਹੁਤ ਓਦੋਂ ਵੱਡਾ ਮਾਰੂ ਕੰਮ ਚੱਲਿਆ ਸੀ ਮੈਂ ਲਿਖਿਆ ਸੀ ਔਰ ਮੈਨੂੰ ਉਹਦੇ ਖਿਲਾਫ ਧਮਕੀਆਂ ਵੀ ਆਈਆਂ ਇਹ ਇੰਡੀਆ ਤੋਂ ਉਥੋਂ ਦਿੱਲੀ ਤੋਂ ਮੈਗਜ਼ੀਨ ਛਪਦਾ ਸੀ ਇੰਡੀਆ ਅਵੇਅਰਨੈਸ ਹੁਣ ਤਾਂ ਉਹ ਬੰਦ ਹੋ ਗਿਆ ਉਹਦੇ ਵਿੱਚ ਮੈਂ ਲਿਖਿਆ ਸੀ ਇਹਦੇ ਖਿਲਾਫ ਓਏ ਸੀ ਜਿਹੜਾ ਪਿੱਛੇ ਜੇ ਅੰਗੀਠਾ ਸਾਹਿਬ ਗੁਰਦੁਆਰੇ ਬਣਾ ਕੇ ਪ੍ਰਾਤਨ ਸਥਰੂਪ ਜਿਹੜੇ ਕਿ ਇਹ ਕਹਿ ਕੇ ਕਿ ਵਿਰਧ ਸਰੂਪਾਂ ਦਾ ਸੰਸਕਾਰ ਕਰਦੇ ਆ ਅੱਜ ਵੀ ਕੰਮ ਚੱਲ ਰਿਹਾ ਹੈ ਉਹ ਪਿੰਡਾਂ ਦੇ ਵਿੱਚ ਤੋਰਤੇ ਤੇ ਉਹਨਾਂ ਨੇ ਲੋਕ ਕਿ ਜਿੱਥੋਂ ਕੋਈ ਪੁਰਾਣਾ ਗ੍ਰੰਥ ਮਿਲਦਾ ਤਬਾਹ ਕਰ ਦੋ ਅੱਗ ਲਾ ਦਿਓ ਪਰਾਣੀਆਂ ਚੀਜ਼ਾਂ ਤੋਂ ਤਾਂ ਸਾਨੂੰ ਸੇਧ ਲੈਣੀ ਹੁੰਦੀ ਹੈ ਉਹਨਾਂ 'ਚੋਂ ਦੇਖਣਾ ਹੁੰਦਾ ਹੈ ਕੀ ਸਹੀ ਹੈ ਕੀ ਗਲਤ ਹੈ ਪੁਰਾਣੇ ਵੇਲੇ ਕੀ ਲਿਖਿਆ ਹੋਇਆ ਹੈ ਉਹਨਾਂ ਨੇ ਘਰਾਂ ਘਰਾਂ 'ਚੋਂ ਲਿਆ ਕਈ ਬੰਦੇ ਨੂੰ ਪਤਾ ਨਹੀਂ ਹੁੰਦਾ ਉਹ ਦੇਖਦੇ ਨਹੀਂ ਵਿਰਧ ਹੋ ਗਿਆ ਉਹ ਇਹ ਨਹੀਂ ਦੇਖਦੇ ਇਹਦੀ ਪ੍ਰਾਤਨਤਾ ਕੀ ਹੈ ਇਹਦੀ ਵੈਲਿਊ ਕੀ ਹੈ ਸੰਸਕਾਰ ਕਰ ਦੋ ਲਾ ਦਿਓ ਜੀ ਅੱਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡਾ ਪ੍ਰਾਤਨ ਇਤਿਹਾਸ ਫਿਰ ਇਹਨਾਂ ਬਾਬਿਆਂ ਨੇ ਤਬਾਹ ਕੀਤਾ ਤੇ ਅਸੀਂ ਸੇਵਾ ਕਰ ਰਹੇ ਹਾਂ ਔਰ ਪੈਸੇ ਦੇ ਰਹੇ ਹਾਂ ਸਰਦਾਰ ਕਪੂਰ ਸਿੰਘ ਜੀ ਆਈਐਸ ਜਿਹੜੇ ਉਹ ਲਿਖਦੇ ਨੇ ਕਹਿੰਦਾ ਬੱਕਰੇ ਨੂੰ ਵੀ ਜੇ ਹਲਾਲ ਕਰਨ ਦੇ ਲਈ ਜਾਂ ਵੱਢਣ ਲਈ ਜਦੋਂ ਲੈ ਕੇ ਜਾਂਦੇ ਨੇ ਨਾ ਉਹ ਵੀ ਮਿਆਕਦਾ ਜਾਂਦਾ ਹੈ ਰੌਲਾ ਪਾਉਂਦਾ ਹੈ ਉਹ ਵੀ ਮੁਰਗੇ ਨੂੰ ਵੀ ਜਦੋਂ ਹਲਾਲ ਮਾਰ ਲੈ ਜਾਂਦੇ ਨੇ ਉਹ ਵੀ ਖੰਭ ਮਾਰਦਾ ਫੜਫੜ ਕਰਾਉਂਦਾ ਵੀ ਸ਼ਾਇਦ ਵੱਜ ਜਾ ਕਹਿੰਦਾ ਇੱਕੋ ਇੱਕ ਸਿੱਖ ਕੌਮ ਹੈ ਜਿਹਨੂੰ ਲਜਾਰ ਹੈ ਹਲਾਲ ਕਰਨੇ ਪਰ ਇਹ ਆਪਣੇ ਲੀਡਰਾਂ ਦੇ ਮਗਰ ਜਕਾਰੇ ਛੱਡਦੇ ਜਾ ਰਹੇ ਨੇ ਜਾ ਰਹੇ ਮਰਨ ਨੇ ਮੌਤ ਇਤਿਹਾਸਕ ਮੌਤ ਔਰ ਆਤਮਿਕ ਮੌਤ ਔਰ ਗੁਲਾਮੀ ਦੀਆਂ ਜ਼ੰਜੀਰਾਂ ਪਾ ਰਹੇ ਨੇ ਤੇ ਜਾਂਦੇ ਨੇ ਜਕਾਰੇ ਛੱਡਦੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਮਰਨ ਜਾ ਰਹੇ ਹਾਂ ਔਰ ਸਾਨੂੰ ਜਿਨ੍ਹਾਂ ਨੇ ਤਬਾਹ ਕੀਤਾ ਅਸੀਂ ਉਹਨਾਂ ਦੇ ਪੈਰੀ ਹੱਥ ਲਾਉਨੇ ਆ ਉਹਨਾਂ ਦੀਆਂ ਬਿਲਡਿੰਗਾਂ ਉਸਾਰਤੀਆਂ ਬਸ ਰੂਪ ਬਦਲ ਲਾਉਂਦੇ ਨੇ ਉਹ ਜਦੋਂ ਦੇਖਦੇ ਨੇ ਵੀ ਬੰਦਾ ਇੰਨਾ ਕਸਿਆਣਾ ਹੋ ਗਿਆ ਤਾਂ ਅਗਲਾ ਸਟੈਪ ਉਹਨਾਂ ਦਾ ਤਿਆਰ ਹੁੰਦਾ ਤੇ ਅਸੀਂ ਕਹਿੰਦੇ ਨਾਨਾ ਜੀ ਹੁਣ ਤਾਂ ਠੀਕ ਹੈ ਆ ਆ ਕੰਮ ਤਾਂ ਸਹੀ ਕਰਦਾ ਹੈ ਜੀ ਉਨੇ ਢੰਗ ਬਦਲਣਾ ਦਾ ਸਾਨੂੰ ਲੁੱਟਣਾ ਦਾ ਸਾਡੇ ਤੋਂ ਛਾਤਰ ਨੇ ਉਹਨਾਂ ਦੇ ਜਿਹੜੇ ਪਿੱਛੇ ਬੈਠੇ ਨੇ ਨਾ ਉਹਨਾਂ ਨੂੰ ਤਿਆਰੀ ਕਰਾਉਣ ਵਾਲੇ ਉਹ ਤਾਂ ਬਹੁਤ ਸਿਆਣੇ ਨੇ ਬੜੇ ਅਕਲਮੰਦ ਨੇ ਉਹ ਸਾਡੀ ਮਨੋ ਭਾਵਨਾ ਪਹਿਲਾਂ ਦੇਖ ਲੈਂਦੇ ਨੇ ਵੀ ਇਹ ਬੰਦੇ ਹੁਣ ਕਿੱਥੇ ਕੋ ਪਹੁੰਚੇ ਨੇ ਇੰਨਾ ਕੁ ਲੈਵਲ ਹੋ ਗਿਆ ਚਲੋ ਫਿਰ ਇੱਥੇ ਕਰ ਦੋ ਉਹਨਾਂ ਦੇ ਟੀਮਾਂ ਬਣੀਆਂ ਹੋਈਆਂ ਨੇ ਵੱਟੀਆਂ ਸਾਨੂੰ ਤਬਾਹ ਕਰਨ ਦੇ ਲਈ ਤੇ ਸਾਡੇ ਕੋਲੇ ਕੀ ਹੈ ਕੁਝ ਵੀ ਨਹੀਂ ਸਾਡੇ ਕੋਲ ਲੜਾਈ ਤੋਂ ਵੇਹਲ ਨਹੀਂ ਸੋ ਖੈਰ ਕਰਾਂਗੇ ਗੱਲਾਂ ਇਹ ਵੀ ਆਪਾਂ ਅੱਗੇ ਤੇ ਗੁਰੂ ਪਾਤਸ਼ਾਹ ਨੇ ਇਸ ਥਾਂ ਦੇ ਉੱਤੇ ਤੀਸਰੀ ਵਾਰੀ ਕਿਤਾਬ ਵਰ ਔਰ ਸਰਾਬ ਇਹ ਦੋਨੇ ਚੀਜ਼ਾਂ ਗੁਰਮਤਿ ਚ ਨਹੀਂ ਆ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਈ ਲੋਕਾਂ ਨੇ ਸਾਨੂੰ ਗਮਰਾਹ ਕਰਕੇ ਇਹੋ ਜੀਆਂ ਚੀਜ਼ਾਂ ਲਈਆਂ ਨੇ ਜਿਵੇਂ ਪਟਿਆਲੇ ਵਾਲਾ ਰਾਜਾ ਜਾਂ ਪਟਿਆਲੇ ਵਾਲਾ ਖਾਨਦਾਨ ਕਹਿੰਦਾ ਸਾਨੂੰ ਜੀ ਗੁਰੂ ਪਾਤਸ਼ਾਹ ਗੁਰੂ ਹਰ Rai ਸਾਹਿਬ ਤੋਂ ਵਰ ਮਿਲੇ ਹੈ ਕਿ ਇਹ ਰਾਜ ਕਰਨਗੇ ਕੀ ਗੱਲ ਕੀ ਕੀਤਾ ਤੇ ਇਹਨਾਂ ਨੇ ਕਹਿੰਦੇ ਜੀ ਦੋ ਗਰੀਬ ਸਿੱਖਾ ਕੇ ਢੱਡ ਬਜਾਉਣ ਲੱਗੇ ਬੱਚੇ ਕਾਲਾ ਤੇ ਰਾਮਾ ਕੁਛ ਐਦਾਂ ਦਾ ਸੀ ਉਹਨਾਂ ਨੂੰ ਮਹਾਰਾਜ ਨੇ ਕਹਿਤਾ ਵੀ ਜਾਓ ਰਾਜ ਕਰੋਗੇ ਇਹ ਭੁੱਖੇ ਜੇ ਰਾਜ ਕਰਨ ਦਾ ਖਿਤਾਬ ਦਿੱਤਾ ਹੈ ਗੁਰੂ ਨੇ ਖਾਲਸਾ ਪੰਥ ਨੂੰ ਦਿੱਤਾ ਹੈ। ਇਨ ਗਰੀਬ ਸਿੱਖਨ ਕੋ ਦੇ ਹੋਂ ਪਾਤਸ਼ਾਹੀ ਸਮੁੱਚੀ ਕੌਮ ਨੂੰ ਦਿੱਤਾ ਹੈ। ਜਿਨ੍ਹਾਂ ਨੇ ਸੀਸ ਗੁਰੂ ਪਾਤਸ਼ਾਹ ਦੇ ਅੱਗੇ ਅਰਪਣ ਕੀਤੇ ਉਹਨਾਂ ਨੂੰ ਦਿੱਤਾ ਹੈ। ਬਖਸ਼ਿਸ਼ ਕੀਤੀ ਹੈ ਔਰ ਇੰਨਾ ਕੁ ਉਹਨਾਂ ਨੂੰ ਕਾਬਿਲ ਬਣਾਇਆ ਇਹ ਨਹੀਂ ਕਿ ਜਾਓ ਬਈ ਬੈਠੇ ਰਹੋ ਘਰੇ ਤੇ ਰਾਜ ਮਿਲ ਜੂ ਐ ਨਹੀਂ। ਰਾਜ ਕਰਨ ਦੇ ਲਈ ਤੁਹਾਨੂੰ ਕਰਨਾ ਪੈਣਾ ਕੁਝ। ਇਹਨਾਂ ਨੇ ਸਾਨੂੰ ਕੈਸ਼ ਕਰਨ ਦੇ ਲਈ ਕਿਹਾ ਤਾਂ ਸਾਨੂੰ ਦਿੱਤਾ ਤੁਸੀਂ ਕਰਿਆ ਕੀਤੀ ਬਈ। ਇਹ ਸਾਨੂੰ ਗੁੰਮਰਾਹ ਕਰਕੇ ਇਮੋਸ਼ਨਲੀ ਬਲੈਕਮੇਲ ਤੇ ਸਾਡੇ ਵਰਗਾ ਕੀ ਕਰਦਾ ਹਾਂ ਜੀ ਇਹਨਾਂ ਨੂੰ ਤਾਂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ ਪੁਰਾਣੇ ਵੇਲੇ ਲੋਕ ਗੁਲਾਮ ਕਿਉਂ ਤੇ ਆਹੀ ਚੀਜ਼ ਬਿਪਰਨੇ ਭਰੀ ਹੋਈ ਸੀ ਅੰਦਰ ਜਿਹੜਾ ਰਾਜ ਹੈ ਉਹ ਰੱਬ ਹੈ ਰੱਬ ਨੇ ਉਹਨੂੰ ਬਣਾ ਕੇ ਹੀ ਰਾਜਾ ਭੇਜਿਆ ਕਿਉਂਕਿ ਉਹਨੂੰ ਉਹਨੂੰ ਬਖਸ਼ਿਆ ਕਿ ਇਹ ਰਾਜਾ ਕਿਵੇਂ ਮਰ ਕੇ ਪਿਛਲੇ ਜਨਮ ਦੀ ਤਪੱਸਿਆ ਹੈ ਤਾਂ ਪਿਛਲੇ ਜਨਮਾਂ ਦੇ ਕੀਤੇ ਹੋਏ ਨੇ ਭਾਈ ਕਿਉਂਕਿ ਦੋਨਾਂ ਦੀ ਮਿਲੀ ਭੁਗਤ ਸੀ ਉਹ ਸ਼ੋ ਨੇ ਇੱਕ ਕਿਤਾਬ ਲਿਖੀ ਹੈ ਪੰਡਤ, ਪੁရောਹਤ ਤੇ ਰਾਜਨੇਤਾ ਮਾਨਵ ਆਤਮਾ ਦੇ ਲੁਟੇਰੇ ਇਹਨਾਂ ਨੇ ਮਿਲ ਕੇ ਲੁੱਟਿਆ ਪੰਡਤ ਸੀ ਉਹ ਰਾਜੇ ਨੂੰ ਨਹਿ ਕਲੰਕ ਦੱਸਦਾ ਸੀ ਤੁਲਸੀदास ਦੀ ਰਮਾਇਣ ਦੇ ਵਿੱਚ ਤੁਲਸੀदास ਲਿਖਦਾ ਕੋ ਨਿਰਪ ਹੋਏ ਹਮੇਈ ਕਹਾਣੀ ਜਿਹੜਾ ਮਰਜੀ ਰਾਜਾ ਹੋਵੇ ਸਾਨੂੰ ਕੀ ਸਾਨੂੰ ਕੀ ਤੇ ਗੁਰੂ ਪਾਤਸ਼ਾ ਮੈਂ ਇਹ ਦੱਸ ਦਿੰਦਾ ਮੈਂ ਇਹ ਸਮਕਾਲੀ ਨੇ ਜਦੋਂ ਦੁਨੀਆ ਦੇ क्रांतिकारी ग्रंथ दी रचना ਹੋ ਰਹੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸੇ ਵੇਲੇ ਤੁਲਸੀਦਾਸ ਉਸ ਵੇਲੇ ਤੁਲਸੀਦਾਸ ਮੌਜੂਦ ਹੈ ਉਹ ਕੋ ਗੁਰੂ ਬਣ ਕੇ ਸਟੇਜਾਂ ਤੇ ਨੱਚ ਰਿਹਾ ਉਹ ਕਹਿ ਰਿਹਾ ਕੋ ਨਿਰਪਹੁਏ ਹਮੇ ਹੀ ਕਹਾਣੀ ਤੇ ਜਦੋਂ ਕ੍ਰਾਂਤੀਕਾਰੀ ਗ੍ਰੰਥ ਦੇ ਵਿੱਚ ਕਹਿੰਨੇ ਰਾਜੇ ਸ਼ੀ ਮਕਦਮ ਕੁੱਤੇ ਤੁਲਸੀਦਾਸ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇ ਉਹ ਗ੍ਰੰਥ ਰਚਨ ਵਾਲਾ ਤੱਤੀਆਂ ਤਵੀਆਂ ਤੇ ਬੈਠਾ ਹੈ ਕਿਉਂ ਰਾਜਾ ਨੂੰ ਕੁੱਤੇ ਕਹਿ ਰਿਹਾ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਆ ਕਹਿ ਰਿਹਾ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੇ ਜੀਆਂ ਖਾਏ ਜੋਗੀ ਚੁਕਤ ਨਾ ਜਾਣਾ ਅੰਤ ਤੀਨੇ ਉਜਾੜੇ ਕਾ ਬੰਦ ਉਹ ਸੋ ਕਿਉ ਮੰਦਾ ਆਖੀ ਇਹਦੀ ਗੱਲ ਕਰ ਰਿਹਾ ਹੈ ਉਹ ਸਭੇ ਸਾਂਝੀ ਵਾਲ ਸਦਾਈ ਦੀ ਗੱਲ ਕਰ ਰਿਹਾ ਹੈ ਉਹ ਕਹਿ ਰਿਹਾ ਨੀਚ ਉੱਚ ਕੌਣ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਇਹਦੀ ਗੱਲ ਕਰ ਰਿਹਾ ਆਹਾ ਕ੍ਰਾਂਤੀਕਾਰੀ ਉਹ ਮੈਂ ਪਿੱਛੇ ਜੇ ਥਾਟ ਪਾਇਆ ਸੀ ਨਾ ਕਪੂਰ ਦਾ ਲਿਖਿਆ ਹੋਇਆ ਕਿ ਅੱਜ ਲੇਖਕਾਂ ਦੀਆਂ ਕਿਤਾਬਾਂ ਸਾੜੀਆਂ ਜਾਂਦੀਆਂ ਨੇ ਜਦੋਂ ਕੋਈ ਕਿਤਾਬ ਲਿਖ ਦਿੰਦਾ ਹੈ ਨਾ ਲੇਖਕ ਦੀਆਂ ਕਿਤਾਬਾਂ ਸਾੜੇ ਜਾਂਦੇ ਨੇ ਪਰ ਉਸ ਵੇਲੇ ਤਾਂ ਲੇਖਕ ਸਾੜੇ ਜਾਂਦੇ ਤੇ ਜਿਹੜੇ ਉਹ ਜਾ ਲਿਖਦੇ ਤੇ ਉਹ ਲੇਖਕ ਸਾੜਿਆ ਗਿਆ ਸੀ ਸਾਬ੍ਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਉਂਕਿ ਕ੍ਰਾਂਤੀਕਾਰੀ ਲੋਕਾਂ ਨੂੰ ਜਗਾਉਣ ਦੀਆਂ ਗੱਲਾਂ ਕਰਦੇ ਤੇ ਕੋਈ ਨਾ ਭੋਗ ਕੰਦੇ ਰਾਜਾ ਜਿਹੜਾ ਮਰਜੀ ਹੋਵੇ ਸਾਨੂੰ ਕੀ ਪਿਛਲੇ ਜਨਮ ਦੀ ਤਪੱਸਿਆ ਹੈ ਜੀ ਤੇ ਸਾਡੇ ਵਾਲੇ ਕੀ ਕਰਦੇ ਤੇ ਵਿਚਾਰੇ ਜਿਹੜੇ ਰਾਜ ਭਾਗ ਤੋਂ ਦੁਖੀ ਨੇ ਉਹਨਾਂ ਨੂੰ ਕਿਉਂਕਿ ਰਾਜੇ ਨਾਲ ਮਿਲਿਆ ਹੋਇਆ ਨਾ ਉਸ ਵੇਲੇ ਦਾ ਧਰਮੀ ਬੰਦਾ ਉਹ ਕੀ ਕਰਦਾ ਸੀ ਫਿਰ ਤੁਸੀਂ ਰਾਜ ਲੈਣਾ ਨਾ ਤਪੱਸਿਆ ਕਰੋ ਉਹ ਬੈਠੇ ਜਾਂ ਹੱਡੀਆਂ ਗਾੜ ਲਾਉਂਦੇ ਜੰਗਲਾਂ 'ਚ ਫੇਰੀ ਜਾਂਦੇ ਮਾਲਾ ਭੁੱਲ ਜਾਂਦੇ ਵੀ ਰਾਜ ਰੂਜ ਕੀ ਹੈ ਉਹ ਮਰਿਆ ਚਲ ਗੱਲ ਖਤਮ ਨਿਬੜੇ ਇਹ ਵਾਲਾ ਕੰਮ ਤਾਂ ਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਰਾਜ ਐ ਮਿਲ ਜੂਗਾ ਮਾਲਾ ਫੇਰ ਕੇ ਕਹਿੰਦੇ ਨਾ ਤੇਗ ਚੱਕੀ ਮਿਲੂਗਾ ਇਸੇ ਜਨਮ ਚ ਮਿਲੂਗਾ ਕੋਈ ਅਗਲਾ-ਗੁਲਾ ਜਨਮ ਤੇ ਪਿੱਛੇ ਨਾ ਪੈ ਜੀ ਮੂਰਖ ਬਣਾ ਰਹਿਣਾ ਤੈਨੂੰ ਇਹ ਜਨਮ ਤਾਂ ਤੇਰਾ ਨਰਕ ਬਣਾਤਾ ਅਗਲੇ ਜਨਮ ਦੇ ਤੈਨੂੰ ਲਾਰੇ ਲਾ ਰਹੇ ਨੇ ਇਸੇ ਜਨਮ ਚ ਲਾਵਾਂਗੇ ਇਸੇ ਚ ਇਹਦੇ ਨਾਲ ਲੜੋ ਸੰਘਰਸ਼ ਕਰੋ ਤੁਸੀਂ ਨਹੀਂ ਲੈ ਸਕੋਗੇ ਤੁਹਾਡੇ ਬੱਚੇ ਲੈਣਗੇ ਤੁਹਾਡੇ ਬੱਚੇ ਨਹੀਂ ਲੈ ਸਕਣਗੇ ਤੁਹਾਡੇ ਪੋਤੇ-ਪੋਤਰੀਆਂ ਲੈਣਗੇ ਪਰ ਮਿਲੂਗਾ ਇਸੇ ਜਨਮ ਚ ਕੋਈ ਤੁਹਾਨੂੰ ਤਪੱਸਿਆ ਕਰਕੇ ਰਾਜ ਨਹੀਂ ਮਿਲਣਾ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਇਹਨਾਂ ਧਾਰਮਿਕ ਲੋਕਾਂ ਨੇ ਤਾਂ ਕਿ ਰਾਜੇ ਦੇ ਖਿਲਾਫ ਪਗਾਵਤ ਨਾ ਹੋਵੇ ਰਾਜਾ ਉਸ ਪੰਡਤ ਦੇ ਪੈਰ ਪੂਜਦਾ ਸੀ ਰਾਜੇ ਨੇ ਉਹਨੂੰ ਧਰਮ ਗੁਰੂ ਦਾ ਖਿਤਾਬ ਦਿੱਤਾ ਰਾਜੇ ਨੇ ਪਰਨ ਕਰ ਲਿਆ ਔਰ ਲਿਖਤ ਲਿਖਤਾਂ ਹੋ ਗਈਆਂ ਲਿਖਤਾਂ ਪਈਆਂ ਨੇ ਤੁਸੀਂ ਪੜ੍ਹ ਸਕਦੇ ਹੋ ਮਨੁਸਮ੍ਰਿਤੀਆਂ ਵਰਗੀਆਂ ਕਿਤਾਬਾਂ ਨੂੰ ਜਦੋਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਉਹਦੇ ਅਧਿਕਾਰ ਕੀ ਨੇ ਪੰਡਤ ਨੂੰ ਇਹ ਅਧਿਕਾਰ ਦਿੱਤਾ ਰਾਜੇ ਨੇ ਪੰਡਤ ਬ੍ਰਾਹਮਣ ਚੋਰੀ ਕਰਦਾ ਜੇ ਤਾਂ ਇਹਦੀ ਸਜ਼ਾ ਰਾਜੇ ਨੂੰ ਮਿਲੂਗੀ ਚੋਰੀ ਕਰਨ ਦੀ ਲੋੜ ਕਿਉਂ ਪਈ ਜੀ ਪੰਡਤ ਨੂੰ ਰਾਜੇ ਨੇ ਕਿਉਂ ਨਹੀਂ ਉਹਨੂੰ ਧਨ ਦਿੱਤਾ ਇੰਨਾ ਕਿ ਉਹ ਐਸ਼ ਦੀ ਜ਼ਿੰਦਗੀ ਜੀ ਸਕੇ ਕਮਾਲ ਦੇਖੋ ਚੋਰੀ ਕਰਦਾ ਜੇ ਪੰਡਤ ਸਜ਼ਾ ਰਾਜੇ ਨੂੰ ਮਿਲੂਗੀ ਕਿਉਂਕਿ ਉਹਦੇ ਨਾਲ ਸਾਝ ਹੈ ਉਹਨੂੰ ਨਿਹ ਕਲੰਕ ਨਹੀਂ ਬਣਾਇਆ ਬਗਾਵਤਾਂ ਨਹੀਂ ਰੋਕੀਆਂ ਵੀ ਤੇਰੇ ਖਿਲਾਫ ਜਿਹੜੀ ਬਗਾਵਤ ਹੁੰਦੀ ਆ ਖਤਮ ਕਰਤੇ ਹੁੰਦਾ ਮਨ ਮਾਰਤਾ ਇੱਕ ਅੱਧਾ ਬੰਦਾ ਜਿਹੜਾ ਮਨ ਚ ਉੱਠਦਾ ਸੀ ਜ਼ੁਲਮ ਕਰ ਰਿਹਾ ਜਾਂ ਜੰਗਲ ਚ ਭਗ ਜਾ ਕਰਿਆ ਤਪੱਸਿਆ ਸੋਚ ਕੇ ਦੇਖੋ ਕਿੱਟੀ ਢੂੰਗੀ ਸਾਜ਼ਿਸ਼ ਇਹਨਾਂ ਦੀ ਆਪਸ ਚ ਰਲੇ ਹੋ ਜਾਂਦੀ ਇਹਨਾਂ ਦੇ ਖਿਲਾਫ ਚੱਲੇ ਹੋਏ ਨੇ ਕਿ ਜਦੋਂ ਇਸ ਚੀਜ਼ ਨੂੰ ਆਪਾਂ ਘੋ ਨਾਲ ਬਾਤ ਕਰਦੇ ਆਂ ਆਪਸ ਦੇ ਵਿੱਚ ਇਹਨਾਂ ਦੇ ਮਿਲਬਰਤਨ ਨੂੰ ਤੇ ਜਿਹੜਾ ਪੰਡਤ ਹੈ ਜਿਹੜਾ ਕਿ ਰਾਜੇ ਦਾ ਸਲਾਹਕਾਰ ਹੈ ਵਜ਼ੀਰ ਹੈ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਨੇੜਤਾ ਹੈ ਬਹੁਤ ਜ਼ਿਆਦਾ ਨੇੜਤਾ ਕੀ ਇਹ ਕਹ ਲਓ ਵੀ ਬਿਜ਼ਨਸ 파ਟਨਰ ਨੇ ਮੈਂ ਸਿੱਧਾ ਜਿਹੜਾ ਅੱਜ ਕੱਲ ਦਾ ਆਪਾਂ ਲਫ਼ਜ਼ ਹੈ ਨਾ ਬਿਜ਼ਨਸ 파ਟਨਰ ਦੋਨਾਂ ਨੇ ਲੋਕਾਂ ਨੂੰ ਖਤਮ ਕਰਨਾ ਅੱਜ ਵੀ ਉਹੀ ਹੈ ਤੇ ਉਦੋਂ ਵੀ ਉਹੀ ਸੀ ਇਹਨੇ ਆਪਣੇ ਮੰਦਰਾਂ ਦੇ ਰਾਹੀਂ ਸ਼ੁਰੂ ਕਰ ਲਿਆ ਤੇ ਉਹਨੇ ਤਾਕਤ ਦੇ ਨਾਲ ਸ਼ੁਰੂ ਕਰ ਲਿਆ ਹੈਗੇ ਦੋਨੇ ਵੇਲੇ ਪੋਕਤਾ ਐਡਾ ਕੋਈ ਤਕੜਾ ਗੱਠ ਜੋੜ ਕਰ ਲਿਆ ਕਿ ਲੋਕ ਸਮਝ ਹੀ ਨਹੀਂ ਸਕੇ ਬਸ ਪੂਜਾ ਵਾਲੇ ਪਾਸੇ ਲਾਤਾ ਕਰਮਾਂ ਦੇ ਪਿੱਛੇ ਲਾਤਾ ਕਿਸਮਤ ਦੇ ਪਿੱਛੇ ਲਾਤਾ ਇਹਨਾਂ ਗੇੜਾਂ ਦੇ ਉਲਝਾ ਕੇ ਲੋਕਾਂ ਨੂੰ ਫਿਰ ਕੀ ਕਹਤਾ ਹੁਣ ਮਾਲਾ ਚੱਕ ਲਓ ਜੀ ਅਗਲਾ ਜਨਮ ਵਧੀਆ ਮਿਲੂਗਾ ਇਹ ਤਾਂ ਜਿਹੜਾ ਹੋ ਗਿਆ ਹੋ ਗਿਆ ਹੋਰ ਕਿਵੇਂ ਕੱਟੇ ਜਾ ਸਕਦੇ ਨੇ ਮੈਨੂੰ ਦਾਨ ਕਰੋ ਮੈਂ ਤੁਹਾਡੀ ਅੱਗੇ ਅਰਦਾਸ ਕਰਦਾ ਗਿਆਨੀ ਦਿੱਤ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਮੇਰੇ ਕਿਉਂਕਿ ਵਿੱਚ ਯਾਦ ਆ ਗਈ ਆ ਜਿਹੜਾ ਦਾਨ ਤੋਂ ਗੱਲ ਕਹਿੰਦਾ ਪਰੋਤਾਂ ਨੂੰ ਜਿਹੜੀ ਰੋਟੀ ਖਮਾਉਨੇ ਆਪਾਂ ਵੀ ਵਡੇਰਿਆਂ ਨੂੰ ਪ੍ਰਸ਼ਾਦਾ ਛਕਾਉਨੇ ਨਾ ਪੰਡਤਾਂ ਨੂੰ ਕਹਿੰਦਾ ਉਹਨੂੰ ਪੁੱਛ ਤਾਂ ਲਿਆ ਕਰੋ ਵੀ ਮੇਰਾ ਵਡੇਰਾ ਹੈ ਕਿਹੜੀ ਜੂਨ ਚ ਹੈ ਹੁਣ ਕਹਿੰਦਾ ਜੇ ਉਹ ਤੋਤੇ ਦੀ ਜੂਨ ਚ ਹੈ ਤਾਂ ਪੰਡਤ ਜੀ ਨੂੰ ਹਰੀਆਂ ਮਿਰਚਾਂ ਖਾਣ ਨੂੰ ਦਿਆ ਕਰੋ ਕਿਉਂਕਿ ਤੋਤਾ ਮਿਰਚਾਂ ਖਾਂਦਾ ਹੈ ਜੇ ਕੁੱਤੇ ਦੀ ਜੂਨ ਚ ਹੈ ਤਾਂ ਉਹ ਚੀਜ਼ ਦਿਆ ਕਰੋ ਡੰਗਰ ਕਿਸੇ ਮੱਝ ਗਾਂ ਦੀ ਜੂਨ ਚ ਤਹਰਾ ਕਾ ਪੱਠੇ ਪਾਇਆ ਕਰੋ ਤੇ ਜੇ ਸੂਰ ਦੀ ਜੂਨ ਚ ਹੈ ਅੱਗੇ ਤੁਹਾਨੂੰ ਪਤਾ ਹੀ ਹੈ ਉਹਨੇ ਇੱਥੋਂ ਤੱਕ ਕਟਾਕਸ ਚ ਸਿੱਧਾ ਲਿਖਿਆ ਵੀ ਇਹਨਾਂ ਲੋਕਾਂ ਨੇ ਜੋ ਲੁੱਟ ਕਰੀ ਹੈ ਉਹਨਾਂ ਦੇ ਸਿੱਧੇ ਚੈਲੰਜ ਕਰੋ ਪਰ ਇਸ ਬੱٹے ਗੱਠ ਜੋੜ ਨੂੰ ਤੋੜਨ ਤੋਂ ਅਸਮਰੱਥ ਰਹੇ ਲੋਕ ਤੇ ਗੁਰੂ ਪਾਤਸ਼ਾਹ ਇਸ ਗੱਠ ਜੋੜ ਤੇ ਸਿੱਧੀ ਔਰ ਸਿੱਧੀ ਬੰਗਾਰ ਅਕਲ ਨਾਲ ਤੇ ਤੇਗ ਨਾਲ ਦੋਨੋਂ ਪਾਸੋਂ ਚੱਕ ਲਈ ਤਾਂ ਭਾਈ ਫਿਰ ਇੰਨਾਕ ਤਾਂ ਸੈਣਾ ਹੀ ਪੈਣਾ ਤੇ ਜਿਦੀ ਰੋਜੀ ਰੋਟੀ ਤੇ ਲੱਤ ਵੱਜ ਰਹੀ ਐ ਉਹ ਕਿਵੇਂ ਟਿੱਕੇ ਬਹਿ ਜਾਂਦਾ ਦੋਏ ਧਰੇ ਤੜਫੀਆਂ ਪਈਆਂ ਤੀਆਂ ਲੁੱਟਣ ਵਾਲੇ ਵੀ ਔਰ ਜਿਹੜੇ ਨਾਲ ਸਹਿਮਤ ਹੋਏ ਨੇ ਰਾਜਾ ਜਦੋਂ ਤਖਤ ਤੇ ਬਹਿੰਦਾ ਤਾਂ ਪੰਡਤ ਜਿੰਨਾ ਚ ਰਾਜ ਤਿਲਕ ਨਹੀਂ ਦਿੰਦਾ ਉਹਨੂੰ ਉਹ ਰਾਜਾ ਨਹੀਂ ਮੰਨਿਆ ਜਾਂਦਾ ਔਰ ਅਧਿਕਾਰ ਕਰਤਾ ਖੱਤਰੀ ਹੀ ਬਣੂਗਾ ਰਾਜਾ ਵੀ ਹੋਰ ਕਿਸੇ ਦਾ ਅਧਿਕਾਰ ਹੀ ਖਤਮ ਐ ਸ਼ਿਵਾਜੀ ਮਰਾਠਾ ਤੁਹਾਨੂੰ ਦੱਸ ਦੇਵਾਂ ਉਹ ਰਾਜਾ ਬਣਨ ਦੇ ਕਾਬਿਲ ਹੋ ਗਿਆ ਤਖਤ ਤੇ ਬੈਠਣ ਲਈ ਜਦੋਂ ਬੈਠਣ ਲੱਗਿਆ ਪੰਡਤਾਂ ਨੂੰ ਕਿਹਾ ਕਿ ਤਿਲਕ ਦਿਓ ਕਹਿੰਦੇ ਤੈਨੂੰ ਤੂੰ ਨੀਮੀ ਜਾਦਾ ਹੈ ਤੇਰੇ ਹੱਥ ਵੀ ਲਾਵਾਂਗੇ ਪਿੱਟੇ ਜਾਵਾਂਗੇ ਅਸੀਂ ਤਾਂ ਲਾਉਂਦੇ ਪਹਿਲਾਂ ਤਾਂ ਉਹਨੇ ਬ੍ਰਹਮ ਭੋਜ ਕੀਤਾ ਹਜ਼ਾਰਾਂ ਪੰਡਤ ਬੁਲਾ ਕੇ ਮੂੰਹ ਮੰਗਾ ਉਹਨਾਂ ਨੂੰ ਸਮਾਨ ਦਿੱਤਾ ਸਾਰਾ ਕੁਝ দান ਕੀਤਾ ਉਹਨਾਂ ਨੂੰ ਰਜਾਏ ਹੋ ਫੇਰ ਇੱਕ ਪੰਡਤ ਹੁਣ ਮੈਂ ਪੰਡਤਾਂ ਚ ਤੁਹਾਨੂੰ ਦੱਸ ਦੇਮਾ ਪੰਡਤਾਂ ਦੇ ਵਿੱਚ ਵੀ ਅੱਗੇ ਉਪਜਾਤਾ ਨੇ ਗੋੜ ਸਾਰਸੂਤ ਕੁਛ ਐਦਾਂ ਦੇ ਟਕੌਂਤ ਵਗੈਰਾ ਉਹਦੇ ਵਿੱਚ ਸਭ ਤੋਂ ਨੀਵੀਂ ਜਾਤ ਵਾਲਾ ਇੱਕ ਪੰਡਤ ਜਿਹੜੇ ਆ ਸੜਕਾਂ 'ਤੇ ਤੇ ਨਹੀਂ ਮੰਗਦੇ ਫਿਰਦੇ ਹੁੰਦੇ ਇਹਨੂੰ ਟਕੌਂਤ ਕਹਿੰਦੇ ਆਪਾਂ ਉਹ ਸੁਣੀ ਸੁਣੀ ਦੇਵਤਾਲ ਇਹ ਨੀਵੀਂ ਜਾਤ ਵਾਲੇ ਨੇ ਪੰਡਤਾਂ ਦੇ ਵਿੱਚੋਂ ਵੀ ਨੀਵੀਂ ਜਾਤ ਵਾਲੇ ਉਹਦਾਂ ਦਾ ਇੱਕ ਪੰਡਤ ਖਰੀਦ ਕੇ ਲਿਆਂਦਾ ਇਹਨੇ ਮਤਲਬ ਇੰਨੀ ਜ਼ਰੂਰਤ ਨਹੀਂ ਪਈ ਵੀ ਤਖਤ 'ਤੇ ਬਹਿ ਜਾ ਤਖਤ ਲੈ ਲਿਆ ਪਰ ਮਾਨਸਿਕ ਗੁਲਾਮੀ ਇਹਦੇ ਅੰਦਰੋਂ ਨਿਕੜੀ ਧਿਆਨ ਮਾਰੋ ਤੁਸੀਂ ਬੰਦੇ 'ਤੇ ਬੰਦੇ ਤੇ ਕੀ ਵੀ ਮਤਲਬ ਉਸ ਸਿਸਟਮ ਤੇ ਕੀ ਬਣਿਆ ਹੋਇਆ ਰਾਜ ਲੈ ਲਿਆ ਤਖਤ ਤੇ ਬੈਠਣ ਤੋਂ ਪਹਿਲਾਂ ਪੰਡਤ ਦੀ ਅੱਗੇ ਲਿਆ ਰਿਹਾ ਉਹ ਪੰਡਤ ਲਿਆਂਦਾ ਮੂਹ ਮੰਗੇ ਉਹਨੂੰ ਸੋਨੇ ਵੀ ਲਿਖਿਆ ਮਿਲਦਾ ਵੀ ਸੋਨਾ ਉਹਦੇ ਬਰਾਬਰ ਤੋਲ ਕੇ ਦਿੱਤਾ ਗਿਆ ਤੇ ਉਸ ਪੰਡਤ ਨੇ ਇਹਨੂੰ ਤਿਲਕ ਦਿੱਤਾ ਪਤਾ ਕਿਵੇਂ ਪਦੇ ਪੈਰ ਦੇ ਗੂਠੇ ਨਾਲ ਹੱਥ ਨਹੀਂ ਲਾਇਆ ਪੈਰ ਦੇ ਗੂਠੇ ਨਾਲ ਇਹਦੇ ਮੱਥੇ ਤੇ ਤਿਲਕ ਲਾਇਆ ਗਿਆ ਇਹ ਹੈ ਗੁਲਾਮੀ ਸਦੀਆਂ ਤੋਂ ਗੁਲਾਮ ਬਣਾਇਆ ਹੋਇਆ ਹੁਣ ਦੂਜੇ ਪਾਸੇ ਨਿਗਾਹ ਮਾਰ ਲਿਓ ਕਲਗੀਧਰ ਦੇ ਸ਼ੇਰਾਂ ਨੂੰ ਜਿੱਦਣ ਰਣਜੀਤ ਸਿੰਘ ਰਾਜਾ ਬਣਿਆ ਬਾਦਸ਼ਾਹ ਬਣਿਆ ਕਹਿੰਦੇ ਜੀ ਤਖਤ ਤੇ ਬਹਿਣਾ ਕਹਿੰਦਾ ਅਰਦਾਸ ਕਰੋ ਤੇ ਬਹਿ ਜਾਣੇ ਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਤਖਤ ਤੇ ਬਹਿ ਗਏ ਕਿਸੇ ਦੀ ਲੋੜ ਨਹੀਂ ਪਈ ਇਹ ਹੈ ਮਾਨਸਿਕ ਆਜ਼ਾਦੀ ਆਹ ਫਰਕ ਪਾਇਆ ਇਹਨੂੰ ਕਹਿੰਦੇ ਨੇ ਕਰਾਮਾਤਾਂ ਸੇਮ ਟਾਈਮ ਤੇ ਹੋ ਰਹੇ ਨੇ ਸ਼ਿਵਾਜੀ ਮਰਾਠਾ ਤੇ ਦਸ਼ਮੇਸ਼ ਪਿਤਾ ਜੀ ਇਹ ਗੁਲਾਮੀ ਤੋੜ ਰਹੇ ਨੇ ਗੁਰੂ ਦਸ਼ਮੇਸ਼ ਪਤਾ ਤੇ ਉਧਰ ਗੁਲਾਮੀ ਫੇਰ ਧਾਰਨ ਕਰ ਰਹੇ ਨੇ ਤੋੜਨ ਤੋਂ ਬਾਅਦ ਵੀ ਉਸ ਗੁਲਾਮੀ ਚੋਂ ਨਿਕੜ ਨਹੀਂ ਸਕੇ ਸੋ ਇਥੋਂ ਮੈਂ ਜਿਹੜੀ ਗੱਲ ਉਹ ਹੀ ਗੱਲ ਸਾਂਝ ਕਰ ਰਿਹਾ ਸੀ ਕਿ ਕਿਸ ਢੰਗ ਦੇ ਨਾਲ ਸਾਨੂੰ ਮਾਨਸਿਕ ਸਰੀਰਕ ਔਰ ਬੱਖੋ ਬਖਰੇ ਦੀ ਕਰਨ ਗੁਲਾਮ ਕੀਤਾ ਗਿਆ ਆ ਲਿਖਤਾਂ ਗੱਲ ਚੱਲ ਰਹੀ ਸੀ ਜ਼ਫਰਨਾਮੇ ਦੀ ਲਿਖਤਾਂ ਕੀ ਨੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ ਇਹ ਉਹ ਦਸਤਾਵੇਜ਼ ਹੈ ਜ਼ਫਰਨਾਮੇ ਅਸਲੀ ਜਫਰ ਨਾਮਾ ਤਾਂ ਆਪਿਆ ਜਿਹਨੂੰ ਅਸੀਂ ਪੜ੍ਹੇ ਹੀ ਨਹੀਂ ਤੇ ਹੈ ਕਿ ਸਾਨੂੰ ਪੂਜਣ ਲਾਤਾ ਜਦੋਂ ਕਿ ਏਸੇ 'ਚ ਲਿਖਿਆ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਕਹਿੰਦੇ ਸਾਰੀ ਪੂਜਦੇ ਨੇ ਦੁਨੀਆ ਪੂਜਰੀ ਹੈ ਗੈਰ ਸਿੱਖ ਵੀ ਆ ਕੇ ਮੱਥਾ ਟੇਕ ਜਾਂਦੇ ਨੇ ਆਪਾਂ ਦੇਖਦੇ ਹੀ ਨਹੀਂ ਦਰਬਾਰ ਸਾਹਿਬ ਹਰ ਧਰਮ ਦੇ ਲੋਕ ਆਉਂਦੇ ਨੇ ਮੁਬਾਰਕ ਉਹਨਾਂ ਲਈ ਮੁਬਾਰਕ ਹੈ ਮੱਥਾ ਟੇਕਣਾ ਵੀ ਮੁਬਾਰਕ ਹੈ ਪਰ ਖਜ਼ੂਰ ਕਹ ਰਹੇ ਨੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵੇ ਆ ਸੁਣਿਆ ਤਿੰਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਕਹਿੰਦੇ ਯਾਰ ਮੰਨੋਗੇ ਤਾਂ ਐ ਐ ਨਹੀਂ ਐ ਪੂਜਣ ਦਾ ਕੀ ਫਤ ਉਹ ਕਿਤਾਬਾਂ ਨੂੰ ਜੇ ਕੋਈ ਸਕੂਲ ਦੇਆਂ ਨੂੰ ਬੱਚਾ ਸਕੂਲ ਜਾਵੇ ਮੱਥਾ ਟੇਕੀ ਜਾਵੇ ਤੇ ਕਹੀ ਜੀ ਬਸ ਆਪਾਂ ਤਾਂ ਜੀ ਬਹੁਤ ਸੰਭਾਲ ਕੇ ਰੱਖਿਆ ਜਿਲਦਾਂ ਬਹੁਤ ਸੋਹਣੀਆਂ ਚਾੜੀਆਂ ਨੇ ਮੇਰਾ ਬੈਗ ਬਹੁਤ ਸੋਹਣਾ ਹੈ ਘਰੇ ਲਿਜਾ ਕੇ ਮੈਂ ਉੱਚੀ ਥਾਂ ਤੇ ਰੱਖਦਾ ਪੜਦਾ ਫੜਦਾ ਨਹੀਂ ਜੀ ਹੋਊਗਾ ਤਾਂ ਫੇਲ ਹੈ ਨਾ ਕਰਨੀ ਪੜਨਾ ਪਊ ਤੇ ਗੁਰੂ ਪਾਤਸ਼ਾਹ ਵੀ ਇਹੀ ਕਹਿ ਰਹੇ ਨੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਗਿਆਨ ਦਿੱਤਾ ਹੈ ਅਕਲ ਦਿੱਤੀ ਹੈ ਇਹਨੂੰ ਬਸ ਸਮਝ ਲਓ ਨਾ ਜਿੱਦਣ ਪੜ ਉਤਾਰੇ ਨੇ ਜਿੱਦਣ ਅਸੀਂ ਲੱਗ ਗਏ ਕੋਸ਼ਿਸ਼ ਕਰ ਰਹੇ ਹੋ ਚਾਹੇ ਥੋੜਾ ਬਹੁਤਾ ਸਹੀ ਪੜਨ ਦੀ ਕੋਸ਼ਿਸ਼ ਕਰੋ ਵਿੱਚ ਹੈ ਕੀ ਹੈ ਜਾਂ ਕਿਉਂ ਕਿਉਂ ਸਾਰੇ ਦੁਸ਼ਮਣ ਇਸੇ ਦੇ ਪਿੱਛੇ ਪੈਂਦੇ ਨੇ ਕਿਉਂ ਇਹ ਤੋਂ ਤੋੜਨ ਲਈ ਸਾਨੂੰ ਜਦੋਂ ਜਹਿਦ ਹੁੰਦੀ ਹੈ ਕਿਉਂ ਇਹਦੇ ਇਸੇ ਨੂੰ ਖਤਮ ਕਰਨ ਦੇ ਲਈ ਪਲਾਨਿੰਗਾਂ ਹੁੰਦੀਆਂ ਨੇ ਕਿਉਂ ਇਹਦੇ ਨਾਲੋਂ ਸਾਡਾ ਨਾਤਾ ਤੋੜ ਕੇ ਕਦੇ ਹੋਰ ਗ੍ਰੰਥ ਨਾਲ ਕਦੇ ਬਾਬਿਆਂ ਨਾਲ ਕਦੇ ਸੰਤਾਂ ਨਾਲ ਕਦੇ ਡੇਰਿਆਂ ਨਾਲ ਕਦੇ ਭਾਈਆਂ ਨਾਲ ਕਿਉਂ ਜੋੜਿਆ ਜਾਂਦਾ ਸਾਨੂੰ ਕਿਉਂ ਹੋਰ ਥਾਂ ਤੇ ਲਾਇਆ ਜਾਂਦਾ ਇਹਦੇ 'ਚ ਹੈ ਕੀ ਇਹੋ ਜਿਹਾ ਕਦੇ ਇਹ ਤਾਂ ਦੇਖੋ ਉਹਨਾਂ ਪਰਖ ਕੇ ਵੀ ਯਾਰ ਕੁਝ ਹੈ ਜਿਵੇਂ ਬੱਚੇ ਨੂੰ ਆਪਾਂ ਰੋਕਦੇ ਹੁੰਨੇ ਆ ਨਾ ਵੀ ਇੱਧਰ ਨਾ ਜਾ ਇੱਥੇ ਕਾਹਤੋਂ ਰੋਕਿਆ ਜਾ ਰਿਹਾ ਸਾਨੂੰ ਦੁਸ਼ਮਣ ਵੱਲੋਂ ਗੁਰੂ ਕਹ ਰਿਹਾ ਆ ਇੱਧਰ ਤੇ ਦੁਸ਼ਮਣ ਕਹ ਰਿਹਾ ਜਾ ਉਹਦੇ ਕੋਲੇ ਨਾ ਵਗ ਜਾ ਜੇ ਉੱਥੇ ਵਗ ਗਿਆ ਇਹ ਉੱਥੇ ਪਹੁੰਚ ਜੂ ਜਿੱਥੇ ਮੈਂ ਰਾਜਾ ਜੋਗੀ ਬਣ ਜੂ ਇਹਨੂੰ ਅਸਲੀ ਗੱਲ ਦਾ ਪਤਾ ਲੱਗ ਜੂ ਵੀ ਅਸਲੀ ਕੀ ਹੈ ਉਹ ਅਸਲੀਅਤ ਤੋਂ ਤੋੜਨ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ ਜਾ ਰਿਹਾ ਸੋ ਆਪਾਂ ਅੱਗੇ ਫੇਰ ਗੱਲ ਕਰਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਫੇਰ ਆਪਣਾ ਧਿਆਨ ਦੇਵਾਂਗੇ ਕਿਉਂਕਿ ਬਹੁਤ ਵੱਡੇ ਵਿਚਾਰ ਨੇ ਨਾਲ-ਨਾਲ ਥੋੜੀ-ਥੋੜੀ ਆਪਾਂ ਸਾਂਝ ਕਰਦੇ ਜਾਵਾਂਗੇ ਜਿਹੜਾ ਇੱਕ ਛੋਟੀ ਜੀ ਜ਼ਿਕਰ ਮੇਰੇ ਫੇਰ ਯਾਦ ਆ ਗਿਆ ਵੀ ਪੰਡਤ ਨੇ ਜਿਹੜਾ ਮੰਨੂ ਸਿਮਰਤੀ ਲਿਖ ਕੇ ਇੱਕ ਐ ਸਮਝ ਲਓ ਇੱਥੋਂ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਛੂਦਰ ਕਿਹਾ ਗਿਆ ਜਿਨ੍ਹਾਂ ਨੂੰ ਵਾਨਰ ਕਿਹਾ ਗਿਆ ਰਕਸ਼ਸ਼ ਕਿਹਾ ਗਿਆ ਇਹ ਨਾਮ ਹੀ ਬਦਲੇ ਹੋਏ ਨੇ ਹੈਗੇ ਇੱਥੋਂ ਦੇ ਮੂਲ ਨਿਵਾਸੀ ਦਰਾਵੜਾਂ ਲਈ ਇਹ ਲਫ਼ਜ਼ ਵਰਤੇ ਗਏ ਨੇ ਜਿਹੜੇ ਰਕਸ਼ ਕਿਹਾ ਗਿਆ ਨਾ ਜਿਹਾ ਦਿਖਾਏ ਗਏ ਨੇ ਰੋਮਾਂਡਰ ਮੂਨ ਚ ਦਿਖਾਉਂਦੇ ਨੇ ਰਕਸ਼ਾ ਅਗੇ ਜੀ ਫਲਾਣਾ ਅਗੇ ਇਹ ਹੋਰ ਕੋਈ ਨਹੀਂ ਕਦੇ ਉਹਨਾਂ ਨੂੰ ਬਾਂਦਰ ਬਣਾ ਕੇ ਦਿਖਾਤਾ ਹੋਰ ਨਹੀਂ ਹੈਗੇ ਇਹ ਇੱਥੋਂ ਦੇ ਅਸਲੀ ਮੂਲ ਨਿਵਾਸੀ ਨੇ ਇਹ ਮੰਨੂ ਸਮਰਤੀ ਅਨੁਸਾਰ ਉਹਨਾਂ 'ਤੇ ਜੋ-ਜੋ ਬੰਦਸ਼ਾਂ ਲਾਈਆਂ ਜੋ-ਜੋ ਉਹਨਾਂ 'ਤੇ ਜ਼ੁਲਮ ਕੀਤੇ ਕਿਵੇਂ-ਕਿਵੇਂ ਉਹਨਾਂ ਨੂੰ ਕੈਦ ਕੀਤਾ ਉਹਨਾਂ ਤੇ ਕਿੰਨਾ ਟੌਰਚਰ ਕੀਤਾ ਉਹਦਾ ਤੁਸੀਂ ਪੜੋਗੇ ਨਾ ਆ ਆਪਣਾ 인ਦਰ ਦੇਵਤਾ ਉਹ ਲਿਖਦੇ ਨੇ 인ਦਰ ਦੇਵਤਾ ਨੇ ਅੱਜ 10000 ਦਸ਼ਯੂ ਦਾਸ ਮਾਰੇ ਅੱਜ 20000 ਮਾਰੇ ਅੱਜ 50000 ਮਾਰੇ ਇਹਨਾਂ ਨੂੰ ਮਾਰ ਰਿਆ ਦਿਓ ਤਾਂ ਹੀ ਇਹਨਾਂ ਦੇ ਦੇਵਤੇ ਨੇ ਤੇ ਮੈਂ ਪਹਿਲਾਂ ਦੱਸ ਚੁੱਕਿਆ ਕਿ ਜਿਹੜਾ ਰਾਜਾ ਉਹ ਦੇਵਤਾ ਹੈ ਉਹ ਰੱਬ ਹੈ ਉਹ ਤਾਂ ਹੀ ਰੱਬ ਨੇ ਕਿਉਂਕਿ ਇਹਨਾਂ ਨੂੰ ਮਾਰ ਰਿਹਾ ਨੇ ਠੀਕ ਹੈ ਨਾ ਇਸ ਗੁਲਾਮੀ ਨੂੰ ਤੋੜਨੀ ਬਾਬਾ ਕਬੀਰ ਜੀ ਕਹਿੰਦੇ ਮੈਂ ਛੱਡਤਾ ਬੇਦਕੀ ਪੁੱਤਰੀ ਸਿਮਰਤੀ ਭਾਈ ਸੰਕਰ ਜੇਵਰੀ ਲੈਹੁ ਆਈ ਕਹਿੰਦੇ ਬੇਦਾਂ ਚੋਂ ਨਿਕਲੀ ਹੋਈ ਸਿਮਰਤੀ ਮੰਨੂ ਦੀ ਸਿਮਰਤੀ ਸਾਡੇ ਲਈ ਸੰਗਲ ਲੈ ਕੇ ਆਈ ਆ ਕਦੇ ਪੜਿਆ ਕਿਸੇ ਨੇ ਇਹ ਗੱਲ ਪਤਵਾ ਸੱਖਾਂ ਵਿੱਚ ਕੇ ਬਹਿ ਜਾਣਾ ਕਬੀਰ ਜੀ ਦੇ ਸ਼ਲੋਕ ਚੱਲ ਪਏ ਵੀ ਹਾ ਹਾ ਸ਼ਲੋਕ ਚੱਲ ਪਏ ਜੀ ਭੋਗ ਪੈਣ ਵਾਲਾ ਸਾਡਾ ਧਿਆਨ ਤਾਂ ਭੋਗ ਤੇ ਹੁੰਦਾ ਵੀ ਭੋਗ ਪੈਣ ਵਾਲਾ ਹੈ ਸ਼ਲੋਕ ਚੱਲਦੇ ਬਸ ਬਾਬਾ ਕਿਉਂ ਸਵੇਰੇ ਅਮਰਤ ਵੇਲੇ ਬਾਬਾ ਕਬੀਰ ਜੀ ਦੇ ਜਾਂ ਬਾਬਾ ਰਵਿਦਾਸ ਜੀ ਦੇ ਸ਼ਲੋਕ ਨੇ ਜਿਹੜੇ ਸਵੇਰੇ ਆਉਂਦੇ ਨੇ ਤੇ ਨੌਵੇਂ ਪਾਸ਼ਾ ਦੇ ਸ਼ਲੋਕਾਂ ਦੇ ਤਾਂ ਆਪਾਂ ਨੂੰ ਪਤਾ ਹੁੰਦਾ ਹੁਣ ਤਾਂ ਛੇਤੀ ਛੇਤੀ ਜਾ ਕੇ ਮੱਥਾ ਟੇਕ ਲਈਏ ਸੋ ਆ ਜਦੋਂ ਤੁਸੀਂ ਪੜੋਗੇ ਵੀ ਲਿਖਿਆ ਆ ਯਾਰ ਸਿਮਰਤੀ ਕੀ ਐ ਉਹੀ ਤਾਂ ਉਹ ਪੜਨ ਨਹੀਂ ਦੇਣਾ ਚਾਹੁੰਦੇ ਵੀ ਜੇ ਕਬੀਰ ਜੀ ਦੀ ਗੱਲ ਇਹਨਾਂ ਨੇ ਸੁਣ ਲਈ ਇਹਨਾਂ ਦਾ ਧਿਆਨ ਜਾਊਗਾ ਵੀ ਯਾਰ ਸਿਮਰਤੀ ਚੱਕਰ ਕੀ ਐ ਫਿਰ ਸਿਮਰਤੀ ਦੇਖਣਗੇ ਵੀ ਹੈ ਆ ਕੁਝ ਲਿਖਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸ ਤੋਂ ਮੁਕਤ ਕਰ ਰਹੇ ਨੇ ਉਹ ਲਿਖ ਰਹੇ ਨੇ ਨਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀ ਤੋ ਸਾਨੂੰ ਫੇਰ ਉੱਥੇ ਮੂਰਖ ਬਣਾਤਾ ਕਿਹੜੀ ਕਹਾਣੀ ਜੋੜਤੀ ਸੰਗਲਾਂ ਨਾਲ ਬਲਨ ਕੇ ਜੀ ਸਿੜਤੇ ਰਾਜੇ ਨੇ ਸਮੇਂ ਦੇ ਨੇ ਸੰਗਲ ਟੁੱਟ ਗਏ ਤੇ ਮਿਰਗਸ਼ਾਲਾ ਦੇ ਉੱਤੇ تیرਦੇ ਫਿਰਦੇ ਤੇ ਕਬੀਰ ਜੀ ਉਹ ਕਾਂ ਨੂੰ ਆਹ ਸੰਗਲ ਤੋੜੇ ਨੇ ਮਨੂ ਸਿਮਰਤੀ ਵਾਲੇ ਕਹਤਾ ਰਹੇ ਨੇ ਬਾਬਾ ਕਬੀਰ ਜੀ ਬੇਦਕੀ ਪੁੱਤਰੀ ਸਿਮਰਤੀ ਭਾਈ ਸੰਕਰ ਜੇਵਰੀ ਲੈ ਹੂੰ ਆਈ ਆਹ ਆਹ ਸੰਗਲ ਤੋੜੇ ਨੇ ਉਹਨਾਂ ਨੇ ਉੱਤੇ ਕਿਵੇਂ ਤਰ ਰਹੇ ਨੇ ਗੰਗਾ ਜਿਹੜੀ ਗੰਗਾ ਦੀ ਇੱਕ ਘਾਟੀ ਐ ਸੱਬਤ ਐ ਅਸਿਮਰਤੀਆਂ ਵਗੈਰਾ ਸਾਰੀਆਂ ਉਹਦੇ ਅਨੁਸਾਰ ਨੇ ਇੱਕ ਸਿਸਟਮ ਹੈ ਇੱਕ ਸਮਾਜ ਹੈ ਜਾਤ ਪਾਤ ਦਾ ਕੋਡ ਹੈ ਗੁਲਾਮੀ ਦਾ ਪ੍ਰਤੀਕ ਹੈ ਉਹਨੂੰ ਕਹਿੰਦਾ ਮੈਂ ਤੋੜਦਾ ਇਹਦੇ ਉੱਤੇ ਬਹਿ ਗਿਆ ਭਾਵ ਇਹਨਾਂ ਚੀਜ਼ਾਂ ਨੂੰ ਮੈਂ ਥੱਲੇ ਰੱਖਤਾ ਮੈਂ ਇਹਨਾਂ ਤੋਂ ਉੱਪਰ ਹੋ ਗਿਆ ਆਪਾਂ ਕਹਿ ਦੇਣਾ ਵੀ ਆ ਬਹਿਮਾ ਭਰਮਾ ਤੋਂ ਆਪਾਂ ਉੱਪਰ ਨਿਕਲ ਗਏ ਉਸ ਢੰਗ ਨਾਲ ਉੱਪਰ ਨਿਕਲੇ ਨੇ ਕਬੀਰ ਜੀ ਨਾ ਕਿ ਪਾਣੀ ਤੇ ਤਰ ਰਹੇ ਨੇ ਇਹ ਕੋਈ ਵੱਡੀ ਗੱਲ ਨਹੀਂ ਪਾਣੀ ਤੇ ਤਰਨਾ ਅੱਜ ਵੀ ਬੰਦੇ ਹੈਗੇ ਨੇ ਜਿਹੜੇ ਅਭਿਆਸ ਕਰ ਲੈਂਦੇ ਨੇ ਮੈਂ ਖੁਦ ਮਿਲਿਆ ਹੋਇਆ ਦੇਖਿਆ ਹੋਇਆ ਬੰਦਾ ਸੀ ਇੱਕ সুইমিং ਪੂਲ ਤੇ ਜਾਂਦੇ ਹੁੰਦੇ ਤੇ ਉਹ ਬੰਦਾ ਪਾਣੀ ਚ ਪਿਆ ਔਰ ਅਖਬਾਰ ਪੜ੍ਹ ਰਿਹਾ ਸੀ ਬਿਨਾ ਹਿੱਲੇ ਜੁਲੇ ਬਜ਼ੁਰਗ ਮੈਂ ਖੁਦ ਇਸ ਜੀ ਕਿਉਂਕਿ ਪਟਿਆਲੇ ਅਰਬਨ ਸਟੇਟੋਂ ਨੂੰ ਮੈਂ ਮਿਲਿਆ ਹੋਇਆ ਕਿਉਂਕਿ ਮੈਂ ਬੜਾ ਹਰਾਨ ਹੋ ਗਿਆ ਕਿਵੇਂ ਕਰ ਲਾਂ ਤੁਸੀਂ ਕਹਿੰਦੇ ਤੂੰ ਵੀ ਕਰ ਕੋਸ਼ਿਸ਼ ਮੈਤੋਂ ਤਾਂ ਹੋਈ ਨਹੀਂ ਇਹ ਕੋਈ ਵੱਡੀ ਗੱਲ ਨਹੀਂ ਉਹ ਕਹਿੰਦਾ ਅਭਿਆਸ ਹੈ ਜੀ ਬਸ ਸਾਹ ਦਾ ਤੁਸੀਂ ਕੰਟਰੋਲ ਕਰਨਾ ਵੀ ਸਾਹ ਨੂੰ ਕਿਵੇਂ ਲੈਣਾ ਉਸ ਤੋਂ ਬਾਅਦ ਨਾਲ ਤੁਸੀਂ ਤੈਰ ਸਕਦੇ ਹੋ ਕਈ ਬਹੁਤ ਥੋੜਾ ਹੱਥ ਹਲਾ ਕੇ ਪੁੱਠੇ ਉਹਨੂੰ ਪਤਾ ਮਮੂਲੀ ਜਿਹੇ ਹੱਥ ਹਲਾਇਂਦੇ ਉੱਤੇ ਤੁਸੀਂ ਤਰਲਾਂ ਨੂੰ ਇਹ ਤਾਂ ਆਮ ਤਰਲਾਂ ਦੇ ਨੇ ਸੋ ਇਹ ਕੋਈ ਵੱਡੀ ਗੱਲ ਨਹੀਂ ਤੇ ਇਹਦੇ ਨਾਲ ਕੀ ਫਰਕ ਪੈ ਗਿਆ ਸਾਨੂੰ ਇੱਥੇ ਇੱਥੇ ਜੋੜਦਾ ਇਹ ਪਾਣੀ ਦੇ ਤਰਗੇ ਨਾਲ ਉਹਨਾਂ ਦਾ ਬੱਟੀ ਪੱਟਾ ਤਰੇ ਨੇ ਉਹ ਇਸ ਸੱਬਤਾ ਦੇ ਉੱਤੇ ਬੈਠ ਗਏ ਇਹਨਾਂ ਦੇ ਸਿਰ ਤੇ ਬੈਠ ਗਏ ਇਨਾਂ ਦੀਆਂ ਜੜਾਂ 'ਚ ਬੈਠ ਗਏ ਤੇ ਇਸੇ ਲਈ ਇਹ ਇਨਾਂ ਦੀਆਂ ਜੜਾਂ 'ਚ ਬੈਗੇ ਕਹਿੰਦੇ ਹੁਣ ਤੇਰੀਆਂ ਜੜਾਂ ਅਸੀਂ ਵਡਾਂਗੇ ਤੇ ਵੱਡਰ ਹੋਣੇ ਅਗਲੇ ਤੇ ਅਸੀਂ ਉਹ ਤਣੇ ਬਣੀਏ ਅਸੀਂ ਜੜਾਂ ਬਣੀਏ ਆਪਣੇ ਰੂਟਸ ਨਾਲ ਜੁੜੀਏ ਸੋ ਗੱਲ ਕਰੀਏ ਆਪਾਂ ਫੇਰ ਹੁਣ ਅੱਗੇ ਕਿਉਂਕਿ ਸਮਾਂ 5 ਮਿੰਟ ਦਾ ਰਹਿ ਗਿਆ ਗੁਰੂ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਤਾਂ ਮਿਲ ਨਹੀਂ ਸਕੇ ਕਿਉਂਕਿ ਉਹਦੀ ਮੌਤ ਹੋ ਗਈ ਪਰ ਆਪਣੇ ਮਕਸਦ ਤੋਂ ਪਰਾ ਨਹੀਂ ਹੋਏ ਇਸੇ ਵੇਲੇ ਬਹਾਦਰ ਸ਼ਾਹ ਦਾ ਸੁਨੇਹਾ ਵੀ ਮਿਲ ਗਿਆ ਮਹਾਰਾਜ ਮੇਰੀ ਮਦਦ ਕਰੋ ਕਿਉਂਕਿ ਹਜ਼ੂਰ ਦੱਖਣ ਨੂੰ ਪਹੁੰਚ ਚੁੱਕੇ ਤੇ ਮਹਾਰਾਜ ਮੇਰੀ ਮਦਦ ਕਰੋ ਰਾਜ ਭਾਗ ਲਈ ਬਹਾਦਰ ਸ਼ਾ ਜਿਹੜਾ ਕਿ ਔਰੰਗਜ਼ੇਬ ਦਾ ਬੇਟਾ ਸੀ ਹੁਣ ਇੱਥੇ ਕਮਾਲ ਦੀ ਗੱਲ ਆ ਤਿੰਨ ਬੇਟੇ ਨੇ ਨਾ ਉਹਦੇ ਆ ਚਾਰ ਬੇਟੇ ਨੇ ਔਰੰਗਜ਼ੇਬ ਦੇ ਤਿੰਨ ਤਿੰਨ ਬੇਟੇ ਨੇ ਔਰੰਗਜ਼ੇਬ ਦੇ ਤੇ ਆਪਸ ਚ ਉਹਨਾਂ ਦੀ ਜੰਗ ਹੋ ਰਹੀ ਹੈ ਤੇ ਹਜ਼ੂਰ ਨੂੰ ਇਹ ਪਤਾ ਹੈ ਕਿ ਬੈਠੂਗਾ ਤਾਂ ਔਰੰਗਜ਼ੇਬ ਦਾ ਮੁੰਡਾ ਹੀ ਤਖਤ ਤੇ ਜੇ ਕੋਈ ਮਰਜੀ ਬੈਠੇ ਆਪਾਂ ਉਹਦੀ ਮਦਦ ਕਰੀਏ ਜਿਹੜਾ ਸਾਡੀਆਂ ਕੁਝ ਸ਼ਰਤਾਂ ਮੰਨੇ ਇਥੋਂ ਰਾਜਨੀਤੀ ਦੀ ਬਹੁਤ ਵੱਡੀ ਸਿੱਖਿਆ ਸਾਡੇ ਲਈ ਹੈ ਪਰ ਅਸੀਂ ਇਸ ਚੀਜ਼ ਨੂੰ ਰਾਜਨੀਤੀ ਨੂੰ ਭੁੱਲ ਚੁੱਕੇ ਹਾਂ ਗੁਰੂ ਪਾਤਸ਼ਾਹ ਦੇ ਕਿਉਂਕਿ ਪਿੱਛੇ ਜਿ ਇੱਕ ਮੇਰੇ ਨਾਲ ਸੱਜਣ ਨੇ ਉਹਨਾਂ ਨੇ ਸ਼ੇਅਰ ਕੀਤਾ ਸੀ ਕਿ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਦੇ ਵਿੱਚੋਂ ਇੱਕ ਇਹ ਹੁਕਮ ਵੀ ਹੈ ਕਿ ਰਾਜਨੀਤੀ ਦੀ ਸਿੱਖਿਆ ਹਰ ਸਿੱਖ ਲਵੇ ਜਿਹੜਾ ਅਸੀਂ ਜਿਹੜਾ ਚੰਗਾ ਸਿੱਖ ਬਣ ਗਿਆ ਨਾ ਪ੍ਰਚਾਰਕ ਕਹਿ ਲੋ ਉਹ ਰਾਜਨੀਤੀ ਬਾਰੇ ਉਹਨੂੰ ਕੁਝ ਨਹੀਂ ਪਤਾ ਉਹ ਗਾਲਾਂ ਜਰੂਰ ਕੱਢ ਲਾਂਦਾ ਰਾਜਨੀਤੀ ਨੂੰ ਆਪਾਂ ਵੀ ਕੱਢ ਲਾਂਦੇ ਆ ਪਰ ਰਾਜਨੀਤੀ ਦੀ ਨੌਲੇਜ ਨਹੀਂ ਰੱਖਦੇ ਰਾਜਨੀਤੀ ਰਾਹੀਂ ਕਿਵੇਂ ਕੌਮ ਦਾ ਪਹਿਲਾ ਹੋ ਸਕਦਾ ਉਹ ਚੀਜ਼ ਸਾਨੂੰ ਮਨਫੀ ਹੋਗੀ ਰਾਜਨੀਤੀ ਚ ਆ ਕੇ ਕਰਨਾ ਕੀ ਹੈ ਉਹ ਸਾਨੂੰ ਪਤਾ ਹੀ ਨਹੀਂ ਰਾਜਨੀਤੀ ਦੇ ਮੁਸ਼ਕਲਾਂ ਕੀ ਨੇ ਸੌਖਾਂ ਕੀ ਨੇ ਦੁੱਖ ਕੀ ਨੇ ਤਕਲੀਫਾਂ ਕੀ ਨੇ ਲੋਕਾਂ ਤੋਂ ਵੋਟ ਕਿਵੇਂ ਲੈਣੀਆਂ ਲੋਕਾਂ ਦਾ ਮਨ ਕਿਵੇਂ ਜਿੱਤਣਾ ਇਹ ਚੀਜ਼ਾਂ ਅਸੀਂ ਮਨਫੀ ਕਰਕੇ ਸਾਨੂੰ ਪਤਾ ਹੀ ਨਹੀਂ ਤੇ ਹਜ਼ੂਰ ਇਹ ਸਥਾਨ ਦੇ ਉੱਤੇ ਇੱਕ ਪੱਕਾ ਦੁਸ਼ਮਣ ਜਿਨੇ ਸਾਰਾ ਉਮਰ ਗੁਰੂ ਪਾਤਸ਼ਾਹ ਨੂੰ ਚੈਨ ਨਾਲ ਹੀ ਲੈਣ ਦਿੱਤਾ ਜਿਨੇ ਹਜ਼ੂਰ ਦੇ ਪਿਤਾ ਜੀ ਨੂੰ ਸ਼ਹੀਦ ਕੀਤਾ ਚਾਰੇ ਸਹਬਜ਼ਾਦੇ ਸ਼ਹੀਦ ਕੀਤੇ ਉਹਦਾ ਮੁੰਡਾ ਕਹਿ ਰਿਹਾ ਮੈਨੂੰ ਤਖਤ ਤੇ ਬਿਠਾਉਣ ਤੋਂ ਮਦਦ ਕਰ ਤੋ ਅਸੀਂ ਇਹਨੂੰ ਸ਼ਰਧਾਮਈ ਲੈ ਗਏ ਮਹਾਰਾਜ ਨੇ ਜੀ ਮਾਫੀ ਦੇ ਦਿੱਤੀ ਬਖਸ਼ਿਸ਼ ਕਰ ਦਿੱਤੀ ਉਹ ਯਾਰ ਇਹਨਾਂ ਗੱਲਾਂ 'ਚ ਨਾ ਪਿਆ ਕਰੋ ਅਸਲੀਅਤ ਨਾਲ ਜੁੜੋ ਉਸ ਵੇਲੇ ਹੋਰ ਕੌਣ ਸੀ ਜਿਹੜਾ ਤਖਤ ਤੇ ਬਹਿ ਜਾਂਦਾ ਹੈ ਹੀ ਨਹੀਂ ਸੀ ਇੰਨੇ ਯੋਗਾ ਸਿਰਫ ਔਰਸਰ ਫਾਰਮ ਜੀ ਦੇ ਮੁੰਡੇ ਨਹੀਂ ਬਹਿਣਾ ਤੇ ਜਿਨੇ ਮਰਜ਼ੀ ਬਿਠਦਾ ਬਹਾਦਰਸ਼ਾ ਭਾਈ ਨੰਦ ਲਾਲ ਜੀ ਗੋਆ ਜਿਹੜੇ ਕਿ ਗੁਰੂ ਦੇ ਦਰਬਾਰੀ ਕਵੀ ਨੇ ਮੈਂ ਤੁਹਾਨੂੰ ਪਹਿਲੇ ਪਹਿਲਾਂ ਦੱਸ ਚੁੱਕਿਆ ਆ ਨੰਦਪੁਰ ਦੀ ਜੰਗ ਵੇਲੇ ਜਦੋਂ ਇਹ ਮੌਜ ਇਹਦਾ ਨਾਮ ਸੀ ਇਹ ਜਦੋਂ ਅਟੈਕ ਕਰਨ ਆਇਆ ਸੀ ਪਹਾੜੀ ਰਾਜਿਆਂ ਤੇ ਉਸ ਵੇਲੇ ਇਹ ਜਵਾਨੀ ਚ ਸੀ ਹਜ਼ੂਰ ਵੀ ਜਵਾਨ ਤੇ ਤੇ ਉਦੋਂ ਗੱਲ ਹੋਈ ਸੀ ਉਹਨੇ ਭਾਈ ਨੰਦ ਲਾਲ ਜੀ ਨੇ ਗੁਰੂ ਪਾਤਸ਼ਾਹ ਨਾਲ ਮੁਲਾਕਾਤ ਕਰਾ ਕੇ ਦੱਸਿਆ ਸੀ ਕਿ ਆਪਾਂ ਨੂੰ ਕਦੇ ਲੋੜ ਪੈ ਸਕਦੀ ਹੈ ਗੁਰੂ ਪਾਤਸ਼ਾਹ ਦੀ ਇਹਨਾਂ ਨਾਲ ਬਣਾ ਕੇ ਰੱਖੋ ਉਦੋਂ ਇਹਨਾਂ ਦੀ ਸਾਹਜ ਪੈ ਚੁੱਕੀ ਸੀ ਸਾਂਝ ਇਹ ਨਹੀਂ ਕਿ ਰੋਜ਼ ਮਿਲਦੇ ਤੇ ਜਾਂ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਤੇ ਜਾਂ ਚਿੱਠੀ ਪੱਤਰ ਹੁੰਦਾ ਦੀ ਭਾਵ ਇੱਕ ਦਿਲੋਂ ਹਮਦਰਦੀ ਹੋਗੀ ਸੀ ਦੋਨਾਂ ਦੀ ਕਿ ਇਹ ਆਪਣਾ ਤੇ ਉਹਦੀ ਗੁਰੂ ਪਾਤਸ਼ਾਹ ਪਤੀ ਵੀ ਸਾਡਾ ਇਹ ਕੋਈ ਨੁਕਸਾਨ ਨਹੀਂ ਕਰਦੇ ਇਹ ਮਹਾਪੁਰਸ਼ ਨੇ ਉਸ ਵੇਲੇ ਦਾ ਮੇਲ ਮਲਾਪ ਕਮ ਆਇਆ ਤੇ ਹਜ਼ੂਰ ਨੇ ਆਖਿਆ ਕਿ ਠੀਕ ਹੈ ਭਾਈ ਆਹਾ ਆ ਸਾਡੇ ਨਾਲ ਵਾਪਰੇ ਉਹਨੇ ਕਿਹਾ ਸੀ ਮੈਂ ਵਜ਼ੀਰ ਖਾਨ ਵਰਗਿਆਂ ਨੂੰ ਸਖਤ ਸਜ਼ਾਵਾ ਦੇਵਾਂਗਾ ਇਹ ਵਾਦਾ ਕੀਤਾ ਸੀ ਉਹਨੇ ਕਿ ਤੁਸੀਂ ਮੇਰੀ ਮਦਦ ਕਰੋ ਤੇ ਹਜ਼ੂਰ ਨੇ ਆਪਣੇ ਯੋਧੇ ਭੇਜੇ ਸੀ ਉਹਦੀ ਮਦਦ ਦੇ ਲਈ ਤੇ ਰਣ ਦੇ ਵਿੱਚ ਤਾਰਾ ਆਜ਼ਮ ਜਿਹੜਾ ਕਿ ਦੂਜਾ ਬੇਟਾ ਸੀ ਔਰੰਗਜ਼ੇਬ ਦਾ ਉਹ ਮਾਰੇਆ ਔਰ ਮਾਰੇਆ ਵੀ ਸਿੱਖਾਂ ਦੇ ਹੱਥੋਂ ਗਿਆ ਤੇ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾਇਆ ਤੇ ਮੈਂ ਦੱਸਦੇ ਮਾਂ ਵੀ ਜਦੋਂ ਹਜ਼ੂਰ ਇੱਧਰ ਜਾ ਰਹੇ ਨੇ ਨਾ ਰਸਤੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਹਰ ਪੈਰ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਉਸ ਥਾਂ ਦੇ ਉੱਤੇ ਕੁਝ ਸਿੱਖ ਨੇ ਰਸਤੇ ਜਦੋਂ ਜਾ ਰਹੇ ਨੇ ਤਾਂ ਕਿਹਾ ਕਿ ਸਾਨੂੰ ਉੱਥੇ ਕਿਲਾ ਸੀ ਮੇ ਵੀ ਚਤੌੜ ਦਾ ਕਿਲਾ ਸੀ ਜਾਂ ਕਿਹੜਾ ਸੀ ਮੇਰੇ ਨਾਮ ਭੁੱਲ ਗਿਆ ਉੱਥੇ ਸਿੱਖਾਂ ਨੇ ਕਿਹਾ ਮਹਾਰਾਜ ਕਿਲਾ ਦੇਖਿਆ ਇਹ ਕਹਿੰਦੇ ਦੇਖਿਓ ਕਿਉਂਕਿ ਕੱਲਾ ਦੇਖਣ ਦਾ ਭਾਵ ਅੱਜ ਵੀ ਆਪਾਂ ਕਿਲੇ ਦੇਖਣ ਜਾਂਦੇ ਹਾਂ ਦੋ ਉਸ ਵੇਲੇ ਦੋ ਮਕਸਦ ਸੀ ਇੱਕ ਤਾਂ ਵੀ ਆਪਾਂ ਵੀ ਕਿਲੇ ਬਣਾਉਣੇ ਨੇ ਦੂਜਾ ਇਹ ਕਿ ਕਿਲਾ ਹੁੰਦਾ ਕਿੱਦਾਂ ਦਾ ਹੈ ਇਹਨਾਂ ਰਾਜਿਆਂ ਦੇ ਕਿਲੇ ਕਿੱਦਾਂ ਦੇ ਨੇ ਜੇ ਕੱਲ ਨੂੰ ਕਿਲਾ ਤੋੜਨਾ ਪੈ ਜਾਏ ਇਹਦੀਆਂ ਕਮਜ਼ੋਰੀਆਂ ਕੀ ਨੇ ਕਿਲੇ 'ਚ ਹੁੰਦਾ ਕੀ ਹੈ ਇਹ ਨੌਲੇਜ ਵੀ ਹੈ ਤੇ ਅੱਜ ਕੱਲ ਤਾਂ ਆਪਾਂ ਨੂੰ ਵੈਸੇ ਦੇਖਦੇ ਆ ਕਿ ਉਸ ਵੇਲੇ ਹੁੰਦੇ ਕਿੱਦਾਂ ਦੇ ਤੇ ਤੁਸੀਂ ਇਹ ਦੇਖੋ ਘੁੰਮਣ ਲਈ ਸਿੱਖ ਜਾ ਰਹੇ ਨੇ ਸਿਰਫ ਦੇਖਣ ਲਈ ਤੇ ਉਹਨਾਂ ਤੇ ਹਮਲਾ ਹੋ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸੋ ਬਈ ਉੱਥੇ ਫੌਜ ਨੇ ਹਮਲਾ ਕਰ ਦਿੱਤਾ ਉਹਨਾਂ ਦੇ ਉੱਤੇ ਤੇ ਖੂਬ ਤਲਵਾਰ ਚੱਲੀ ਤੇ ਇੱਥੋਂ ਤੱਕ ਆ ਕਿ ਗੁਰੂ ਪਾਤਸ਼ਾਹ ਜੀ ਦਾ ਅੰਗ ਰੱਖਿਅਕ ਨਾਮ ਉਹਦਾ ਸ਼ਾਇਦ ਮਾਨ ਸਿੰਘ ਸੀ ਜਾਂ ਕੋਈ ਹੋਰ ਮੇਰੇ ਉਹ ਜੋ ਹੈ ਨਹੀਂ ਉਹ ਅਟੈਕ ਕੀਤਾ ਗਿਆ ਇੰਨੀ ਕੁ ਖੰਖਾਰ ਤਲਵਾਰ ਚੱਲੀ ਹੈ ਕਿ ਗੁਰੂ ਪਾਤਸ਼ਾਹ ਦਾ ਅੰਗ ਰੱਖਿਅਕ ਵੀ ਸ਼ਹੀਦ ਹੋਇਆ ਉੱਥੇ ਅੰਗਰਖਕ ਤੇ ਮੈਂ ਸਪੈਸ਼ਲ ਜ਼ੋਰ ਤਾਂ ਦੇ ਰਿਹਾ ਕਿ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਬੌਡੀਗਾਰਡ ਤੇ ਹੋ ਸਿੱਖ ਤਾਂ ਜਿਹੜੇ ਹੈ ਜਿੱਦਾਂ ਦੇ ਹੈਗੇ ਤੇ ਅੰਗਰਖਕ ਉਦੋਂ ਵੀ ਆਪਾਂ ਉਹ ਰੱਖਦੇ ਸੀ ਜੀ ਗੁਰੂ ਪਾਤਸ਼ਾਹ ਦੇ ਨੇੜੇ ਉਹ ਸਿੱਖ ਰਹਿੰਦੇ ਸੀ ਜਿਹੜੇ ਕਿ ਬਹੁਤ ਤੇਜ਼ ਤਰਾਰ ਹੋਣਗੇ ਤਾਂ ਕਿ ਗੁਰੂ ਪਾਤਸ਼ਾਹ ਤੱਕ ਕੋਈ ਦੁਸ਼ਮਣ ਪਹੁੰਚ ਨਾ ਸਕੇ ਉਹਨੂੰ ਵੀ ਉੱਥੇ ਮਾਰ ਦਿੱਤਾ ਗਿਆ ਹਰ ਪੈਰ ਦੇ ਉੱਤੇ ਅਟੈਕ ਹੋ ਰਿਹਾ ਜਿੱਥੇ ਜਾਂਦੇ ਨੇ ਛੋਟੀਆਂ-ਮੋਟੀਆਂ ਲੜਾਈਆਂ ਤਾਂ ਅਸੀਂ ਗਣਦੇ ਹੀ ਨਹੀਂ ਨਾ ਸੋ ਹਜ਼ੂਰ ਚੱਲੇ ਬਹਾਦਰ ਸ਼ਾ ਗੱਦੀ ਤੇ ਬਹਿ ਗਿਆ ਸੋ ਕਿਸ ਢੰਗ ਦੇ ਨਾਲ ਫਿਰ ਉੱਥੇ ਜਿਹੜਾ ਸੈਦ ਸੀ ਉਹ ਕਿਵੇਂ ਉਹਨਾਂ ਨੂੰ ਅੱਗ ਲੱਗ ਉੱਠੀ ਕਿਉਂਕਿ ਜਦੋਂ ਜਿੱਤਣ ਤੋਂ ਬਾਅਦ ਤਖਤ ਤੇ ਬਹਿ ਕੇ ਹਜ਼ੂਰ ਨੂੰ ਬੇਨਤੀ ਕੀਤੀ ਕਿ ਮਹਾਰਾਜ ਦਰਸ਼ਨ ਦਿਓ ਤੇ ਉਹਨੇ ਆਪਣੇ ਮੁਰਸ਼ਿਦਾਂ ਵਾਲੀ ਜਿਵੇਂ ਚੰਦਨ ਦੀ ਚੌਂਕੀ ਜੋ ਕਹਿੰਦੇ ਨੇ ਉਹਦੇ ਤੇ ਬਿਠਾਇਆ ਹਜ਼ੂਰ ਨੂੰ ਖਿੱਲਤ ਦਿੱਤੀ ਸਰੋਪਾਉ ਬਖਸ਼ਿਸ਼ ਕੀਤਾ ਸਰੋਪਾਉ ਦਿੱਤਾ ਬਖਸ਼ਿਸ਼ਤਾ ਕਿਉਂਕਿ ਆਪਾਂ ਲਫ਼ਜ਼ ਗਲਤ ਹੈ ਗੁਰੂ ਪਾਤਸ਼ਾਹ ਨੂੰ ਬਖਸ਼ਿਸ਼ ਕੌਣ ਕਰ ਸਕਦਾ ਤੇ ਉਹਨੇ ਸਰੋਪਾਉ ਭੇਟ ਕੀਤਾ ਹੁਣ ਇੱਥੇ ਇੱਕ ਗੱਲ ਧਿਆਨ ਰੱਖਣੀ ਹੈ ਕਈ ਕਹਿੰਦੇ ਹੁੰਦੇ ਨੇ ਗੁਰੂ ਜੀ ਨੇ ਨੌਕਰੀ ਕਰ ਲਈ ਸੀ ਬਹਾਦਰ ਸ਼ਾਹੀ ਨਹੀਂ ਜਿਹੜਾ ਉਹਨੇ ਸਿਰੋਪਾ ਹੋ ਯਾਨੀ ਕਿ ਡਰੈਸ ਦਿੱਤੀ ਰਾਜਿਆਂ ਦਾ ਇਹ ਰੂਲ ਹੁੰਦਾ ਸੀ ਜਿਹੜਾ ਉਹਦਾ ਅਹਿਲਕਾਰ ਹੈ ਜਿਹੜਾ ਉਹਦਾ ਮੁਲਾਜ਼ਮ ਹੈ ਜੋ ਚੀਜ਼ ਉਹਨੂੰ ਭੇਟਾ ਕੀਤੀ ਗਈ ਹੈ ਜੋ ਦਸਤਾਰ ਹੈ ਕੱਪੜੇ ਲੀੜੇ ਨੇ ਉਹ ਉਸੇ ਵੇਲੇ ਉਹਨੇ ਦਰਬਾਰ ਚ ਪਹਿਨਣੇ ਹੁੰਦੇ ਤੇ ਛੋਟਾ ਜਿਵੇਂ ਆਪਾਂ ਬੱਚਿਆਂ ਨੂੰ ਪਵਾਉਣੇ ਆ ਵੇਲੇ ਪਾ ਕੇ ਤਾਂ ਦੇਖ ਲੈ ਪਹਿਲਾਂ ਸੋਹਣੇ ਲੱਗਦੇ ਨੇ ਕਿ ਨਾ ਉਸੇ ਵੇਲੇ ਉਹਨੇ ਉਹ ਦਰਬਾਰ ਚ ਪਾਉਣੇ ਹੁੰਦੇ ਨੇ ਤੇ ਗੁਰੂ ਜੀ ਨੇ ਪਾਏ ਨਹੀਂ ਸੀ ਉਹ ਲੈ ਕੇ ਭੇਟਾ ਕਰ ਅੱਗੇ ਦੇ ਦਿੱਤੇ ਸਿੱਖਾਂ ਨੂੰ ਕਿ ਜਮ੍ਹਾਂ ਕਰ ਦਿਓ ਭਾਈ ਪਬ ਕਿ ਮੈਂ ਤੇਰੇ ਅਧੀਨ ਨਹੀਂ ਆ। ਬਖ ਗੁਰੂ ਨੂੰ ਅਸੀਂ ਭੇਟਾ ਕਰਦੇ ਆ ਅੱਜ ਸਾਡਾ ਵੀ ਇਹ ਇਤਰਾਫ ਦੀ ਹੈ ਕਿ ਅਸੀਂ ਵੀ ਗੁਰੂ ਪਾਤਸ਼ਾਹ ਨੂੰ ਜੋ ਰਮਾਲਾ ਭੇਟ ਕਰਦੇ ਆ ਕਹਿੰਨੇ ਵੀ ਹੁਣੇ ਪਾਓ ਜੀ ਮੇਰੇ ਖਿਆਲ ਚ ਇਹ ਜਾਇਜ਼ ਨਹੀਂ ਹੈ ਅਸੀਂ ਭੇਟਾ ਕੀਤਾ ਹੈ ਗੁਰੂ ਕੋਲੇ ਪਾਏ ਹੋਏ ਨੇ ਛੋਟੇ ਪਾਉਂਦੇ ਹੁੰਦੇ ਨੇ ਵੱਡੇ ਨਹੀਂ ਤੇ ਅਸੀਂ ਕਹਿੰਨੇ ਜੀ ਹੁਣੇ ਇਹ ਸਾਡੇ ਵਾਲਾ ਰਮਾਲਾ ਹੁਣੇ ਦਿਓ ਜੀ ਉੱਤੇ ਇਹ ਸਹੀ ਪ੍ਰਤ ਨਹੀਂ ਇਹ ਤੇ ਵੀ ਵਿਚਾਰ ਕਰਨ ਦੀ ਲੋੜ ਹੈ ਸੋ ਉਹ ਗੁਰੂ ਪਾਤਸ਼ਾਹ ਨੇ ਆਪਣੇ ਜਮਾ ਕਰਾ ਦਿੱਤੇ ਕਈ ਦਿਨੇ ਫਿਰ ਇਹ ਮੁਲਾਕਾਤਾਂ ਦਾ سلسلہ ਚੱਲਦਾ ਰਿਹਾ ਤੇ ਹਜ਼ੂਰ ਉਹਨੂੰ ਦੱਸਦੇ ਰਹੇ ਸਾਡੇ ਨਾਲ ਕੀ ਕੀ ਹੋ ਰਿਹਾ ਹੈ ਕਿਵੇਂ ਕਿਵੇਂ ਹੋ ਰਿਹਾ ਹੈ ਐਨੇ ਨੂੰ ਦੱਖਣ ਦੇ ਵਿੱਚ ਬਗਾਵਤਾਂ ਹੋ ਗਈਆਂ ਤੇ ਬਹਾਦਰ ਸ਼ਾਹ ਨੇ ਉਧਰ ਨੂੰ ਜਾਣਾ ਸੀ ਤੇ ਇੱਥੇ ਸੈਦ ਨੇ ਜਿਹੜਾ ਵਜ਼ੀਰ ਖਾਨ ਦਾ ਬਹਾਦਰ ਸ਼ਾਹ ਦੇ ਨੇੜੇ ਸੀ ਨਾ ਉਹਨੇ ਦੇਖਿਆ ਨੇੜਤਾ ਤੋਂ ਤਕਲੀਫ ਆਈ ਉਹਨੂੰ ਤੇ ਉਹਨੇ ਫਿਰ ਗੁਰੂ ਜੀ ਨੂੰ ਨੀਮਾ ਦਿਖਾਉਣ ਦੇ ਲਈ ਇੱਕ ਸਵਾਲ ਕੀਤਾ ਸੀ ਕਹਿੰਦੇ ਜੀ ਬਸ ਇਹ ਗੱਲ ਕਹਿ ਕੇ ਮੈਂ ਫਤਿਹ ਦੀ ਸਾਂਝ ਕਰੂੰਗਾ ਉਹ ਕਹਿੰਦਾ ਜੀ ਮੈਂ ਸੁਣਿਆ ਹੈ ਜਿਹੜਾ ਮੁਰਸ਼ਿਦ ਹੁੰਦੇ ਨੇ ਜਿਹੜੇ ਪੀਰ ਪਗੰਬਰ ਹੁੰਦੇ ਨੇ ਪੀਰ ਪਗੰਬਰ ਦਾ ਤਾਂ ਮਹੂਜਜ਼ਾ ਹੁੰਦਾ ਉਹਨਾਂ ਕੋਲੇ ਤੁਸੀਂ ਕੋਈ ਮਹੂਜਜ਼ਾ ਦਿਖਾਓ ਮਹੂਜਜ਼ਾ ਹੁੰਦਾ ਕਰਾਮਾਤ ਹਜ਼ੂਰ ਨੇ ਕਿਹਾ ਭਾਈ ਕਰਾਮਾਤਾਂ ਕੋਰਾਮਾਤਾਂ ਕਾਹਦੀਆਂ ਹੁੰਦੀਆਂ ਨੇ ਆ ਦੁਨੀਆ ਕਰਾਮਾਤ ਇਹ ਸਾਰੀ ਉਹ ਕਹਿੰਦਾ ਨਹੀਂ ਨਹੀਂ ਜੀ ਜਿਹੜੇ ਪਗੰਬਰ ਹੁੰਦੇ ਨੇ ਉਹਨਾਂ ਕੋਲੇ ਤਾਂ ਕਰਾਮਾਤ ਹੁੰਦੀ ਹੈ ਜੇ ਤੁਸੀਂ ਪੀਰ ਉਹ ਪਗੰਬਰ ਨੂੰ ਕੋਈ ਕਰਾਮਾਤ ਦਿਖਾਓ ਤਾਂ ਕਹਿੰਦੇ ਹਜ਼ੂਰ ਨੇ ਜੇਬ ਦੇ ਵਿੱਚੋਂ ਇੱਕ ਮੋਹਰ ਕੱਢੀ ਉਸ ਵੇਲੇ ਦੀ ਕਰੰਸੀ ਰੁਪਈਆ ਕੱਢਿਆ ਕਹਿੰਦੇ ਆਹ ਕਰਾਮਾਤ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਕੀਤੀ ਹੈ ਇਹਦੇ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ ਸੁੱਖ ਸੁਹੂਲਤਾ ਦੁਨੀਆ ਦੀਆਂ ਪੈਸੇ ਨਾਲ ਹੀ ਮਿਲਦੀਆਂ ਨੇ ਇਹਦੇ ਨਾਲ ਰਾਜ ਚਲਾਏ ਜਾਂਦੇ ਨੇ ਇਹਦੇ ਨਾਲ ਉਸਾਰੀਆਂ ਹੁੰਦੀਆਂ ਨੇ ਇਹਦੇ ਨਾਲ ਕਿਰਦਾਰ ਘੜ ਸਕਦੇ ਹੋ ਤੁਸੀਂ ਲੋਕਾਂ ਦੇ ਪੈਸੇ ਨਾਲ ਸਕੂਲ ਕਾਲਜ ਜਿਵੇਂ ਅੱਜ ਕੱਲ ਬਣਦੇ ਨੇ ਉਹੋ ਜਿਹੀਆਂ ਸੰਸਥਾਵਾਂ ਬਣ ਸਕਦੀਆਂ ਨੇ ਪੈਸੇ ਨਾਲ ਹਥਿਆਰਾਂ ਖਰੀਦੇ ਜਾ ਸਕਦੇ ਨੇ ਪੈਸੇ ਨਾਲ ਰਾਜ ਸਰਕਾਰਾਂ ਖਰੀਦੀਆਂ ਜਾ ਸਕਦੀਆਂ ਨੇ ਪੈਸੇ ਨਾਲ ਤੁਹਾਡੇ ਵਰਗੇ ਦੇ ਈਮਾਨ ਖਰੀਦੇ ਜਾ ਸਕਦੇ ਨੇ ਜ਼ਮੀਰਾਂ ਖਰੀਦੀਆਂ ਜਾ ਸਕਦੀਆਂ ਨੇ ਬੰਤੇ ਖਰੀਦੇ ਜਾ ਸਕਦੇ ਨੇ ਉਹ ਕੌਮਾਂ ਖਰੀਦੀਆਂ ਜਾ ਸਕਦੀਆਂ ਨੇ ਇਹ ਕਰਾਮਾਤ ਹੈ ਉਹ ਕਹਿੰਦਾ ਜੀ ਆਹ ਕਰਾਮਾਤ ਦੀ ਗੱਲ ਨਹੀਂ ਜੀ ਮੈਂ ਕਰ ਰਿਹਾ ਤੁਸੀਂ ਦੂਜੀ ਕਰਾਮਾਤ ਦੀ ਮੈਂ ਗੱਲ ਕਰ ਰਿਹਾ ਉਹ ਕੋਈ ਅਸਲੀ ਕਰਾਮਾਤ ਦਿਖਾਓ ਜੀ ਹੋਰ ਕੋਈ ਜਿਹਦੀ ਮੈਂ ਗੱਲ ਕਰ ਰਿਹਾ ਉਹਨੇ ਮਹਾਰਾਜ ਨੇ ਬਾਦਸ਼ਾਹ ਵੱਲ ਉਂਗਲ ਕੀਤੀ ਕਹਿੰਦੇ ਦੂਜੀ ਕਰਾਮਾਤ ਹੈ ਆਪਾਂ ਗੱਲ ਕਰ ਰਹੇ ਤੇ ਨਾ ਰਾਜਨੀਤੀ ਦੀ ਆਹ ਹੈ ਕਹਿੰਦੇ ਫਿਰ ਦੂਜੀ ਕਰਾਮਾਤ ਜਿਹਦੇ ਕੋਲੇ ਰਾਜ ਸੀ ਤਾਕਤ ਹੈ ਉਹ ਵੀ ਕਰਾਮਾਤ ਹੈ ਰਾਜ ਤਾਕਤ ਨਾਲ ਜੋ ਮਰਜ਼ੀ ਕਰਨ ਜਿਹਨੂੰ ਮਰਜ਼ੀ ਹੁਣ ਕਹਿੰਦੇ ਮੌਤੀ ਸਜ਼ਾ ਦੇ ਦੇ ਜਿਹਨੂੰ ਮਰਜ਼ੀ ਮਾਫ ਕਰ ਦੇ ਹੁਣੇ ਕਤਲੇਆਮ ਦਾ ਹੁਕਮ ਦੇਵੇ ਜੋ ਮਰਜ਼ੀ ਕਰੇ ਢਾਹ ਢੇਰੀ ਕਰ ਦੇਵੇ ਚਾਹੇ ਉਸਾਰੀਆਂ ਕਰ ਦੇਵੇ ਇਹਦੀ ਮਰਜ਼ੀ ਆ ਸਭ ਦੂਜੀ ਤਾਕਤ ਐ ਆ ਬੈਠਾ ਬਾਦਸ਼ਾ ਰਾਜਸੀ ਤਾਕਤ ਇਹ ਦੂਜੀ ਤਾਕਤ ਦੱਸੇ ਕਰਾਮਾਤ ਸੀ ਗੁਰੂ ਪਾਤਸ਼ਾਹਾਂ ਨੇ ਉਮਕਾ ਜੀ ਕਹਿਣ ਲੱਗੇ ਐਵੇਂ ਗੱਲਾਂ ਜੀਆਂ ਆਪਾਂ ਨਾ ਕਰੀ ਜਾਓ ਜੀ ਮੈਂ ਆਹ ਗੱਲ ਨਹੀਂ ਕਰ ਰਿਹਾ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਿਹੜੀ ਫਿਰ ਕਰਾਮਾਤ ਦਿਖਾਓ ਜੇ ਹੈਗੀ ਐ ਨਹੀਂ ਤੁਸੀਂ ਕਹੋ ਪਰ ਹੈ ਨਹੀਂ ਕੋਈ ਮੈਂ ਤਾਂ ਅਸਲੀ ਕਰਾਮਾਤ ਦਿਖਾਓ ਜਦੋਂ ਤੀਜੀ ਵਾਰੀ ਮੌਲਵੀ ਨੇ ਆ ਗੱਲ ਕਹੀ ਫਿਰ ਕਹਿੰਦੇ ਸਤਗੁਰ 10ਵੇਂ ਪਾਤਸ਼ਾਹ ਆਗੇ ਵਿੱਚ ਜਲਾਲ ਅੱਖਾਂ ਹੋਈਆਂ ਰੱਤੀਆਂ ਤੇ ਚਿਹਰਾ ਹੋ ਗਿਆ ਲਾਲ ਅੱਖਾਂ ਹੋਈਆਂ ਲਾਲ ਸੁਰਖ ਜੀਕਣ ਜਗੇ ਮਿਸਾਲ ਫਿਰ ਖਿੱਚ ਲਈ ਤੇਗ ਮਿਆਂਨ ਚੋਂ ਉਂ ਬੋਲੇ ਦੀਨਦਿਆਲ ਕਹਿੰਦੇ ਇਹ ਹੈ ਵੱਡੀ ਕਰਾਮਾਤ ਹੁਣ ਤੱਕ ਲਈ ਨਾਲ ਖਿਆਲ ਜਦੋਂ ਮਿਆਂਨੋਂ ਨਿਕਲਦੀ ਧਰਤੀ ਆਉਣ ਪਚਾਲ ਇਹਦੇ ਮਾਰੇ ਮਰ ਗਏ ਕਈ ਧਰਤੀ ਦੇ ਲਾਲ ਇਹਦੇ ਤਾਰੇ ਤਰ ਗਏ ਯੋਧੇ ਬੇਮਿਸਾਲ ਕਰامات ਜੇ ਵੇਖਣੀ ਦੇਵਾ ਹੁਣੇ ਦਿਖਾ ਲ ਸੈਦ ਡਰ ਕੇ ਕੰਬਿਆ ਬਾਦਸ਼ਾਹ ਹੋਇਆ ਨਿਹਾਲ ਵਾ ਵਾ ਸੱਚੇ ਪਾਤਸ਼ਾ ਕੀਤੀ ਬੜੀ ਕਮਾਲ ਝਾਲ ਨਹੀਂ ਸਕਿਆ ਦਿਲਬਰਾਂ ਕੋਈ ਘੁਰਾਂ ਦੀ ਚਾਲ ਮੇਰੇ ਖਿਆਲ ਚ ਇਹ ਦਿਲਬਰ ਦੀ ਲਿਖੀ ਹੋਈ ਹੈ ਕਿਉਂਕਿ ਮੈਂ ਉਹਨਾਂ ਕੋਲੋਂ ਹੀ ਸੁਣੀ ਸੀ ਪਰ ਸ਼ੋਰ ਨਹੀਂ ਸੋ ਇਸ ਟੰਗ ਦੇ ਨਾਲ ਹਜ਼ੂਰ ਨੇ ਜਦੋਂ ਤੀਜੀ ਕਰਾਮਾਤ ਉਹਨੇ ਕਿਹਾ ਤਾਂ ਹਜ਼ੂਰ ਨੇ ਜਦੋਂ ਪੂਰੇ ਜਹੋ ਜਲਾਲ ਦੇ ਵਿੱਚ ਤੇਗ ਖਿੱਚ ਕੇ ਮੌਲਵੀ ਵੱਲੋਂ ਕਰੀ ਸਿੱਧੀ ਕਹਿੰਦੇ ਦਿਖਾਵਾ ਤੀਜੀ ਕਰਾਮਾਤ ਪੈਰਾ ਹੈ ਇਹਦੇ ਨਾਲੇ ਤਖਤ ਤੇ ਬੈਠਾ ਬਾਦਸ਼ਾਹ ਵੀ ਇਹਦੇ ਨਾਲੇ ਹੁਣ ਤੱਕ ਜੇਤੂ ਜੇਤੂ ਹੁੰਦੇ ਆਏ ਆ ਜਿਹਦੇ ਕੋਲੇ ਇਹ ਹੈ ਸਤਾਰੀਆਂ ਦੌਲਤਾਂ ਵੀ ਉਹਦੇ ਪੈਰਾਂ ਚ ਆਉਣ ਪੈਂਦੀਆਂ ਨੇ ਤੇ ਰਾਜਸੀ ਤਾਕਤਾਂ ਵੀ ਆ ਜਾਂਦੀਆਂ ਨੇ ਜਿਹਦੇ ਕੋਲੇ ਤੇਗ ਹੈ ਤਾਕਤ ਹੈ ਬਾਦਚਾ ਘਬਰਾ ਗਿਆ ਮੌਲਵੀ ਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਸੁਣਿਆ ਹੋਇਆ ਤੇ ਉਹਨਾਂ ਨੇ ਵੀ ਗੁਰੂ ਜੀ ਝਟਕਾਉਣ ਲੱਗੇ ਮਿੰਟ ਲਾਉਂਦੇ ਨੇ ਇਸ ਲਈ ਹੱਥ ਬੰਨ ਕੇ ਖੜ ਗਿਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਬਾਦਸ਼ਾਹ ਨੇ ਕਿ ਮਹਾਰਾਜ ਇਹ ਤਾਂ ਬੇਵਕੂਫ ਲੋਕ ਨੇ ਇਹ ਸਮਝਦਾਰ ਨਹੀਂ ਮੈਂ ਇਹਦੀ ਗੁਨਾਹ ਦੀ ਮਾਫੀ ਮੰਗਦਾ ਤਾਂ ਹਜ਼ੂਰ ਨੇ ਤੇਗ ਨੂੰ ਮਿਆਂਚ ਕੀਤਾ ਤੇ ਇੱਥੇ ਇੱਕ ਗੱਲ ਹੋਰ ਵੀ ਹੈ ਜਿਹੜੇ ਕਹਿੰਦੇ ਨੇ ਜੇ ਤੇਗ ਜੇ ਮਿਆਂਚੋਂ ਨਿਕਲਿਆ ਹੋਵੇ ਫਿਰ ਤਾਂ ਖੂਨ ਲੈ ਬਣਾਣੀ ਜੀ ਵਾਪਸ ਜਾਂਦੀ ਇਸ ਲਈ ਨੂੰ ਕੱਢਣਾ ਨਹੀਂ ਚਾਹੀਦਾ ਇਹ ਚੀਜ਼ਾਂ ਸਾਡੇ ਸਾਹਮਣੇ ਨੇ ਐਗਜ਼ਾਮਪਲ ਆ ਸਾਡੇ ਕੋਲੇ ਪਈਆਂ ਨੇ ਸੋ ਕਿਸ ਢੰਗ ਦੇ ਨਾਲ ਹਜ਼ੂਰ ਨੇ ਸਾਨੂੰ ਤਿੰਨ ਕਰਾਮਾਤਾਂ ਦੱਸੀਆਂ ਨੇ ਤੇ ਅੱਜ ਤਿੰਨਾਂ ਦੀ ਸਾਨੂੰ ਸਭ ਨੂੰ ਲੋੜ ਹੈ ਜਿਹੜੇ ਕਹਿੰਦੇ ਨੇ ਜੀ ਤਿਆਗੀ ਜਾਂ ਪੈਸਾ ਸਾਨੂੰ ਨਹੀਂ ਚਾਹੀਦਾ ਜੀ ਅਸੀਂ ਪੈਸੇ ਦਾ ਕੀ ਕਰਨਾ ਹੈ ਜੀ ਕਰਾਵਾਤ ਹੈ ਤੁਸੀਂ ਨਹੀਂ ਕੁਝ ਕਰਨਾ ਕੌਮ ਦੇ ਦਾ ਕਰਨਾ ਹੈ ਕੌਮ ਦਾ ਸਵਾਰ ਦੋ ਦੂਜੀ ਰਾਜਸੀ ਤਾਕਤ ਜ਼ਰੂਰੀ ਹੈ ਇਹਦੇ 'ਚ ਆਪਾਂ ਆਈਏ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਸਾਡਾ ਪਿੱਛੇ ਜੋ ਸੰਘਰਸ਼ ਚੱਲੇ ਆ ਨਾ ਜਿੱਤ ਕੇ ਵੀ ਹਾਰੇ ਆ ਅਸੀਂ ਉਹ ਇਸੇ ਕਰਕੇ ਹਾਰੇ ਆ ਕਿਉਂਕਿ ਸਾਨੂੰ ਰਾਜਸੀ ਸੂਝ ਨਹੀਂ ਤੇ ਉਹ ਵੀ ਆਪਾਂ ਅੱਗੇ ਜਾ ਕੇ ਸਾਂਝ ਕਰਾਂਗੇ ਜੇ ਤੂੰ ਹੋ ਕੇ ਹਾਰ ਗਿਆ ਸੀ ਜਿਵੇਂ ਚੰਗਨਾਮੇ ਚ ਸ਼ਾ ਮੁਹੰਮਦ ਕਹਿੰਦਾ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰਿਆ ਨਹੀਂ ਜਿੱਤ ਕੇ ਵੀ ਹਾਰੇ ਆ ਆਪਾਂ ਉਹ ਆਪਾਂ ਅੱਗੇ ਸਾਂਝ ਕਰਾਂਗੇ ਸੋ ਇੰਨੀ ਆ ਕੋ ਸੇਵਾ માં ਪ੍ਰਵਾਨ ਕਰਨੀ ਆ ਦਿਲੋਂ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਜਿਹੜੇ ਸੱਜਣ ਮਿੱਤਰ ਬੈਠੇ ਨੇ ਤੇ ਜਿਹੜੇ ਬਾਅਦ ਚ ਫੇਰ ਵੀ ਸੁਣ ਲਾਂਗੇ ਸ਼ੇਅਰ ਕਰਨਗੇ ਅੱਗੇ ਇੱਕ ਦੂਜੇ ਨੂੰ ਆਪਾਂ ਆਪਣੇ ਗੁਰੂ ਦੀ ਗੱਲ ਆਪਣੇ ਵਿਰਸੇ ਦੀ ਗੱਲ ਪਹੁੰਚ ਸਕੇ ਸੁਣਾ ਸਕੇ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਸੁਝਾ ਦਿੰਦੇ ਰਹਾ ਕਰੋ ਤਾਂ ਕਿ ਅਗਲੀ ਵਾਰ ਆਪਾਂ ਤੁਹਾਡੀਆਂ ਗੱਲਾਂ ਵੀ ਸਾਂਝ ਕਰ ਸਕੀਏ ਸੋ ਇੰਨੀ ਕੁ ਸੇਵਾ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ